ਅਮਰ ਸ਼ਹੀਦਾਂ ਰਹਿਣਾ।
ਸ਼ਾਨ ਕੇਸਰੀ ਚੁੱਲ ਦੇ ਨਾ ਬਣਿਆ ਜੋ ਇਤਿਹਾਸ ਲਸਾਨੀ ਬਣਿਆ ਜੋ ਇਤਿਹਾਸ ਲਸਾਨੀ ਸਿੱਖ ਕੌਮ ਦਾ ਕਹਿਣਾ ਏ ਰਹਿੰਦੀ ਦੁਨੀਆ ਤਾਈ ਜਗ ਤੇ ਅਮਰ ਸ਼ਹੀਦਾਂ ਰਹਿਣਾ ਰਹਿੰਦੀ ਦੁਨੀਆ ਤਾਈ ਜਗ ਤੇ ਅਮਰ ਸ਼ਹੀਦਾਂ ਰਹਿਣਾ ਸਾਨੂੰ ਦੱਸ ਜਿਉਣ ਦਾ ਟੰਗ ਦਿੱਤਾ ਤੇ ਸਾਨੂੰ ਦੱਸ ਜਿਉਣ ਦਾ ਟੰਗ ਦਿੱਤਾ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ ਸਿੱਖ ਕੌਮ ਸਰਬੱਤ ਦਾ ਭਲਾ ਮੰਗੇ ਤੇ ਮੰਗਦੇ ਉਦੋਂ ਵੀ ਸੀ ਤੇ ਅੱਜ ਵੀ ਹਾਂ ਐਸੇ ਖੂਨ ਖਰਾਬੇ ਦੇ ਕੰਮ ਕੋਲੋਂ ਤੇ ਸੰਗਦੇ ਉਦੋਂ ਵੀ ਸੀ ਤੇ ਅੱਜ ਵੀ ਹਾਂ ਸਿਰ ਤਲੀ ਰੱਖ ਯਾਰ ਦੀ ਗਲੀ ਵਿੱਚੋਂ ਸਿਰ ਤਲੀ ਰੱਖ ਯਾਰ ਦੀ ਗਲੀ ਵਿੱਚੋਂ ਤੇ ਲੰਘਦੇ ਉਦੋਂ ਵੀ ਸੀ ਤੇ ਅੱਜ ਵੀ ਹਾਂ ਸੂਫੀ ਸਿੱਖੀ ਦੇ ਦੋਖੀ ਨੂੰ ਸੁਣੀ ਉੱਤੇ ਤੇ ਟੰਗਦੇ ਉਦੋਂ ਵੀ ਸੀ ਤੇ ਅੱਜ ਵੀ ਹਾਂ
ਤੇ ਟੰਗਦੇ ਉਦੋਂ ਵੀ ਸੀ ਤੇ ਅੱਜ ਵੀ ਹਾਂ ਦੀਨ ਦੁਨੀ ਦੇ ਵਾਲੀ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਬਖਸ਼ਿਸ਼ਾਂ ਬਰਕਤਾਂ ਦੇ ਖਜ਼ਾਨੇ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਪਿਤਾ ਜੀ ਦੀ ਪਾਵਨ ਹਜ਼ੂਰੀ ਰੱਬੀ ਪਿਆਰਿਆਂ ਦਾ ਬੰਦਗੀ ਅਸਥਾਨ ਸਲਾਨਾ ਜੋੜ ਮੇਲਾ ਤੇ ਪਿਛਲੇ ਕਈ ਦਿਨਾਂ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਬਈ ਇੱਕ ਬੇਨਤੀ ਮੈਂ ਪਹਿਲਾਂ ਹੀ ਭੈਣਾਂ ਨੂੰ ਕਰਦੇ ਹਾਂ ਜਿਨ੍ਹਾਂ ਨੇ ਜਾਣਾ ਹੈ ਉਹ ਮੇਰੇ ਫਤਿਹ ਬੁਲਾਉਣ ਤੋਂ ਪਹਿਲਾਂ ਚਲੇ ਜਾਓ ਹੁਣ ਸੁਣਨਾ ਪੈਣਾ ਹੈ ਨਾ ਤੇ ਮੈਂ ਮੂੰਹ ਜੋੜ ਕੇ ਨੌਜਵਾਨੋ ਪਿਛਲੇ ਬੰਨੇ ਬੈਠੇ ਹੋ ਭੈਣੋ ਵੀਰੋ ਕਿਸੇ ਨੂੰ ਗੱਲਾਂ ਕਰਨ ਦੇਣੀਆਂ ਨਾ ਖੱਪ ਪਾਉਣ ਦੇਣੀ ਹੈ ਇਹਨਾਂ ਬੱਚਿਆਂ 'ਤੇ ਕੰਟਰੋਲ ਕਰੋ ਨਹੀਂ ਕਰ ਸਕਦੇ ਬਾਹਰ ਲੈ ਜਾਓ ਆਪਣੇ ਆਪ 'ਤੇ ਵੀ ਕੰਟਰੋਲ ਕਰੋ ਸਰਵਣ ਭਗਤੀ ਕਰ ਰਹੇ ਹੋ ਕਿਉਂ ਜਥਿਆਂ ਨੂੰ ਮਜਬੂਰ ਕਰਦੇ ਹੋ ਇਸੇ ਲਈ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਕੀਤੀ ਸੀ ਵੀ ਉਦੋਂ ਟਾਈਮ ਰੱਖਿਓ ਜਦੋਂ ਲੰਗਰ ਪਾਣੀ ਤੁਸੀਂ ਬਿਲਕੁਲ ਛਕ ਛਕਾ ਲਿਆ ਭਗਾਨਾ ਬਿਲਕੁਲ ਨਹੀਂ ਮੈਨੂੰ ਪਸੰਦ ਗੁਰੂ ਚਰਨਾਂ ਵਿੱਚ ਬੱਚਿਆਂ ਦੇ ਸਿਰ ਕੱਜੋ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਤਿਕਾਰ ਕਰੋ ਮੁੜ ਕੇ ਦੂਜਿਆਂ ਨੂੰ ਕਹੋ ਐਵੇਂ ਡੀਂਘਾਂ ਮਾਰੀ ਜਾਂਦੇ ਰੌਲੀ ਪਾਈ ਜਾਂਦੇ ਜੀ ਸਾਡੇ ਗੁਰੂ ਦੀ ਬੇਅਦਬੀ ਅਸੀਂ ਕਿੰਨਾ ਕੁ ਸਤਿਕਾਰ ਕਰਦੇ ਹਾਂ ਪਾ ਦਿੱਤਾ ਨਾ ਵਿਘਨ ਕਲਯੁਗ ਨੇ ਆਣ ਕੇ ਮਾਫ਼ੀ ਚਾਹਵਾਂਗਾ ਕਲਯੁਗ ਬਿਲਕੁਲ ਨਹੀਂ ਵਰਤਨ ਦੇਣਾ ਪ੍ਰਬੰਧਕ ਵੀਰਾਂ ਦੀ ਜ਼ਿੰਮੇਵਾਰੀ ਹੈ ਜਿਹੜਾ ਗੱਲਾਂ ਕਰਦਾ ਉਹਨੂੰ ਫੜ ਕੇ ਬਾਹਰ ਕੱਢ ਦਿਓ ਦੂਜੇ ਨੂੰ ਤਾਂ ਸੁਣਨ ਦਿਓ ਹੁਣ ਤੱਕ ਕੁੱਟ ਕਿਉਂ ਪੈ ਰਹੀ ਹੈ ਕਾਰਨ ਕੀ ਏ ਅਸੀਂ ਗੁਰੂਆਂ ਦੇ ਬਚਨਾਂ ਨੂੰ ਸੁਣਿਆ ਹੀ ਨਹੀਂ ਤੇ ਸਮਝਣਾ ਕਦੋਂ ਹੈ ਗੱਜ ਕੇ ਆਖੋ ਸਤਨਾਮ ਦੋ ਦਿਨ ਹਾਜ਼ਰੀ ਭਰ ਕੇ ਗਏ ਹਾਂ ਕੱਲ੍ਹ ਤੇ ਪਰਸੋਂ ਬਾਬਾ ਅਜੈਬ ਸਿੰਘ ਜੀ ਦੁਨੀਆਂ ਵਿੱਚ ਨਹੀਂ ਰਹੇ ਪਰ ਉਹਨਾਂ ਦਾ ਨਾਮ ਰਹਿਣਾ ਹੈ ਮੱਖਣ ਵਿੰਡੀ ਕੱਲ੍ਹ ਵੀ ਅਸੀਂ ਆਪਣੇ ਇਲਾਕੇ ਵਿੱਚ ਬੇਬੇ ਨਾਨਕੀ ਜੀ ਦਾ ਭੈਣੋ ਅੱਜ ਤੁਹਾਨੂੰ ਪਤਾ ਦਿਨ ਕਿਹੜਾ ਹੈ
ਕੌਣ ਸੀ ਬੇਬੇ ਨਾਨਕੀ ਜੀ ਜਿਹਨੇ ਨਾਨਕ ਵੀਰ ਵਿੱਚ ਰੱਬ ਵੇਖ ਲਿਆ ਸੀ ਪਹਿਲੇ ਦਿਨ ਹੀ? ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ, ਅੱਜ ਉਹਨਾਂ ਦਾ ਜਨਮ ਦਿਨ ਹੈ, ਤੁਹਾਨੂੰ ਵਧਾਈ ਹੋਵੇ। ਬੀਬੀਆਂ ਭੈਣਾਂ ਨੂੰ ਗੱਜ ਕੇ ਆਖੋ ਸਤਨਾਮ। ਰੌਲਾ ਬਿਲਕੁਲ ਬਰਦਾਸ਼ਤ ਨਹੀਂ ਹੋਣਾ, ਬੱਚਿਆਂ ਕੋਲੋਂ ਪਗਾਨੇ ਫੜ ਲਓ। ਇਹ ਮੇਰੀ ਪਹਿਲੀ ਤੇ ਆਖਰੀ ਬੇਨਤੀ ਹੈ। ਦੁਨੀਆਂ ਦੇ ਵਾਲੀ ਧੰਨ ਗੁਰੂ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਇਹ ਕੋਈ ਅਡੰਬਰ ਨਹੀਂ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਤੇ ਮੈਨੂੰ ਪ੍ਰਬੰਧਕ ਜਨਾਂ ਵੱਲੋਂ ਅੱਜ ਹੁਕਮ ਵੀ ਇਹੋ ਹੀ ਹੋਇਆ ਏ। ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਆ, ਫਤਿਹ ਵਿੱਚ ਪਾਤਾ ਵਿਘਨ ਤੋਂ ਸਾਨੀ, ਮਾਫੀ ਚਾਹਵਾਂਗਾ। ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਦਰਸ਼ਨ ਕਰਾਉਣ ਲਈ, ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀਆਂ ਵੱਖੀਆਂ ਵਿੱਚ ਖੰਜਰ ਖਾਣੇ ਪਏ ਸੀ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਓਏ ਅਸੀਂ 10 ਰੁਪਈਏ ਵੀ ਵਗਾ ਕੇ ਮਾਰਦੇ ਹਾਂ। ਗੁਰੂ ਨੂੰ ਮੱਥਾ ਟੇਕਣਾ ਹੋਵੇ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਗੱਦੀ ਦੇਣ ਤੋਂ ਪਹਿਲਾਂ ਆਪਣੇ ਲਹੂ ਦੀਆਂ ਪਰਿਕਰਮਾ ਕੀਤੀਆਂ ਨੇ। ਆਪਣੇ ਲਹੂ ਦੀਆਂ ਲਹੂ ਵਗ ਰਿਹਾ ਸੀ ਜਿੱਦਣ ਗੱਦੀ ਦਿੱਤੀ ਆ। ਇੱਕ ਹੱਥ ਵਿੱਚ ਨਾਰੀਅਲ, ਇੱਕ ਵਿੱਚ 5 ਪੈਸੇ। ਭੈਣੋ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਏ ਤੇ ਮਹਾਰਾਜ ਬਾਣੀ ਦੀਆਂ ਪਰਿਕਰਮਾ ਕਰ ਰਹੇ ਆ, ਮੱਥਾ ਟੇਕ ਰਹੇ ਆ। ਇੱਥੋਂ ਤੱਕ ਮੈਂ ਤੁਹਾਡੇ ਚਰਨਾਂ ਵਿੱਚ ਪਹੁੰਚਣਾ, ਟਾਈਮ ਭਾਵੇਂ ਵੱਧ ਲੱਗ ਜਾਵੇ। ਇੱਕੋ ਹੀ ਬੇਨਤੀ ਹੈ, ਜਿੱਥੇ ਤੁਸੀਂ ਰੌਲਾ ਪਾਉਣਾ ਸ਼ੁਰੂ ਕੀਤਾ ਅਸੀਂ ਚੁੱਪ ਕਰਕੇ ਬਹਿ ਜਾਣਾ, ਹੁਣ ਹੋਰ ਕੋਈ ਵਾਹ ਨਹੀਂ ਰਹਿ ਗਈ ਭਰਾਵੋ। ਆਓ ਮਹਾਰਾਜ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਦੀਨ ਦੁਨੀ ਦੇ ਵਾਲੀ, ਨਾਮ ਬਾਣੀ ਕੇ ਬੋਹਿਤ, ਕਲ ਯੁਗ ਕੇ ਜਹਾਜ, ਚਵਰ ਛਤਰ ਤਖ ਦੇ ਮਾਲਕ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ। ਤੇ ਪਿਛਲੇ ਕਈ ਦਿਨਾਂ ਤੋਂ ਮਹਾਨ ਸਰੋਤੇ ਬਣ ਕੇ ਗੁਰੂ ਗੋਦ ਅੰਦਰ ਇੱਦਾਂ ਚੌਂਕੜੇ ਮਾਰ ਕੇ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ, ਕਥਾ ਕੀਰਤਨ, ਇਤਿਹਾਸਕ ਵਾਰਾਂ ਤੇ ਵਿਚਾਰਾਂ ਨੂੰ ਸਰਵਣ ਕਰਦੇ ਹੋਏ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਪਿਆਰ ਦੇ ਘਰ ਵਿੱਚ ਆਓ। ਮੈਂ ਬੇਬੇ ਨਾਨਕੀ ਦੇ ਘਰ ਤੋਂ ਚੱਲ ਕੇ ਆਇਆ ਜਿੱਥੇ ਉਹਦਾ ਸਹੁਰਾ ਪਿੰਡ ਸੀ ਸੁਲਤਾਨਪੁਰ ਲੋਧੀ, ਜਿੱਥੇ ਉਹ ਭਾਈਆ ਜੈ ਰਾਮ ਜੀ ਪਲਤਿਆ ਗੋਦ ਦੇ ਖੱਤਰੀਆਂ ਦੇ ਮੁੰਡੇ ਵੱਡੇ ਵਜ਼ੀਰ ਰਾਜੇ ਦੌਲਤ ਖਾਂ ਦੇ ਨਾਲ ਵਿਆਹੀ ਗਈ ਸੀ। ਦੌਲਤ ਖਾਂ ਦਾ ਵੱਡਾ ਵਜ਼ੀਰ ਸੀ, ਗੁਰੂ ਨਾਨਕ ਦੇਵ ਜੀ ਦਾ ਜੀਜਾ। ਵੇਈ ਨਦੀ ਦੇ ਕੰਢੇ ਤੇ ਰਹਿੰਦੇ ਆ, ਆਇਓ ਸੰਗਤਾਂ ਨੂੰ ਲੈ ਕੇ ਤੁਹਾਡੀ ਸੇਵਾ ਕਰਾਂਗੇ। ਮਹਾਰਾਜ ਨੇ ਬੜਾ ਬਲ ਬਖਸ਼ਿਸ਼ ਕੀਤਾ ਏ। ਬੇਬੇ ਨਾਨਕੀ ਜੀ ਦੇ ਜਨਮ ਦਿਨ ਦੀਆਂ ਭੈਣਾਂ ਵੀਰਾਂ ਨੂੰ, ਗੁਰੂ ਕੀਆਂ ਸੰਗਤਾਂ ਨੂੰ, ਸਤਿਗੁਰਾਂ ਨੂੰ ਵੱਡੀਆਂ ਵਧਾਈਆਂ। ਨਾਲ ਹੀ ਉਸ ਪਾਵਨ ਧਰਤੀ ਤੋਂ ਇੱਕ ਫਤਿਹ ਲੈ ਕੇ ਆਇਆ ਏ ਢਾਡੀ ਜਥਾ। ਆਓ ਪਿਆਰ ਦੇ ਘਰ ਆਪਣੀ ਤੇ ਸਾਡੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਫਤਿਹ ਹੱਥ ਜੋੜ ਕੇ ਬੁਲਾਉਣੀ ਹੈ, ਮੈਂ ਨਹੀਂ ਕਹਿੰਦਾ। ਰੱਬ ਦੇ ਪਿਆਰਿਆਂ ਨੇ ਤੱਤ ਕੱਢਿਆ ਏ, ਕਹਿੰਦੇ ਚਾਰ ਮਿਲੇ, 2 ਹੱਥ ਮੇਰੇ ਨੇ ਤੇ 2 ਤੁਹਾਡੇ ਨੇ। ਫਿਰ ਕਹਿੰਦੇ 64 ਖਿਲੇ, 32 ਦੰਦ ਮੇਰੇ ਮੁੱਖ ਵਿੱਚ ਨੇ, 32 ਤੁਹਾਡੇ ਨੇ, 32 ਤੇ 32 64। ਕਹਿੰਦੇ ਹੱਥਾਂ ਦੀਆਂ ਉਂਗਲਾਂ ਗਿਣ ਲਾ, 20 ਮਿਲੇ ਕਰ ਜੋੜ, 10 ਮੇਰੀਆਂ ਨੇ, 10 ਤੁਹਾਡੀਆਂ ਨੇ, 64 ਤੇ 20 84।
ਦੁਨੀਆ ਕਿਹੜੇ ਚੱਕਰ ਤੋਂ ਡਰਦੀ ਹੈ? 84 ਦੇ ਤੋਂ ਡਰਦੀ ਹੈ ਨਾ। ਓਏ ਕਰਮਾਂ ਵਾਲਾ ਏ ਸਿੱਖਾ ਤੂੰ, ਜਿਹਨੂੰ ਐਸਾ ਗੁਰੂ ਮਿਲਿਆ ਏ, ਚਾਰ ਮਿਲੇ 64 ਖਿਲੇ, 20 ਮਿਲੇ ਕਰ ਜੋੜ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲ ਗਿਆ ਸਾਤ ਕਰੋੜ। 7 ਕਰੋੜ ਕੀ ਆ? 3.5 ਤੁਹਾਡੇ ਕੋਲ ਆ, 5.5 ਮੇਰੇ ਕੋਲ ਆ, ਨਹੀਂ ਨਾ ਪਤਾ। ਪਤਾ ਉਹਨੂੰ ਲੱਗਣਾ ਜਿਹਨੇ ਇੱਦਾਂ ਸੁਣਨਾ ਹੈ। ਪਹਿਲਾਂ ਸਮਝ ਲਈਏ, ਇਹ ਜਿਹੜਾ ਸਰੀਰ ਹੈ ਨਾ ਮਨੁੱਖਾ ਦੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਇਹ ਬੰਦਿਆ ਤੇਰਾ ਨਹੀਂ ਗਾ, ਭੈਣੋ ਇਹ ਤੇਰਾ ਨਹੀਂ ਗਾ। ਫਿਰ ਤੁਸੀਂ ਸਵਾਲ ਕਰੋਗੇ ਕਿ ਗੁਰੂ ਜੀ ਕਿਹਦਾ ਕਹਿੰਦੇ ਆ? ਮਹਾਰਾਜ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਿਹੜਾ ਸਾਡਾ ਸਰੀਰ ਹੈ ਨਾ, ਜਿਸ ਗੁਰੂ ਨੂੰ ਮੱਥਾ ਟੇਕਿਆ ਏ ਉਹਨੂੰ ਮੰਨ ਵੀ ਲਵੋ, ਉਹਨੂੰ ਸਿਮਰ ਲਓ, ਉਹਨੂੰ ਧਿਆ ਲਓ, ਜਿਹੜਾ ਉਪਦੇਸ਼ ਉਹ ਦਿੰਦਾ ਏ। ਮਹਾਰਾਜ ਕਹਿੰਦੇ ਇਹ ਸਰੀਰ ਰੱਬ ਦਾ ਘਰ ਏ। ਇੱਕ ਦੁਨਿਆਵੀ ਬੰਦਾ ਮਕਾਨ ਬਣਾਉਂਦਾ ਏ ਤੇ ਕਿੰਨੇ ਬੂਹੇ ਬਾਰੀਆਂ ਰੋਸ਼ਨਦਾਨ ਰੱਖਦਾ ਏ ਆਪਣੇ ਮਕਾਨ ਦੇ, ਆਪਾਂ ਟੌਰ ਕੱਢਦੇ ਹਾਂ ਨਾ। ਐਡੇ ਵੱਡੇ ਰੱਬ ਨੇ ਆਪਣਾ ਇਹ ਮਕਾਨ ਬਣਾਇਆ ਤੇ ਉਹਨੇ ਟੌਰ ਨਹੀਂ ਕੱਢਣਾ। 3.5 ਕਰੋੜ ਰੋਮ ਨੇ ਇੱਕ ਸਰੀਰ ਉੱਤੇ, ਮੇਰੇ ਤੇ 3.5 ਤੁਹਾਡੇ, ਹੋ ਗਏ 7। ਜਦੋਂ 84 ਰਲ ਕੇ ਜੁੜੇ ਹੋਏ, 4 ਹੱਥ, 32 ਤੇ 32 ਚੌਂਹਠ ਦੰਦ, 20 ਉਂਗਲਾਂ, 64 ਤੇ 20 84 ਰਲ ਕੇ ਆਪਾਂ ਗੁਰੂ ਜੀ ਦੀ ਫਤਿਹ ਬੁਲਾਉਂਦੇ ਹਾਂ ਨਾ, ਸਰੀਰ ਦੇ 7 ਕਰੋੜ ਰੋਮਾਂ ਦੇ ਵਿੱਚ ਪਿਆਰ ਪੈਦਾ ਹੋ ਜਾਂਦਾ, ਗਰਮੀ ਪੈਦਾ ਹੋ ਜਾਂਦੀ। ਜਿੱਥੇ ਪਿਆਰ ਤੇ ਗਰਮੀ ਪੈਦਾ ਹੋ ਜਾਵੇ, ਕਰੋਨਾ ਵਰਗੀਆਂ ਬਿਮਾਰੀਆਂ ਵੀ ਸਾਥ ਛੱਡ ਕੇ ਭੱਜ ਜਾਂਦੀਆਂ ਨੇ। ਗੱਜ ਕੇ ਆਖੋ ਸਤਨਾਮ। ਤੋ ਆਓ ਇੱਕ ਵਾਰੀ ਦੁਨੀਆ ਦੇ ਵਾਲੀ ਦੇ ਚਰਨਾਂ ਨਾਲ ਜੁੜਨਾ ਕਰੋ, ਪਿਆਰ ਦੇ ਘਰ ਵਿੱਚ ਆਓ, ਜੋੜੋ ਹੱਥ ਜਿੰਨੇ ਵੀ ਬੈਠੇ ਹੋ, ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆ ਫਤਿਹ। ਹੁਣ ਆਪਾਂ ਸਿੱਧਾ ਆਪਣੇ ਮਿਸ਼ਨ ਦੇ ਉੱਤੇ ਚੱਲੀਏ। 6 ਵਜੇ ਤੱਕ ਆਪਾਂ ਗੁਰੂ ਪਿਤਾ ਦੇ ਚਰਨਾਂ ਵਿੱਚ ਹਾਜ਼ਰੀ ਭਰਾਂਗੇ। ਸਿੱਖੀ ਪੜ੍ਹਨ ਵਾਸਤੇ ਫੀਸ ਸਿਰਾਂ ਦੀ ਲੱਗਦੀ ਹੈ, ਧਿਆਨ ਦਿਓ ਜਰਾ। ਸਕੂਲ ਵਿੱਚ ਬੱਚੇ ਪੜ੍ਹਾਉਂਦੇ ਹੋ ਨਾ ਸਾਰੇ, ਹਾਂਜੀ, ਲੰਗਰ 6:15 ਮਿਲਣਾ ਹੈ ਭਾਈ, 6:05 ਦੇ ਉੱਤੇ ਅਰਦਾਸ ਹੋਣੀ ਹੈ। ਹੁਣ ਲੰਗਰ ਵੱਲੋਂ ਨਹੀਂ, ਤਨ ਦੀ ਉਪਜੀਵਕਾ ਸਵੇਰ ਦਾ ਬੜੀ ਵਾਰ ਛਕ ਲਿਆ, ਜਲੇਬੀਆਂ ਵੀ ਛਕ ਲਈਆਂ, ਚਾਹ ਵੀ ਛਕ ਲਈ, ਹੁਣ ਆਤਮਾ ਦਾ ਲੰਗਰ ਛਕ ਲਓ। ਧਿਆਨ ਦਿਆ ਜੇ ਜਰਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਲੋਕਾਂ ਨੇ ਪੁੱਛਿਆ ਸੀ ਕਿ 5ਵੇਂ ਗੁਰੂ ਕਹਿੰਦੇ ਆ ਸਰਵਣ ਭਗਤੀ ਕਰੋ, ਤੁਸੀਂ ਸਰਵਣ ਇਹ ਭਗਤੀ ਕਰਨ ਲੱਗੇ ਹੋ ਤੁਸੀਂ ਭੈਣੋ ਵੀਰੋ, ਤੇ ਮਹਾਰਾਜ ਸਰਵਣ ਭਗਤੀ ਵੱਡੀ ਭਗਤੀ ਆ। ਮਹਾਰਾਜ ਕਹਿੰਦੇ ਸਭ ਤੇ ਉੱਤਮ, ਉੱਤਮ ਕਹਿੰਦੇ ਨੇ ਉੱਚੀ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ।
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਲੋਕ ਖੜ ਗਏ। ਮਹਾਰਾਜ ਨਾਮ ਨੂੰ ਸੁਣੀਏ ਲਾਹਾ ਕੀ ਹੁੰਦਾ ਹੈ, ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਬਚਨਾਂ 'ਤੇ ਵਿਸ਼ਵਾਸ ਨਹੀਂ ਆਇਆ, ਚਲੋ ਮਹਾਰਾਜ ਤੁਸੀਂ ਦੱਸ ਦਿਓ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੁਣੇ ਗੁੰਗ ਜੋ ਜਾਏ ਸੁਰਸਨਾ ਪਾਵਈ, ਰੱਬ ਦੇ ਨਾਮ ਨੂੰ ਗੁੰਗਾ ਬੰਦਾ ਸੁਣ ਲਵੇ ਉਹਨੂੰ ਜੀਭਾ ਮਿਲ ਜਾਵੇਗੀ। ਅਤੇ ਇੱਥੇ ਕੋਈ ਗੁੰਗਾ ਬਹਿ ਕੇ ਕਹੇ ਵੀ ਮੈਂ ਸੁਣ ਕੇ ਆਇਆ ਅਤੇ ਮੈਨੂੰ ਜੀਭਾ ਨਹੀਂ ਮਿਲੀ, ਇਹਦਾ ਮਤਲਬ ਗੁੰਗਿਆ ਗੁਰੂ ਗੋਬਿੰਦ ਸਿੰਘ ਜੀ ਝੂਠੇ ਨੇ, ਗੇ ਤੂੰ ਮਨ ਕਰਕੇ ਸੁਣਿਆ ਹੀ ਨਹੀਂ, ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਸੀ ਨਾ ਸੁਲਤਾਨਪੁਰ ਲੋਧੀ, ਆ ਜਾਓ ਮੈਂ ਲੈ ਚੱਲਾਂਗਾ ਤੁਹਾਨੂੰ ਉਹ ਸਹੀ ਟਿਕਾਣੇ 'ਤੇ ਲੈ ਕੇ ਚੱਲੂ, ਜਿੱਥੇ ਕਾਜੀ ਮੌਲਵੀ ਵਕਤ ਦਾ ਰਾਜਾ ਦੌਲਤ ਖਾਂ ਕਹਿੰਦਾ ਤੂੰ ਕਹਿੰਦਾ ਏ ਨਾ ਕੋਈ ਹਿੰਦੂ ਨਾ ਮੁਸਲਮਾਨ, ਜੇ ਸਾਰੇ ਇੱਕੋ ਹੀ ਆ ਤੇ ਚੱਲ ਸਾਡੇ ਨਾਲ ਨਮਾਜ਼ ਪੜ੍ਹ। ਤੇ ਮਹਾਰਾਜ ਕਹਿੰਦੇ ਸੀ ਚਲੋ, ਇੱਕ ਤੀਰ ਨਾਲ ਦੋ ਨਿਸ਼ਾਨੇ ਕਰਦੇ ਆ, ਜੇ ਤੇ ਪੜ ਗਿਆ ਨਮਾਜ਼ ਐਡਾ ਵੱਡਾ ਪ੍ਰਚਾਰਕ ਇਸਲਾਮ ਨੂੰ ਮਿਲ ਜਾਵੇਗਾ, ਬੇਦੀਆਂ ਦਾ ਮੁੰਡਾ ਖੱਤਰੀਆਂ ਦਾ, ਤੇ ਜੇ ਨਾ ਪੜ੍ਹੀ ਤੇ ਹੁਣੇ ਸੂਲੀ ਦੇ ਉੱਤੇ ਟੰਗ ਦਿਆਂਗੇ, ਬਹਾਨਾ ਮਿਲ ਜਾਊਗਾ ਕਿ ਤੂੰ ਇਸਲਾਮ ਦਾ ਮਜ਼ਾਕ ਉਡਾਇਆ। ਪਰ ਗੁਰਮੁਖੋ, ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ, ਜਿਸ ਸਭ ਜਗ ਆਪਣਾ ਜਾਣ ਲਿਆ ਆਪਣਾ ਬੇਗਾਨਾ ਕੀ ਜਾਣੇ। ਰੱਬ ਨੂੰ ਕੋਈ ਜਿੱਤ ਸਕਦਾ? ਮਹਾਰਾਜ ਕਹਿੰਦੇ ਚਲੋ ਜੀ, ਮੌਲਵੀ ਅੱਗੇ ਕਾਜੀ ਪਿੱਛੇ ਉਹਤੋਂ ਪਿੱਛੇ ਰਾਜਾ ਦੌਲਤ ਖਾਂ, ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਦੌਲਤ ਖਾਂ ਠਹਿਰ, ਆਪਣੀ ਸ਼ਰਤ ਰੱਖ ਦਿੱਤੀ ਹੈ ਮੇਰੀ ਨਹੀਂ ਸੁਣੇਗਾ, ਅੱਲਾ ਦੇ ਘਰ ਵਿੱਚ ਨਮਾਜ਼ ਪੜ੍ਹਨ ਵਾਸਤੇ ਚੱਲੇ ਹਾਂ, ਮੇਰੇ ਨਾਲ ਉਹ ਬੰਦੇ ਜਾਇਓ ਜਿਨ੍ਹਾਂ ਤਨ ਕਰਕੇ ਤੇ ਮਨ ਕਰਕੇ ਪੜ੍ਹਨੀ ਆ, ਗੱਜ ਕੇ ਆਖੋ ਸਤਨਾਮ। ਲੱਗ ਪਏ ਨਮਾਜ਼ ਪੜ੍ਹਨ, ਚੋਰ ਬੰਦੇ ਦੇ ਝੂਠੇ ਬੰਦੇ ਦੇ ਅੰਦਰ ਇੱਕ ਡਰ ਹੁੰਦਾ ਹੈ, ਨਾਲੇ ਨਮਾਜ਼ ਪੜ੍ਹਦੇ ਆ ਨਾਲੇ ਟੇਢੇ ਹੋ ਕੇ ਪਿੱਛੇ ਨੂੰ ਵੇਖਦੇ ਆ ਕਿ ਬਾਬਾ ਉਦਾਂ ਹੀ ਖੜਾ, ਜਵਾਨੀ ਦੀ ਉਮਰ ਸੀ ਮਹਾਰਾਜ ਦੀ, ਪੜ੍ਹ ਕੇ ਨਮਾਜ਼ ਕਰਕੇ ਸਜਦਾ ਮੱਥੇ ਦੇ ਉੱਤੇ ਤਿਊੜੀਆਂ ਪਾ ਕੇ ਵਕਤ ਦਾ ਰਾਜਾ ਦੌਲਤ ਖਾਂ ਕਹਿੰਦਾ ਏ ਨਾਨਕ ਤੂੰ ਸਜ਼ਾ ਦਾ ਭਾਗੀ ਹੋ ਗਿਆ, ਮਜ਼ਾਕ ਉਡਾਇਆ ਅੱਲਾ ਦਾ ਖੁਦਾ ਦਾ। ਤੇ ਮਹਾਰਾਜ ਨੇ ਕਿਹਾ ਸੀ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਧਿਆਨ ਦਿਓ ਤੇਰਾ, ਕਹਿੰਦਾ ਮੇਰੇ ਨਾਲ ਸਤਿਗੁਰੂ ਬਾਂਹ ਤੋਂ ਫੜ ਕੇ ਕਹਿੰਦੇ 25 ਲੱਖ ਰੁਪਈਆ ਦੌਲਤ ਖਾਂ ਨੇ ਆਪਣੇ ਇੱਕ ਵਜ਼ੀਰ ਨੂੰ ਦੇ ਕੇ ਫੌਜਾਂ ਦੇ ਕੇ ਘੱਲਿਆ ਸੀ ਕਾਬਲ ਘੋੜੇ ਖਰੀਦਣ ਵਾਸਤੇ। ਉਦੋਂ ਵੀ ਇੱਦਾਂ ਰਿਸ਼ਵਤਾਂ ਜਿੱਦਾਂ ਅੱਜ ਮੰਤਰੀ ਪੈਸੇ ਖਾ ਜਾਂਦੇ ਨਾ, ਚੀਜ਼ਾਂ ਮਾੜੀਆਂ ਲੈ ਆਉਂਦੇ ਆ। ਨਮਾਜ਼ ਪੜ੍ਹਨ ਲੱਗੇ ਦੌਲਤ ਖਾਂ ਦਾ ਮਨ ਜਿਹੜਾ ਸੀ ਭੜਕ ਕੇ ਕੰਧਾਰ ਘੋੜਿਆਂ ਦੀ ਮੰਡੀ ਵਿੱਚ ਚਲੇ ਗਿਆ, ਕਿਤੇ ਮੇਰਾ ਪੈਸਾ ਬਰਬਾਦ ਕਰਕੇ ਨਾ ਆ ਜਾਵੇ, ਮਾੜਾ ਵਜ਼ੀਰ ਕੱਲ ਦਿੱਤਾ ਹੈ। ਸਤਿਗੁਰੂ ਕਹਿੰਦੇ ਸੱਚ ਕਰਕੇ ਜਾਣੀ, ਨਮਾਜ਼ ਖੁਦਾ ਦੀ ਪੜ੍ਹ ਰਿਹਾ ਸਾਂ ਜਾਂ ਕਾਬਲ ਮੰਡੀ ਵਿੱਚ ਘੋੜਿਆਂ ਦੀ ਪੜ੍ਹ ਰਿਹਾ ਸਾਂ, ਦਿਲ ਦੀ ਬੁੱਝੀ ਗਈ, ਐੜਾ ਐੜੇ ਤੋਂ ਭਾਵ ਏ ਅੰਤਰਜਾਮੀ, ਇਹ ਸਤਿਗੁਰੂ ਆਪਣੇ ਦਿਲਾਂ ਦੀ ਜਾਣਦਾ ਏ, ਧਿਆਨ ਦਿਓ ਤਰਾ। ਤੇ ਕਾਜੀ ਕਹਿੰਦਾ ਮੇਰੇ ਨਾਲ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਧਰਮ ਦਿਆ ਠੇਕੇਦਾਰਾ, ਰਾਤ ਘੋੜੀ ਨੇ ਬੱਚਾ ਦਿੱਤਾ ਏ ਨਾ, ਤੇ ਜਦੋਂ ਸਾਡੇ ਨਮਾਜ਼ ਪੜ੍ਹਨ ਦੀ ਖਬਰ ਸੁਣੀ ਨੰਗੇ ਪੈਰੀ ਭੱਜ ਆਇਆ। ਤੇ ਕਾਜੀ ਦਾ ਮਨ ਨਮਾਜ਼ ਪੜ੍ਹਦੇ ਦਾ ਭਟਕ ਕੇ ਘਰੇ ਚਲਿਆ ਗਿਆ, ਇਹ ਘੋੜੀ ਦਾ ਬੱਚਾ ਖੂਹ ਵਿੱਚ ਨਾ ਡਿੱਗ ਪਵੇ, ਨੌਕਰਾਂ ਨੂੰ ਕਹਿ ਕੇ ਨਹੀਂ ਆਇਆ ਵੀ ਇਹਨੂੰ ਬੰਨ ਦਿਓ।
ਮਾਫੀ ਚਾਹਾਂਗਾ। ਘਰ ਤੋਂ ਤੁਰਦੇ ਹੋ ਨਾ, ਕਾਹਲੀ ਹੁੰਦੀ ਹੈ, ਸਾਨੂੰ ਕਾਹਲੀ ਨੇ ਮਾਰਿਆ ਹੋਇਆ ਏ। ਸਫ਼ਰ ਕਰਦਿਆਂ ਵਾਹਿਗੁਰੂ ਜਪਣਾ ਚਾਹੀਦਾ ਹੈ ਵੈਸੇ ਤੇ ਹਰ ਵੇਲੇ, ਪਰ ਅਸੀਂ ਕੀ ਕਰਦੇ ਹਾਂ, ਘਰੋਂ ਨਿਕਲਦਿਆਂ ਹੀ ਬਸ ਕਈਆਂ ਦੀ ਧੌਣ ਇੱਦਾਂ ਟੇਢੀ ਹੁੰਦੀ ਹੈ, ਪਤਾ ਹੀ ਉਦੋਂ ਲੱਗਦਾ ਜਦੋਂ ਮੋਟਰਸਾਈਕਲ ਦੇ ਟਾਇਰ ਤੇ ਲੱਤਾਂ ਬੰਦੇ ਦੀਆਂ ਤਾਂ ਹੁੰਦੀਆਂ ਨੇ। ਕਾਕਾ ਆਹ ਕੰਮ ਕਰ ਲਿਓ ਮੋਬਾਈਲ ਦੇ ਉੱਤੇ, ਮਾਫ ਕਰਨਾ ਗੁਰੂ ਦੇ ਪਿਆਰ ਵਾਲੇ, ਉਹ ਕਾਕੇ ਨੂੰ ਨੀ ਪਤਾ, ਉਹ ਕਾਕੇ ਨੂੰ ਪਹਿਲਾਂ ਇੰਨੀ ਕੁ ਟ੍ਰੇਨਿੰਗ ਦੇ ਦਿਓ, ਸਫ਼ਰ ਦੇ ਵਿੱਚ ਵਾਹਿਗੁਰੂ ਨੂੰ ਧਿਆਵੋ, ਬਹਿੰਦਿਆਂ ਉੱਠਦਿਆਂ ਤੁਰਿਆਂ ਜਾਂਦਿਆਂ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ। ਇਸ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਾਂ, ਗੁੰਗਿਆ ਤੂੰ ਮਨ ਕਰਕੇ ਨਹੀਂ ਸੁਣਿਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਸੁਣੇ ਮੂੜ ਚਿੱਤ ਲਾਏ ਚਤਰਤਾ ਆ ਬਈ, ਇੱਥੇ ਕਮਲੇ ਬੰਦੇ ਨੂੰ ਬਾ ਦਿਓ, ਐਂ ਚੌਂਕੜੀ ਮਾਰ ਕੇ ਪਰਮੇਸ਼ਰ ਦੇ ਨਾਮ ਨੂੰ ਸਾਰੀ ਦਿਹਾੜੀ ਸੁਣ ਲਵੇ, ਕਮਲੇ ਦਾ ਕਮਲ ਖਤਮ ਹੋ ਜਾਵੇਗਾ, ਉਹਨੂੰ ਸਿਆਣਪ ਮਿਲ ਜਾਵੇਗੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਅੱਜ ਵੱਡਿਆਂ ਪੜਾਕੂਆਂ ਨੇ ਕੁਹਾੜੇ ਚੱਕ ਲਏ ਜੀ, ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਪੜ੍ਹਦੀ, ਗਿਆਨ ਆਪ ਨੂੰ ਨਹੀਂ, ਮਾਫੀ ਚਾਹਾਂਗਾ। ਫਿਰ ਮਹਾਰਾਜ ਕਹਿੰਦੇ, ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹੇ, ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹੇ। ਕਹਿੰਦੇ ਤੂੰ ਰੱਬ ਦਾ ਨਾਮ ਤੇ ਲੈ ਕੇ ਵੇਖ, ਆਓ ਕਰਮਾਂ ਤੇ ਭਾਗਾਂ ਵਾਲੇ ਹੋ, ਦੁਨੀਆਂ ਦੇ ਵਾਲੀ ਪੰਥ ਨਾਲ ਇੱਕ ਵਾਅਦਾ ਕੀਤਾ ਸੀ, ਵਾਅਦਾ ਕੀਤਾ ਕਦੋਂ ਸੀ, ਵਿਸਾਖੀ ਵਾਲੇ ਦਿਨ ਜਦੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੇ ਦਿੱਤਾ। ਹੈ ਕੋਈ ਦੁਨੀਆਂ 'ਚ ਇਹੋ ਜਿਹਾ ਗੁਰੂ? ਅੱਜ ਵਿਖਾ ਦਿਓ ਕਿੰਨੇ ਸਾਧ ਦੁਨੀਆਂ ਦੇ ਉੱਤੇ ਫਿਰਦੇ ਆ। ਇੱਕ ਕਹਿੰਦਾ ਜੀ ਸਾਡੇ ਬਾਬਾ ਜੀ ਨੇ 19 ਲੱਖ ਲੋਕਾਂ ਨੂੰ ਅੰਮ੍ਰਿਤ ਛਕਾਇਆ। ਮੈਂ ਕਿਹਾ ਵੀ ਭਾਈ ਮੈਨੂੰ ਤਾਂ 1900 ਵੀ ਨਹੀਂ ਦਿਸਦਾ, ਤੇ ਤੇਰੇ ਬਾਬੇ ਨੇ ਕਿਹੜੇ 19 ਲੱਖ ਨੂੰ ਛਕਾ ਦਿੱਤਾ? ਓਏ ਗੁਰੂ ਦੇ ਪਿਆਰ ਵਾਲੇ, ਉਹ ਕਲਗੀਆਂ ਵਾਲੇ ਨੇ ਪੰਜਾਂ ਨੂੰ ਛਕਾਇਆ ਸੀ, ਤੇ ਜਦੋਂ ਪੰਜਾਂ ਨੇ ਛਕ ਲਿਆ ਸੀ ਨਾ, ਜਦੋਂ ਮਹਾਰਾਜ ਨੇ ਉਹਨਾਂ ਦੇ ਨੇਤਰਾਂ ਵਿੱਚ ਛਿੱਟੇ ਮਾਰੇ ਸੀ, ਵਿਦਵਾਨ ਕਹਿੰਦੇ ਛਿੱਟੇ ਜਦ ਨੈਣਾਂ ਵਿੱਚ ਮਾਰੇ, ਉਹਨਾਂ ਦੀਆਂ ਅੱਖਾਂ ਗਹਿਰੀਆਂ ਹੋ ਗਈਆਂ, ਦੁਸ਼ਟਾਂ ਨੂੰ ਲਲਕਾਰਨ ਦੇ ਲਈ ਰਸਤਾ ਮੱਲ ਖਲੋ ਗਈਆਂ। ਉਹ ਇਕੱਲਾ ਹੀ 1.25 ਲੱਖ ਦੇ ਸਾਹਮਣੇ ਖੜ ਗਿਆ ਸੀ, ਤੇ 19 ਲੱਖ ਕਿਸੇ ਬਾਬੇ ਦਾ ਕੀਤਾ ਹੋਵੇ, ਸਿੰਘ ਤਿਆਰ ਤੇ ਦਿੱਲੀ ਵਾਲੇ ਤੁਹਾਨੂੰ ਅੱਖਾਂ ਵਿਖਾ ਜਾਣ। ਅਡੰਬਰ ਰਚੇ ਹੋਏ ਨੇ ਅਡੰਬਰ, ਮਾਫੀ ਚਾਹਾਂਗਾ, ਉੱਚੇ ਉੱਠੋ। ਇੱਕ ਅਕਾਲ ਦੀ ਪੂਜਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਜਾਓ। ਗੁਰੂ ਦਾ ਸਿੱਖ ਕਿਸੇ ਮੜੀ ਮਸਾਣ ਨਾ ਜਾਵੇ, ਗੁਰੂ ਦਾ ਸਿੱਖ ਕਿਸੇ ਮੈਂ ਨਿੰਦਿਆ ਨਹੀਂ ਕਰਦਾ, ਮੜੀਆਂ ਵਾਲਿਆਂ ਨੂੰ ਮੜੀਆਂ ਵਪਾਰਕ ਹੋਣ, ਦੇਵੀਆਂ ਵਾਲਿਆਂ ਨੂੰ ਦੇਵੀਆਂ, ਦੇਵਤਿਆਂ ਵਾਲਿਆਂ ਨੂੰ ਦੇਵਤੇ, ਪੀਰਾਂ ਵਾਲਿਆਂ ਨੂੰ ਪੀਰ, ਫਕੀਰਾਂ ਵਾਲਿਆਂ ਨੂੰ ਫਕੀਰ। ਪਰ ਸਿੱਖਾ ਤੂੰ ਗੁਰੂ ਦਾ ਸਿੱਖ ਹੋ ਕੇ ਜਾ ਕੇ ਦੂਜੇ ਦਰ ਦੇ ਉੱਤੇ ਮੱਥਾ ਟੇਕੇ ਲਾਜ ਨਹੀਂ ਆਉਂਦੀ? ਉੱਚਾ ਉੱਠ, ਅਕਾਲ ਪੁਰਖ ਦਾ ਤੈਨੂੰ ਤੇਰੇ ਗੁਰੂ ਨੇ ਰੂਪ ਦਿੱਤਾ ਏ। ਮਿਰਗਿਓ ਭੈਣੋ, ਮਾਂ ਭਾਗੋ ਦੀਆਂ ਭੈਣਾਂ ਬਣ ਜਾਵੋ। ਆ ਜਿਹੜੇ ਪਿੰਡ ਵਾ ਨਾ, ਜਦੋਂ ਮੈਂ ਗੋਇੰਦਵਾਲ ਸਾਹਿਬ ਤੋਂ ਇੱਧਰ ਨੂੰ ਤੁਰਿਆ, ਤੁਹਾਡੀ ਕਿਸਮਤ ਚੰਗੀ ਆ, 6ਵੇਂ ਗੁਰਾਂ ਨੂੰ ਯਾਦ ਕਰਿਆ ਕਰੋ। ਮੇਰੇ ਤੇ ਸਵਾਲ ਕਰੋਗੇ ਕਿਉਂ ਕਿਸਮਤ ਮਾੜੀ ਹੋ ਗਈ, ਮੈਂ ਚੰਗੀ ਆਖਿਆ ਕਰਮਾਂ ਵਾਲਿਓ। ਕਿੰਨੇ ਪਿੰਡ ਬੀਬੀ ਭਾਨੀ ਨੂੰ ਅਕਬਰ ਨੇ ਦਾਨ ਕੀਤੇ, ਮਾਫੀ ਚਾਹਾਂਗਾ, ਭੇਟਾ ਕੀਤੇ ਸੀ? 84 ਪਿੰਡ, 84 ਪਿੰਡਾਂ ਦਾ ਪਟਾ। ਜਿੱਦਣ ਗੋਇੰਦਵਾਲ ਸਾਹਿਬ ਅਕਬਰ ਨੇ ਭੋਜਨ ਛਕਿਆ, ਪਹਿਲਾਂ 3 ਦਿਨ ਬਹਾਨੇ ਲਾਉਂਦਾ ਰਿਹਾ, ਤੇ ਮਹਾਰਾਜ ਕਹਿੰਦੇ ਸੀ ਅਸੀਂ ਦਰਸ਼ਨ ਉਹਨੂੰ ਦੇਣੇ ਆ, ਤੀਜੇ ਗੁਰੂ ਕਹਿੰਦੇ ਜਿਹੜਾ ਸਾਡੇ ਲੰਗਰਾਂ ਚੋਂ ਪਹਿਲਾਂ ਗੁਰੂ ਨਾਨਕ ਦੇ ਲੰਗਰਾਂ ਚੋਂ ਪ੍ਰਸ਼ਾਦਾ ਛਕੇ।
ਜਦੋਂ ਤੀਜੇ ਦਿਨ ਪੰਗਤ ਵਿੱਚ ਬੈਠਾ ਨਾ, ਦਾਲ ਸਤਿਗੁਰਾਂ ਨੇ ਆਪ ਪਾਈ ਤੇ ਪ੍ਰਸ਼ਾਦੇ ਬੀਬੀ ਭਾਨੀ ਨੇ ਫੜਾਈ। ਅਕਬਰ ਦੀਆਂ ਅੱਖਾਂ ਪਹਿਚਾਣ ਨਹੀਂ ਸਕੀਆਂ। ਛਕ ਲਿਆ ਭੋਜਨ ਹੱਥ ਧੋਤੇ, ਹੁਣ ਕਰਾਓ ਮੈਨੂੰ ਗੁਰੂ ਪਿਤਾ ਦੇ ਦਰਸ਼ਨ। ਜਦੋਂ ਤਖ਼ਤ ਉੱਤੇ ਬੈਠੇ ਦੀਨ ਦੁਨੀ ਦੇ ਵਾਲੀ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੱਕਿਆ, ਅਕਬਰ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਚੱਕਰ ਆ ਗਿਆ ਚੱਕਰ। ਉਹ ਐਡੀਆਂ ਕਰਨੀਆਂ ਦਾ ਮਾਲਕ ਹੋ ਕੇ ਆਪ ਦਾਲ ਵਰਤਾ ਰਿਹਾ ਸੀ ਸਤਿਗੁਰੂ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਮਹਾਰਾਜ, ਦੋ ਪ੍ਰਸ਼ਾਦੇ ਤੇਰੇ ਲੰਗਰ ਚੋਂ ਛਕੇ ਆ, ਮੇਰੇ ਜਨਮਾਂ ਦਾ ਦਲਿੱਦਰ ਦੂਰ ਹੋ ਗਿਆ ਜਨਮਾਂ ਦਾ। 84 ਪਿੰਡ ਗੁਰੂ ਨਾਨਕ ਦੇ ਲੰਗਰਾਂ ਦੇ ਨਾਂ ਲਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਚੱਕ ਲਾ ਆਪਦੇ 84 ਪਿੰਡ, ਕੱਲ ਨੂੰ ਲੋਕ ਕਹਿਣਗੇ ਅਕਬਰ ਦਾ ਲੰਗਰ ਹੈ। ਇਹ ਤੇ ਸੰਗਤ ਦੀ ਦਸਾਂ ਨੌਹਾਂ ਦੀ ਕਿਰਤ ਨਾਲ ਚੱਲਣੇ ਆ। ਮੈਨੂੰ ਬਾਬਾ ਜੀ ਹੋਣਾ ਨੇ ਦੱਸਿਆ, ਮੁੱਖ ਸੇਵਾਦਾਰ ਜੀ ਹੋਣਾ ਨੇ, ਕਿ ਇੱਕ ਸਿੰਘ ਅੱਜ ਕੱਲ੍ਹ ਆਸਟ੍ਰੇਲੀਆ ਰਹਿੰਦੇ ਨੇ ਝਬਾਲ ਵਾਲੇ, ਮੈਂ ਅੱਗੇ ਜਾ ਕੇ ਦੱਸਾਂਗਾ। ਉਹਨਾਂ ਵੱਲੋਂ ਇੱਕ ਦਿਨ ਦਾ ਜਲੇਬਾਂ ਦਾ ਲੰਗਰ ਲਾਇਆ ਗਿਆ। ਵੇਖੋ ਗੁਰੂ ਨਾਨਕ ਦੀ ਕਿੱਡੀ ਵੱਡੀ ਅਪਾਰ ਕਿਰਪਾ ਹੈ। ਧਿਆਨ ਦਿਓ ਦਰਾ, ਇਹ ਇਲਾਕਾ ਕਿਸਮਤ ਵਾਲਾ ਕਿਉਂ ਹੈ? ਧਿਆਨ ਨਾਲ ਸੁਣਨਾ, ਵੀਰ ਜੀ ਸੁਣ ਰਹੇ ਆ, ਬਿੱਕਾ ਭਾਜੀ। ਫਿਰ ਬੀਬੀ ਭਾਨੀ ਦੇ ਨਾਂ ਉਹਨੇ ਪਟਾ ਕਰਾ ਦਿੱਤਾ ਪਟਾ, ਤੇ ਗੋਇੰਦਵਾਲ ਸਾਹਿਬ ਤੋਂ ਲੈ ਕੇ ਬਿਆਸਾ ਦਰਿਆ ਦੇ ਕੰਢੇ ਕੰਢੇ ਆਖਰੀ ਪਿੰਡ ਹੈ ਰੁਹੇਲਾ ਪਿੰਡ, ਸ੍ਰੀ ਹਰਗੋਬਿੰਦ ਸਾਹਿਬਪੁਰੇ ਦੀ ਧਰਤੀ ਦੇ ਕੋਲ। ਇਹ 84 ਪਿੰਡ, ਤੁਹਾਡਾ ਇਲਾਕਾ ਵੀ ਉਹਦੇ ਵਿੱਚ ਆਉਂਦਾ ਹੈ, ਵੇਖ ਲਿਓ। ਗੁਰੂ ਅਰਜਨ ਦੇਵ ਜੀ ਨਾਲ ਚੰਦੂ ਨੇ ਈਰਖਾ ਕੀਤੀ, ਵੱਡਾ ਵਜ਼ੀਰ ਹੋਣ ਕਰਕੇ, ਸਰਕਾਰੇ ਦੁਬਾਰੇ ਦਬਦਬਾ ਹੋਣ ਕਰਕੇ, ਇਹਨਾਂ 84 ਪਿੰਡਾਂ ਦੇ ਉੱਤੇ ਅਕਬਰ ਨੇ, ਵਾਹਿਗੁਰੂ ਚੰਦੂ ਨੇ ਆਪਣੇ ਕੁੜਮਾਂ ਦਾ ਕਬਜ਼ਾ ਕਰਾ ਦਿੱਤਾ ਸੀ। ਘੇਰੜ ਗੋਦ ਦੇ ਖੱਤਰੀ ਸੀ ਉਹ, ਆ ਜਿਹੜੇ ਇੱਥੇ ਮਾਰੇ ਸੀ ਛਤਰਾਂ ਨਾਲ ਹੀ ਬਾਬੇ ਬਿਧੀ ਚੰਦ ਨੇ। ਧਿਆਨ ਦਿਓ ਦਰਾ, ਜਦੋਂ ਛੇਵੇਂ ਗੁਰੂ ਤਖ਼ਤ ਉੱਤੇ ਬੈਠੇ ਨਾ ਭੈਣੋ, ਹੱਥ ਜੋੜ ਕੇ ਦਾਦੀ ਭਾਨੀ ਦਾ ਪੋਤਰਾ ਦਾਦੀ ਨੂੰ ਕਹਿੰਦਾ, ਇਹ ਦਾਦੀ ਮਾਂ, ਉਹਨੂੰ ਪੋਤਰਾ ਅਖਵਾਉਣ ਦਾ ਹੱਕ ਹੀ ਨਹੀਂ ਜਿਹੜਾ ਆਪਣੀ ਦਾਦੀ ਦੀਆਂ ਜਾਇਦਾਦਾਂ ਦੋਸ਼ਟਾਂ ਦੇ ਸਿਰ ਭੰਨ ਕੇ ਉਹਨਾਂ ਦੇ ਕਬਜ਼ੇ ਵਿੱਚੋਂ ਛੁਡਾ ਕੇ ਮੁੜ ਕੇ ਦਾਦੀ ਦੇ ਨਾਂ ਨਾ ਕਰਾਵੇ। ਗੋਇੰਦਵਾਲ ਸਾਹਿਬ ਤੋਂ ਲੈ ਕੇ ਹਰਗੋਬਿੰਦਪੁਰੇ ਦੀ ਧਰਤੀ ਤੱਕ ਹਰਨਾਮ ਦਾਸ ਵਰਗਿਆਂ ਦੇ ਦੁਸ਼ਟਾਂ ਦੇ ਸਿਰ ਭੰਨ ਭੰਨ ਕੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਵਾਲੇ ਨੇ ਆਹ ਇਲਾਕਾ ਚੰਦੂ ਦੇ ਕੁੜਮਾਂ ਦੇ ਕਬਜ਼ੇ ਚੋਂ ਆਜ਼ਾਦ ਕਰਾ ਕੇ ਤੁਹਾਨੂੰ ਲੈ ਕੇ ਦਿੱਤਾ ਹੈ ਬੀਬੀ ਭਾਨੀ ਦੇ ਵੱਲੋਂ। ਗੱਜ ਕੇ ਆਖੋ ਸਤਨਾਮ, ਆਪਣੀ ਕਿਸਮਤ ਚੰਗੀ ਹੈ। ਨਾਮ ਜਪਿਆ ਕਰੋ ਛੇਵੇਂ ਗੁਰਾਂ ਦਾ, ਨਾਮ ਜਪਿਆ ਕਰੋ ਬੀਬੀ ਭਾਨੀ ਦਾ, ਪਿਤਾ ਗੁਰੂ, ਪਤੀ ਗੁਰੂ, ਪੁੱਤਰ ਗੁਰੂ, ਪੋਤਰਾ ਗੁਰੂ, ਪੜੋਤਰਾ ਗੁਰੂ, ਪੜੋਤਰੇ ਦਾ ਪੁੱਤਰ ਫਿਰ ਗੁਰੂ। ਐਡਾ ਵੱਡਾ ਇਤਿਹਾਸ, ਐਡਾ ਵੱਡੀਆਂ ਨਿਰਾਲੀਆਂ ਰਹਿਮਤਾਂ ਕਾਲ ਪੁਰਖ ਦੀਆਂ। ਮੈਂ ਬੇਨਤੀ ਕਰਦਾ ਜਾਵਾਂ, ਮੇਰੇ ਕਲਗੀਧਰ ਨੇ ਪੰਜਾਂ ਦੇ ਅੱਗੇ ਸੀ ਚੁਕਾ ਦਿੱਤਾ, ਤੁਹਾਨੂੰ ਅਕਾਲ ਪੁਰਖ ਨੇ ਅੰਮ੍ਰਿਤ ਦਿੱਤਾ ਹੈ, ਪੰਜਾਂ ਨੂੰ ਕਹਿੰਦੇ। ਤੇ ਮਹਾਰਾਜ ਦੱਸੋ, ਕਹਿੰਦੇ ਹੁਣ ਪੰਜ ਰਲ ਕੇ ਤੁਸੀਂ ਮੈਨੂੰ ਅੰਮ੍ਰਿਤ ਦੇਵੋ। ਕਮਾਲ ਹੋ ਗਈ, ਗੁਰੂ ਪਿਤਾ ਜੀ ਤੁਹਾਨੂੰ ਅੰਮ੍ਰਿਤ ਦੇਈਏ। ਮਹਾਰਾਜ ਕਹਿੰਦੇ ਹਾਂ, ਮੈਨੂੰ ਗੋਬਿੰਦ ਸਿੰਘ ਤੋਂ, ਵਾਹਿਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਪੰਜਾਂ ਦੀ ਪੰਚਾਇਤ ਬਣਾ ਸਕਦੀ ਹੈ, ਤੁਸੀਂ ਬਣਾ ਸਕਦੇ ਹੋ, ਮੈਂ ਵੀ ਗੋਬਿੰਦ ਸਿੰਘ ਬਣਨਾ ਹੈ। ਤੇ ਅੰਮ੍ਰਿਤ ਇੱਕ ਸ਼ਕਤੀ ਹੈ, ਐ ਭੁਜਾ ਤਣ ਗਈਆਂ ਪੰਜਾਂ ਜਰਨੈਲਾਂ ਦੀਆਂ, ਪੰਜਾਂ ਪਿਆਰਿਆਂ ਦੀਆਂ। ਉਹ ਡਰਪੋਕ ਨਹੀਂ ਸੀ,
ਉਹ ਕਿਸੇ ਤਲਵੇ ਚੱਟ ਬੰਦੇ ਦੇ ਚਮਚੇ ਨਹੀਂ ਸੀ ਕਰਮਾਂ ਵਾਲਿਓ ਜੋ ਅੱਜ ਸਾਡੇ ਨਾਲ ਹੋ ਰਿਹਾ ਹੈ। ਕਲਗੀਆਂ ਵਾਲੇ ਨੂੰ ਪਤਾ ਕੀ ਕਹਿੰਦੇ, ਕਹਿੰਦੇ ਬਾਜਾਂ ਵਾਲਿਆ ਅੰਮ੍ਰਿਤ ਲੈਣ ਤੋਂ ਪਹਿਲਾਂ ਸਿਰ ਦਿੱਤੇ ਨੇ, ਮੁਫ਼ਤ ਨਹੀਂ ਉਹ ਲਿਆ। ਤੇ ਤੁਸੀਂ ਗੁਰੂ ਜੇ ਸਿੱਖ ਅੰਮ੍ਰਿਤ ਲੈਣ ਲੱਗਿਆ ਸਿਰ ਦੇਵੇ ਤੇ ਗੁਰੂ ਨੂੰ ਕੀ ਦੇਣਾ ਚਾਹੀਦਾ? ਮਹਾਰਾਜ ਨੇ ਫਿਰ ਇੱਕ ਵਾਅਦਾ ਕੀਤਾ, ਹੱਥ ਜੋੜ ਕੇ ਕਹਿੰਦੇ ਕਹਿੰਦੇ ਮੈਂ ਜਿਸ ਤਰ੍ਹਾਂ ਦਿੱਲੀ ਵਿੱਚ ਸੀਸ ਦਿੱਤਾ ਪਿਤਾ ਜੀ ਦਾ, ਇਸ ਤਰ੍ਹਾਂ ਦੇਸ਼ ਤੋਂ ਜ਼ਿੰਦਗੀ ਕਮਾਵਾਂਗਾ। ਵੱਡਿਆਂ ਨੂੰ ਮੰਗੂ ਵਿੱਚ ਗੜੀ ਚਮਕੌਰ ਵਾਲੀ, ਛੋਟੇ ਸਰਹੰਦ ਕੀ ਦੀਵਾਰੋਂ ਮੈਂ ਚਨਾਊਂਗਾ। ਵਾਰ ਸਰਬੰਸ ਇਸ ਜੱਗ ਤੋਂ ਦਇਆ ਸਿੰਘ ਨਾਮ ਆਪਣਾ ਗੋਬਿੰਦ ਸਿੰਘ ਮੈਂ ਕਹਾਊਂਗਾ। ਮੈਨੂੰ ਮੈਂ ਤੁਸੀਂ ਸਿਰ ਦਿੱਤੇ, ਮੈਂ ਸਰਬੰਸ ਦੇ ਦਿਆਂਗਾ। ਗੱਜ ਕੇ ਆਖੋ ਸਤਨਾਮ। ਔਰ ਦਿੱਤਾ ਸਰਬੰਸ, ਦਿੱਤਾ ਪਿਓ, ਦਿੱਤਾ ਮਾਂ, ਚਾਰ ਬੱਚੇ। ਤੇ ਅੱਜ ਆਪਣਾ ਆਪ ਕਿੱਦਾਂ ਦੇਣ ਲੱਗੇ ਆ ਉਹ ਲੜੀ ਮੈਂ ਆਰੰਭ ਕਰਨੀ ਚਾਹੁੰਦਾ। ਇਹਦੇ ਵਿੱਚ ਵਿਰਾਗ ਆਵੇਗਾ, ਇਹਦੇ ਵਿੱਚ ਕਰਨਾ ਰਸ, ਇਹਦੇ ਵਿੱਚ ਅੱਖਾਂ ਵਿੱਚ ਹੰਝੂ ਆਉਣਗੇ ਕਿ ਸਾਡੇ ਸਤਿਗੁਰਾਂ ਦੇ ਨਾਲ ਆਹ ਕੁਝ ਹੋਇਆ। ਕਿਉਂ ਹੋਇਆ? ਕਿਉਂਕਿ ਸਾਡੇ ਚਿਹਰਿਆਂ ਦੇ ਉੱਤੇ ਰੌਣਕਾਂ, ਪੰਥ ਵਸੈ ਮੈਂ ਉੱਜੜਾਂ ਮਨ ਚਾਓ ਕਨੇਰਾ। ਓਏ ਸਾਰੇ ਜਣੇ ਆਖੀਏ ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ। ਕਲਗੀਆਂ ਵਾਲਿਆ ਤੂੰ ਧੰਨ ਸੀ, ਮਾਵਾਂ ਕਹਿੰਦੀਆਂ ਲਾਲ ਕਿੱਥੇ ਆ? ਇਹ ਗੁਰੂ ਗੋਬਿੰਦ ਸਿੰਘ ਹੀ ਕਹਿ ਸਕਦਾ ਨਾ? ਅੱਜ ਦਾ ਕੋਈ ਦੰਭੀ ਪਖੰਡੀ ਤੁਹਾਨੂੰ ਲੁੱਟ ਕੇ ਖਾਣ ਵਾਲਾ ਕੋਈ ਕਹਿ ਸਕਦਾ? ਕਿੰਨੇ ਤੁਰੇ ਫਿਰਦੇ ਆ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ। ਕਹਿੰਦੇ ਆ ਮੇਰੇ ਧੀਆਂ ਪੁੱਤ ਵਾ। ਉਹ ਗੁਰੂ ਗੋਬਿੰਦ ਸਿੰਘ ਜੀ ਚੱਲੀਏ ਆਪਾਂ ਬਠਿੰਡੇ, ਦੋ ਪਿੰਡ ਨੇ ਜੀ ਦੀਨਾ ਤੇ ਕਾਂਗੜ, ਇੱਥੋਂ ਕਹਾਣੀ ਸ਼ੁਰੂ ਹੋਣ ਲੱਗੀ ਹੈ। ਸਾਰਾ ਕੁਝ ਕੁਰਬਾਨ ਹੋ ਚੁੱਕਾ ਏ, ਮਹਾਰਾਜ ਦੇ ਕੋਲ ਕੋਈ ਘਰ ਨਹੀਂ, ਕੋਈ ਕਿਲਾ ਨਹੀਂ, ਕੋਈ ਫੌਜ ਨਹੀਂ, ਕੋਈ ਅਸ਼ਤਰ ਨਹੀਂ, ਕੋਈ ਸ਼ਸਤਰ ਨਹੀਂ, ਇੱਕ ਅਕਾਲ ਪੁਰਖ ਦਾ ਨਾਮ ਏ। ਧਿਆਨ ਦਿਓ ਜ਼ਰਾ, ਇੱਕ ਅਕਾਲ ਪੁਰਖ ਦਾ ਨਾਮ। ਪਾਣੀ ਦੀ ਢਾਬ ਵਿੱਚ ਕਰਕੇ ਇਸ਼ਨਾਨ ਲਾ ਕੇ, ਚੌਂਕੜਾ ਪੜ੍ਹ ਕੇ, ਪੰਜ ਬਾਣੀਆਂ ਕਰਕੇ, ਆਸਾ ਜੀ ਦੀ ਵਾਰ ਦਾ ਕੀਰਤਨ ਹੋਈ ਅਰਦਾਸ, ਤੇ ਭਾਈ ਦਇਆ ਸਿੰਘ ਮਹਾਰਾਜ ਦੇ ਕੋਲ ਖੜੇ ਆ। ਕਹਿੰਦੇ ਦਇਆ ਸਿੰਘ ਪੁੱਤਰਾ ਜਰਾ ਮੇਰੇ ਨੇੜੇ ਆ ਜਾ। ਜੁੜ ਗਏ ਹੱਥ। ਅੱਜ ਗੁਰੂ ਪਿਤਾ ਜੀ ਦਾ ਬੀਰ ਆਸਣ ਵੇਖਣ ਵਾਲਾ ਏ। ਕਹਿੰਦੇ ਦਇਆ ਸਿਆ, ਔਰੰਗਜ਼ੇਬ ਦੀ ਮੌਤ ਆ ਗਈ ਏ, ਮੁਗਲ ਮਾਰਨਾ ਏ। ਧਿਆਨ ਦੇ ਨਾਲ ਬਚਨ ਸੁਣਿਓ ਜਰਾ ਮਨ ਕਰਕੇ। ਤੇ ਪੁੱਤਰਾ ਤੂੰ ਮੇਰਾ ਵੱਡਾ ਸਲਾਹਕਾਰ ਏ, ਪੰਜਾਂ ਦਾ ਮੁਖੀ ਏ। ਮੈਂ ਤੈਨੂੰ ਪੁੱਛਦਾ ਵੀ ਔਰੰਗਜ਼ੇਬ ਦੀ ਮੌਤ ਆ ਗਈ ਏ, ਔਰੰਗਜ਼ੇਬ ਨੂੰ ਆਪਾਂ ਮਾਰਨਾ ਏ, ਤੇ ਮੈਨੂੰ ਸਲਾਹ ਦੇ ਕਲਮ ਨਾਲ ਮਾਰੀਏ ਕਿ ਕਿਰਪਾਨ ਨਾਲ ਮਾਰੀਏ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਸਮਝ ਪੈ ਗਈ ਨਾ ਭੈਣੋ? ਇਹ ਬੱਚਿਆਂ ਨੂੰ ਭੈਣ ਜੀ ਗੱਲਾਂ ਸਿਖਾਉਣੀਆਂ ਨੇ ਕਿ ਔਰੰਗਜ਼ੇਬ ਕਿੱਦਾਂ ਮਾਰਿਆ। ਆ ਨਿੱਕੇ ਨਿੱਕੇ ਜਿਹੜੇ ਨਾ ਕਾਲੇ ਪਟਕੇ ਵਾਲਾ, ਮੈਂ ਅਗਲੇ ਸਾਲ ਭੈਣੇ ਨੂੰ ਪੁੱਛਣਾ ਹੀ ਹੋ, ਜੇ ਇਹ ਦੱਸ ਗਿਆ ਨਾ ਤੇ 1100 ਰੁਪਈਆ ਨਾਮ ਤੇ ਸਰੋਪਾ ਗੁਰੂ ਘਰ ਵੱਲੋਂ ਦਵਾ ਕੇ ਜਾਵਾਂਗਾ। ਜਿਹੜੀ ਵੀ ਮਾਂ ਦਾ ਪੁੱਤ ਹੈ ਇਹਨੂੰ ਇੱਧਰ ਨੂੰ ਭਾਲਾ। ਹੁਣ ਮੇਰੀ ਭੈਣ, ਵਾਹਿਗੁਰੂ ਪਤਾ ਲੱਗੇ ਕਿ ਇੱਥੇ ਸਿੱਖੀ ਦਾ ਬੋਲਬਾਲਾ ਹੈਗਾ ਏ। ਇੱਦਾਂ ਗੱਲਾਂ ਬਣਨੀਆਂ ਨੇ, ਦੁਸ਼ਟ ਕਿਹੜੇ ਆਉਂਦੇ ਜੋ ਸਭ ਕੁਝ ਲੁੱਟ ਕੇ ਕੁੱਟ ਕੇ ਲੈ ਜਾਣਾ ਉਹਨਾਂ ਨੇ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਏ। ਕਈ ਬੰਦੇ ਕਹਿਣਗੇ ਜੀ ਸਿੱਖੀ ਨੂੰ ਖਤਰਾ, ਮੈਂ ਕਿਹਾ ਜ਼ਬਾਨ ਬੰਦ ਕਰ। ਕਹਿੰਦਾ ਕੀ ਗੱਲ?
ਮੈਂ ਕਿਹਾ ਸਿੱਖੀ ਨੂੰ ਕੋਈ ਖਤਰਾ ਨਹੀਂ, ਖਤਰਾ ਇਹ ਤੇ ਤੁਹਾਡੀ ਚੌਧਰ ਨੂੰ ਖਤਰਾ ਹੈ। ਗੱਜ ਕੇ ਆਖੋ ਸਤਨਾਮ। ਇਹ ਸਿੱਖੀ ਵੀ ਉਦੋਂ ਹੀ ਇਹਨਾਂ ਨੂੰ ਯਾਦ ਆਉਂਦੀ ਹੈ ਜਦੋਂ ਕੁੱਟ ਪੈਂਦੀ ਹੈ। ਹੁਣ ਭੱਜੇ ਫਿਰਦੇ ਨਾ ਸਾਰੇ, ਤੇ ਜਦੋਂ ਸਿੱਖੀ ਵਾਲੇ ਮਹਾਰਾਜ ਨੇ ਬਣਾਇਆ ਸੀ ਉਦੋਂ ਡੀਂਗਾ ਮਾਰਦੇ ਸੀ। ਕਿੱਧਰ ਨੂੰ ਤੁਰ ਪਿਆ ਗੁਰੂ ਦਾ ਖਾਲਸਾ? ਓਏ ਗੁਰੂ ਦੇ ਪਿਆਰ ਵਾਲਿਓ ਉੱਚੇ ਉੱਠੋ, ਜ਼ਿੰਦਗੀ ਇੱਕ ਸਾਜ ਹੈ, ਇਸ ਨੂੰ ਵਜਾਉਣਾ ਸਿੱਖ ਲੈ। ਰਹੀਆ ਓਏ ਰਾਹੇ ਜਾਂਦੇ ਆ, ਡਿੱਗੇ ਨੂੰ ਉਠਾਉਣਾ ਸਿੱਖ ਲੈ। ਖਾਲਸੇ ਨੂੰ ਡਿੱਗਿਆਂ ਨੂੰ ਉਠਾਉਣਾ ਸਿਖਾਇਆ ਸੀ ਕਲਗੀਆਂ ਵਾਲੇ ਨੇ। ਧਿਆਨ ਦਿਓ ਉਧਰ, ਭਾਈ ਦਇਆ ਸਿੰਘ ਬੜੇ ਸਿਆਣੇ ਸੀ। ਜੇ ਮਹਾਰਾਜ ਸਾਨੂੰ ਇਹ ਗੱਲ ਪੁੱਛਣ ਤੇ ਅਸੀਂ ਕੀ ਉੱਤਰ ਦੇਵਾਂਗੇ? ਸਾਡੇ ਕੋਲ ਕੋਈ ਉੱਤਰ ਨਹੀਂ। ਹੱਥ ਜੋੜ ਕੇ ਸੀ ਝੁਕਾ ਕੇ ਦਇਆ ਸਿੰਘ ਮਹਾਰਾਜ ਨੂੰ ਕਹਿੰਦੇ ਕਹਿੰਦੇ, ਭਾਈ ਦਇਆ ਸਿੰਘ ਜੀ ਕਹਿੰਦੇ, ਸਤਿਗੁਰੂ ਜੀ ਤੁਸਾਂ ਨੇ ਕਹਿ ਦਿੱਤਾ ਤੇ ਔਰੰਗਜ਼ੇਬ ਮਰ ਗਿਆ, ਕਹਾਣੀ ਖਤਮ। ਹੁਣ ਭਾਵੇਂ ਕਲਮਨਾ ਮਾਰ ਦਿਓ ਤੇ ਭਾਵੇਂ ਕਿਰਪਾਨ ਨਾਲ ਮਾਰ ਦਿਓ, ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਉਹਨੇ ਨਬੇੜਾ ਹੀ ਕਰਤਾ, ਸਤਿਗੁਰੂ ਜੀ ਤੁਸੀਂ ਕਹਿ ਦਿੱਤਾ ਔਰੰਗਜ਼ੇਬ ਮਰ ਗਿਆ, ਕਿਉਂਕਿ ਗੁਰੂ ਦੇ ਬਚਨ ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕ ਹੈ, ਧਿਆਨ ਦੇਣ ਦਾ ਯਤਨ ਕਰਿਓ। ਮਹਾਰਾਜ ਕਹਿੰਦੇ ਲਿਆਓ ਫੇ ਕਾਗਜ਼ ਤੇ ਕਲਮ। ਕਿਰਪਾਨ ਦੇ ਨਾਲ ਮਾਰਨਾ ਹੁੰਦਾ ਤੇ ਬੜੇ ਚਿਰ ਦਾ ਮਾਰ ਦਿੰਦੇ। ਔਰੰਗਜ਼ੇਬ ਮਤਸਵੀ ਜਨੂਨੀ, ਮੈਂ ਇਹਦਾ ਇਤਿਹਾਸ ਪੜ੍ਹਿਆ ਹੈ ਜੀ। ਕਦੇ ਨੌਵੇਂ ਪਾਤਸ਼ਾਹ ਦਾ ਪੁਰਬ ਮਨਾਇਓ, ਸੱਦ ਲਿਓ ਰਾਤਰੀ ਦਾ ਦੀਵਾਨ ਰੱਖ ਲਿਓ ਤੇ ਸਰੋਤੇ ਹੋਣੇ ਚਾਹੀਦੇ ਆ। ਉਦੋਂ ਇਹ ਨੀਗਾ ਵੀ ਇੱਧਰ ਵੀ ਰੌਲੀ ਪਵੇ ਤੇ ਉੱਧਰ ਵੀ। ਔਰੰਗਜ਼ੇਬ ਨੇ ਸਾਰੀ ਜ਼ਿੰਦਗੀ ਨੌਜਵਾਨੋਂ ਸ਼ਰਾਬ ਦਾ ਸਵਾਦ ਨਹੀਂ ਵੇਖਿਆ, ਧਿਆਨ ਦਿਓ ਦਰਾਂ। ਹਿੰਦੁਸਤਾਨ ਦੇ ਖਜ਼ਾਨੇ ਵਿੱਚੋਂ ਉਹਨੇ ਇੱਕ ਵੀ ਰੁਪਈਆ ਨਹੀਂ ਖਾਧਾ। ਤੁਸੀਂ ਕਹੋਗੇ ਰੋਟੀ ਕਿੱਥੋਂ ਖਾਂਦਾ ਸੀ? ਅਸਲਾਮ ਦਾ ਸਰਈ ਵੱਡਾ ਥੰਮ, ਕੁਰਾਨ ਦੇ ਵਿੱਚੋਂ ਜਿੱਦਾਂ ਆਪਣੇ ਗੁਰਬਾਣੀ 'ਚੋਂ ਗੁੱਟ ਕੇ ਤਿਆਰ ਹੁੰਦੇ ਆ ਨਾ, ਕੁਰਾਨ ਦੀਆਂ ਆਇਤਾਂ ਆਪਣੇ ਹੱਥੀਂ ਗੁਟਕਿਆਂ ਵਿੱਚ ਲਿਖਦਾ ਸੀ। ਉਹ ਗੁਟਕੇ ਦਿੱਲੀ ਦੀਆਂ ਬਾਜ਼ਾਰਾਂ ਵਿੱਚ ਵੇਚੇ ਜਾਂਦੇ, ਜਿਹੜੇ ਪੈਸੇ ਬਚਦੇ ਉਹਦੀ ਰੋਟੀ ਖਾਂਦਾ ਸੀ। ਸ਼ਰਾਬ ਨੂੰ ਮੂੰਹ ਨਹੀਂ ਲਾਇਆ ਤੇ ਦੂਜੇ ਲੋਕਾਂ ਦਾ ਲਹੂ ਮੱਟਾਂ ਦੇ ਮੱਟ ਪੀ ਕੇ ਵੀ ਡਕਾਰ ਨਹੀਂ ਸੀ ਮਾਰਦਾ। ਸਰਮਦ ਵਰਗੇ ਫਕੀਰ ਕਤਲ ਕਰ ਦਿੱਤੇ, ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ। ਇੱਥੋਂ ਤੱਕ ਜ਼ੁਲਮ ਕਿ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਉਹਦੇ ਰਾਜ ਵਿੱਚ ਨੀਹਾਂ ਵਿੱਚ ਚਿਣ ਦਿੱਤਾ। ਅੱਜ ਗੁਰੂ ਕਲਗੀਧਰ ਪਾਤਸ਼ਾਹ ਕੀਤੇ ਹੋਏ ਜ਼ੁਲਮਾਂ ਦਾ ਹਿਸਾਬ ਕਿਤਾਬ ਨਿਬੇੜਨ ਲੱਗੇ ਆ। ਕਹਿੰਦੇ ਇਹੋ ਜੀ ਮੌਤ, ਲਿਆਓ ਕਾਗਜ਼ ਤੇ ਕਲਮ। ਦੁਨੀਆਂ ਦੇ ਵਾਲੀ ਪਾਣੀ ਦੀ ਢਾਬ ਦੇ ਕੰਢੇ ਜੰਗਲ ਦੇ ਉੱਤੇ ਬੈਠੇ ਨੇ ਡੱਲਾ ਨਾ ਮੱਲਾ ਗੁਰੂ ਨਾਲ ਅੱਲਾ, ਕੇਵਲ ਅਕਾਲ ਪੁਰਖ ਦੀ ਓਟ ਲੈ ਕੇ। ਲਾਈ ਨਗਾਰੇ ਦੇ ਉੱਤੇ ਚੋਟ, ਮਹਾਰਾਜ ਦੇ ਚਿਹਰੇ ਉੱਤੇ ਗਿੜ ਗਿੜ ਲਾਲੀਆਂ ਆ ਗਈਆਂ। ਲਿਖਣ ਲੱਗੇ ਨੇ ਜ਼ਫਰਨਾਮਾ, ਲਓ ਜੀ ਫੜੀ ਕਲਮ, ਚੱਕਿਆ ਕਾਗਜ਼। ਭਾਈ ਦਇਆ ਸਿੰਘ ਨੇ ਦਵਾਤ ਸ਼ਾਹੀ ਵਾਲੀ ਅੱਗੇ ਕੀਤੀ, ਲਾ ਕੇ ਟੋਪੂ। ਗੁਰੂ ਨਾਨਕ ਅਕਾਲ ਪੁਰਖ ਨੂੰ ਯਾਦ ਕਰਕੇ ਕਲਗੀਆਂ ਵਾਲੇ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਅੱਖਰ ਹੇ ਐਂ ਲਿਖੇ ਨੀ ਬਈ। ਗੁਰ ਪਰਵਾਨਾ ਲਿਖਿਆ ਔਰੰਗਜ਼ੇਬ ਨੂੰ।
ਬੇਈਮਾਨਾ ਸੰਗਤ ਜੀ, ਇਦਾਂ ਦਾ ਸੋਹਣਾ ਦਰਬਾਰ, ਦੁਨੀਆਂ ਦੇ ਵਾਲੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ, ਤੁਹਾਡੇ ਵਰਗੀਆਂ ਸੰਗਤਾਂ ਹੋਣ ਤੇ ਸਾਨੂੰ ਸਾਰੀ ਰਾਤ ਹੀ ਗਾਉਣ ਨੂੰ ਟਾਈਮ ਦੇ ਦਿਓ, ਅੱਕਾਂਗੇ ਨਹੀਂ, ਥੱਕਾਂਗੇ ਨਹੀਂ, ਗੱਜ ਕੇ ਆਖੋ ਸਤਨਾਮ। ਬਾਣੀ ਦੀ ਇੱਕ ਪੰਕਤੀ ਆਧਾਰ ਮੰਨ ਲਓ,
ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ ਹੈ। ਹੁਣ ਮੈਂ ਜਿੰਨੀ ਵੀ ਬੋਲਣੀ ਹੈ ਰਾਜਨੀਤੀ ਬੋਲਣੀ ਹੈ। ਅੱਜ ਸਾਡੇ ਬੱਚਿਆਂ ਨੂੰ ਰਾਜਨੀਤੀ ਨਹੀਂ ਆਉਂਦੀ। ਦੁਸ਼ਮਣ ਬਾਤ ਕਰੇ ਅਨਹੋਣੀ, ਮਾਫੀ ਚਾਹਵਾਂਗਾ ਜੇ ਇਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ ਨਾ ਕਰਮਾਂ ਵਾਲੇ ਉੱਤੇ ਬਾਹਰ ਬਾਹਰਲਿਆਂ ਮੁਲਕਾਂ 'ਚ ਜਾ ਕੇ ਰੁਲਦੇ ਨਾ, ਸੂਰਮੇ ਬਣ ਕੇ ਇੱਥੇ ਦੁਸ਼ਮਣ ਦੀਆਂ ਹੇਕਾਂ ਵਿੱਚ ਵੱਜਦੇ, ਬਹਾਦਰ ਬਣਦੇ, ਪੜ੍ਹਦੇ ਲਿਖਦੇ ਵੱਡੇ ਅਫਸਰ ਬਣਦੇ, ਆਪਣੀਆਂ ਤਕਦੀਰਾਂ ਦੇ ਮਾਲਕ। ਬੱਸੀ ਪਠਾਣਾ 22 ਬੱਸੀਆਂ ਸੀ, 22 ਕਿਲੇ। ਜਾਬਰ ਬੇਗ ਨੇ ਇੱਕ ਪੰਡਿਤ ਦੀ ਪੰਡਤਾਣੀ ਚੱਕ ਲਈ, ਨਵੀਂ ਵਿਆਹੀ ਸੀ, ਰੋਂਦਾ ਕਰਲਾਂਦਾ ਆਨੰਦਪੁਰ ਸਾਹਿਬ ਆ ਗਿਆ, ਨੌਜਵਾਨੋ ਤੇ ਕਲਗੀਆਂ ਵਾਲੇ ਦੇ ਕੋਲ ਦਹਾਈਆਂ ਦਿੱਤੀਆਂ। ਮਹਾਰਾਜ ਕਹਿੰਦੇ ਮਾਰ ਮਾਰ ਕੇ ਥੱਪੜ ਤੇਰੇ ਦੰਦ ਕੱਢ ਦੇਈਏ, ਪੰਡਤਾ ਸਾਡੇ ਕੋਲ ਆਣ ਕੇ ਰੋਣਾ ਤੈਨੂੰ ਤੇਰੇ ਵੱਡੇ ਵਡੇਰੇ ਭੁੱਲ ਗਏ, ਤੁਹਾਡਾ ਵੱਡਾ ਵਡੇਰਾ। ਮਹਾਰਾਜ ਕਹਿੰਦੇ ਹੋਏ ਪਰਸੂਰਾਮ ਬ੍ਰਾਹਮਣ 21 ਵਾਰ ਯੋਧਿਆਂ ਤੋਂ ਧਰਤੀ ਖਾਲੀ ਕਰ ਦਿੱਤੀ ਸੀ, ਇੱਕ ਬ੍ਰਾਹਮਣ ਹੋਇਆ ਦਰੋਣਾਚਾਰੀਆ ਜਿਹਨੇ ਕੌਰਵ ਪਾਂਡਵ ਅਰਜਨ ਵਰਗੇ ਯੋਧਿਆਂ ਨੂੰ ਟ੍ਰੇਨਿੰਗਾਂ ਦਿੱਤੀਆਂ। ਇਹ ਤੁਹਾਡੇ ਵਿੱਚ ਕਹਿੰਦੇ ਨੀਚਤਾ ਕਿਉਂ ਆਈ, ਤੁਹਾਡੀਆਂ ਜਨਾਨੀਆਂ ਖੋ ਕੇ ਲੈ ਜਾਣ ਮੁਗਲ ਪਠਾਨ, ਕਿਉਂਕਿ ਹਰਾਮ ਖਾਣਾ ਤੁਸਾਂ ਨੇ ਸਿੱਖ ਲਿਆ ਸੀ, ਗੱਜ ਕੇ ਆਖੋ ਸਤਨਾਮ। ਫਿਰ ਮਹਾਰਾਜ ਨੇ ਆਪਣੇ ਪੁੱਤਰ ਵੱਲ ਤੱਕਿਆ ਹੀ ਆ, ਕਹਿੰਦੇ ਬੇਟਾ ਅਜੀਤ ਸਿੰਘ 14 ਸਾਲ ਦਾ ਸੀ, ਛਾਲ ਮਾਰ ਕੇ ਤੂਫਾਨ ਦੀ ਤਰ੍ਹਾਂ ਉੱਠ ਕੇ ਖੜਾ ਹੋ ਗਿਆ, ਹਿਮਾਲੀਆ ਪਰਬਤ ਵਰਗਾ ਜਿਗਰਾ, ਹੱਥ ਜੋੜ ਕੇ ਕਹਿੰਦਾ ਪਿਤਾ ਜੀ, ਗੁਰੂ ਪਿਤਾ ਜੀ ਕੀ ਹੁਕਮ ਆ? ਕਹਿੰਦੇ ਬੇਟਾ 100 ਸਿੰਘ ਦੇਣਾ ਤੈਨੂੰ, 22 ਕਿਲੇ ਆ, 22 ਸਰਦਾਰ ਆ ਬੱਸੀਆਂ ਦੇ, ਪਠਾਨ ਤੋਪਾਂ ਉਹਨਾਂ ਦੇ ਕੋਲ, ਪਰ ਪੁੱਤਰਾ ਤੇਰੇ ਨਾਲ ਗੁਰੂ ਨਾਨਕ ਜੀ ਜਾਣਗੇ, ਆਹ ਗੱਲ ਪੱਲੇ ਬੰਨ ਲਓ, ਕਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕਰਿਓ ਹਾਂ ਅਰਦਾਸ। ਮਹਾਰਾਜ ਕਿਤੇ ਚੱਲੇ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਨੂੰ ਸਾਡੇ ਨਾਲ ਘੱਲ ਦਿਓ। ਜੇ ਇਹ ਅਰਦਾਸ ਕਰਨੀ ਤੁਹਾਨੂੰ ਸਾਨੂੰ ਆ ਗਈ, ਮੈਂ ਵੀ ਤੁਹਾਡੇ ਵਰਗਾ ਹੀ ਆ, ਫਿਰ ਬਾਣੀ ਨੇ ਕੀ ਕਹਿਣਾ ਹੈ? ਵਿੱਚ ਕਰਤਾ ਪੁਰਖ ਖਲੋ ਵਾਲ ਨਾ ਵਿੰਗਾ, ਵਿਸ਼ਵਾਸੀ ਬਣੀਏ ਆਪਾਂ, ਵਾਸਤਾ ਜੇ ਕੌਮ ਦਿਆਂ ਪ੍ਰਚਾਰਕਾਂ ਨੂੰ। ਮਾਇਆ ਸਤਿਗੁਰੂ ਨੇ ਬਹੁਤ ਆਪਾਂ ਨੂੰ ਦੇ ਦੇਣੀ ਹੈ, ਤੰਦਰੁਸਤੀ ਮੰਗੋ ਪ੍ਰਚਾਰਕੋ, ਮੇਰੀ ਕੌਮ ਦੇ ਕਥਾ ਵਾਚਕਾਂ ਨੂੰ ਪ੍ਰਣਾਮ ਹੈ, ਮੇਰਾ ਕਵੀਸ਼ਰਾਂ ਨੂੰ ਪ੍ਰਣਾਮ ਹੈ, ਢਾਡੀ ਸਿੰਘਾਂ ਨੂੰ ਪ੍ਰਣਾਮ ਹੈ, ਕੀਰਤਨੀਆਂ ਨੂੰ। ਗੁਰੂ ਪਿਤਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪੂਰੀ ਦੁਨੀਆਂ ਵਿੱਚ ਕੌਮੀ ਪ੍ਰਚਾਰਕ ਬੁਲਾਰੇ ਕੀਰਤਨੀਏ ਕਥਾ ਵਾਚਕ ਕਵੀਸ਼ਰ ਸਿੰਘ ਰਾਗੀ ਢਾਡੀ ਕਵੀ ਜਿੱਥੇ ਵੀ ਵੱਸਦੇ ਆ, ਸਤਿਗੁਰਾਂ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਕੌਮ ਦੀਆਂ ਤਕਦੀਰਾਂ ਘੜਨ ਵਾਸਤੇ ਉਹਨਾਂ ਨੂੰ ਤਾਕਤ ਦੇ ਦੇ, ਉਹਨਾਂ ਦੀ ਜ਼ਬਾਨ ਦੇ ਉੱਤੇ ਮਹਾਰਾਜ ਗੁਰੂ ਨਾਨਕ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਬਹਿ ਜਾਓ, ਕੌਮ ਸੁੱਤੀ ਹੋਈ ਜਾਗ ਪਵੇ। ਤੇ ਕੌਮ ਨੇ ਕਦੇ ਧੋਖਾ ਨਹੀਂ ਉਹ ਦਿੱਤਾ ਜਦੋਂ ਦਿੱਤਾ ਇਹ ਲੀਡਰਾਂ ਨੇ ਦਿੱਤਾ, ਇਹ ਗੱਜ ਕੇ ਆਖੋ ਸਤਨਾਮ। ਇਹ ਹਲੂਣੇ ਆ ਭੈਣੋ, ਜਰਾ ਧਿਆਨ ਦਿਓ, ਮਹਾਰਾਜ ਨੇ ਜਫਰਨਾਮਾ ਲਿਖਿਆ, ਗੱਲ ਧਿਆਨ ਨਾਲ ਸੁਣਿਓ ਜਰਾ, ਲਿਖਿਆ ਔਰੰਗਜ਼ੇਬ ਨੂੰ ਸਤਿਗੁਰ ਪ੍ਰਵਾਨਾ, ਹੋਏ ਸੁਣ ਸਮਰਾਟਾ ਭਾਰਿਆ ਹਿੰਦ ਦੇ ਸੁਲਤਾਨਾ,
ਤੈਨੂੰ ਭੁੱਲ ਗਿਆ ਖੌਫ ਖੁਦਾ ਦਾ, ਨਾਲੇ ਐ ਟੁਕਰਾਨਾ ਕਰਵਾ ਦੇ ਕਸਮਾਂ ਤੋੜੀਆਂ ਓਏ ਝੂਠੇ ਬੇਈਮਾਨਾ, ਮੇਰਾ ਸਭ ਕੁਝ ਬਰਬਾਦ ਕਰਨ ਦੇ ਲਈ ਤੂੰ ਕੁਰਾਨ ਦੀ ਕਸਮ ਖਾਧੀ, ਬੇਈਮਾਨ ਬਣਿਆ ਝੂਠਾ। ਪਰ ਇੱਕ ਗੱਲ ਯਾਦ ਰੱਖ, ਅਜੇ ਬੈਠਾ ਕੁੰਡਲ ਮਾਰ ਕੇ ਮੇਰਾ ਪੰਥ ਮਹਾਨਾ। ਤੁਹਾਨੂੰ ਗੁਰੂ ਕਲਗੀਧਰ ਨੇ ਪੰਥ ਨੂੰ ਮਹਾਨ ਕਿਹਾ ਹੈ, ਤੇ ਆਪਾਂ ਸਾਰੇ ਜਣੇ ਮਨਾਂ ਅੰਦਰ ਝਾਤੀ ਮਾਰ ਲਈਏ ਵੀ ਆਪਾਂ ਮਹਾਨ ਹੈਗੇ ਆ। ਕਹਿੰਦੇ ਮੇਰਾ ਪੰਜਵਾਂ ਪੁੱਤਰ ਖਾਲਸਾ ਪੰਥ ਮਹਾਨ, ਤੈਨੂੰ ਬਲਦੀ ਅੱਗ ਵਿੱਚ ਸੁੱਟ ਕੇ ਕਰ ਦੇਊ ਵਰਾਨਾ। ਇੱਕ ਗੱਲ ਮਹਾਰਾਜ ਨੇ ਖੁੱਲੇ ਮੈਦਾਨ ਵਿੱਚ ਕਹੀ, ਸਾਰੀ ਜ਼ਿੰਦਗੀ ਨਹੀਂ ਮਹਾਰਾਜ ਨੇ ਏਦਾਂ ਦੀ ਗੱਲ ਕਹੀ, ਅੱਜ ਪਹਿਲੀ ਵਾਰ ਕਹੀ ਆ। ਕਹਿੰਦੇ ਜੇ ਮਰਦ ਕਹਾਉਣਾ ਪਾਜੀਆ ਆ ਨਿੱਤਰ ਮੈਦਾਨਾ, ਜੇ ਤੂੰ ਵੱਡਾ ਸੂਰਮਾ ਘੋੜ ਸਵਾਰ ਯੋਧਾ ਹੈ ਨਾ ਮੈਦਾਨ ਵਿੱਚ ਆ, ਆਪਾਂ ਦੋਨੋਂ ਹੀ ਦੋ ਹੱਥ ਕਰ ਲਈਏ ਰੱਖ ਨੂਰ ਨਿਸ਼ਾਨਾ, ਮੈਦਾਨ ਵਿੱਚ ਆ ਜਰਾ ਦੌਲਿਆਂ ਦੀ ਤਾਕਤ ਪਰਖੀਏ, ਮੇਰੀ ਵੀ ਤੇ ਤੇਰੀ ਵੀ ਪਰਖਣੀ। ਕਿਹਨੇ ਸੀ ਗੁਰੂ ਕਲਗੀਧਰ ਦਾ ਲਿਖਿਆ ਜਫਰਨਾਮਾ ਭਾਈ ਦਇਆ ਸਿੰਘ ਜੀ ਲੈ ਕੇ ਔਰੰਗਾਬਾਦ ਪਹੁੰਚੇ ਹਜ਼ੂਰ ਸਾਹਿਬ ਨੂੰ ਜਾਂਦਿਆਂ ਰਾਹ ਵਿੱਚ, ਆ ਜੀ ਇਹਦੀ ਕਬਰ ਦਾ ਹਾਲ ਵੇਖ ਕੇ ਜਾਇਓ, ਥੂ ਥੂ ਪਈ ਹੁੰਦੀ ਹੈ, ਉਹਦੇ 'ਤੇ ਮੈਂ ਉਦੋਂ ਬੋਲਾਂਗਾ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਾਂਗਾ। ਖਿਆਲ ਕਰਿਓ ਜ਼ਰਾ, ਮਰ ਗਿਆ ਕਲਗੀਆਂ ਵਾਲੇ ਦਾ ਜਫਰਨਾਮਾ ਪੜ੍ਹ ਕੇ ਰੂਹ ਕਰਲਾ ਉੱਠੀ। ਮਹਾਰਾਜ ਨੇ ਏਦਾਂ ਦਾ ਸੱਚ ਲਿਖਿਆ, ਤੜਫ ਤੜਫ ਕੇ ਔਰੰਗਜ਼ੇਬ ਦੇ ਪ੍ਰਾਣ ਪੰਖੇਰੂ ਜਹਨਮ ਨੂੰ ਤੁਰ ਗਿਆ, ਨਰਕਾਂ ਨੂੰ ਤੁਰ ਗਿਆ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਸੁਭਾਵਿਕ ਗੱਲ ਏ, ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨਹੀਂ, ਤੇ ਜਿਹੜੀ ਕਰਤੂਤ ਕਰਕੇ ਇਹਨੇ ਰਾਜ ਲਿਆ ਸੀ ਤੇ ਇਹਦੇ ਪੁੱਤਰ ਕਿਹੜਾ ਪੱਧਰੇ ਸੀ? ਰਾਜਨੀਤੀ ਧਿਆਨ ਨਾਲ ਸੁਣਿਓ ਜ਼ਰਾ, ਮੈਂ ਅੱਜ ਕਿੰਨਾ ਖੁਸ਼ ਨਸੀਬ ਹਾਂ, ਬਿੱਕਾ ਸਾਊਂਡ 'ਤੇ ਅੱਜ ਮੈਂ ਪਹਿਲੀ ਵਾਰੀ ਗਾ ਰਿਹਾ ਜੀ, 29 ਸਾਲ ਹੋ ਗਏ ਨੇ, ਦੂਜੀ ਵਾਰ ਬਬਰੀ ਸੀ ਨਾ ਆਪਾਂ ਪਹਿਲੀ ਵਾਰ, ਹਾਂਜੀ ਵਾਹ ਵਾਹ। ਲਓ ਜੀ ਭਾਈ ਸਾਹਿਬ ਜੀ ਉਹਨਾਂ ਨੂੰ ਯਾਦ ਆ ਗਿਆ, ਮਹਾਰਾਜ ਕਿਰਪਾ ਕਰੇ, ਦੀਵਾਨਾਂ ਦੀਆਂ ਲੜੀਆਂ ਚੱਲਦੀਆਂ ਰਹਿੰਦੀਆਂ, ਇੰਨੇ ਕੁ ਗੁਰਮੁਖ ਮਿਲੇ ਇਹਨਾਂ ਦੇ ਪਿਤਾ ਜੀ ਹੋਣੀ, ਅੱਧਾ ਅੱਧਾ ਘੰਟਾ ਅਸੀਂ ਰੋਜ਼ ਹੀ ਮੋਬਾਈਲ 'ਤੇ ਵਿਚਾਰਾਂ ਕਰਦੇ ਹਾਂ। ਮੇਰੇ ਨਾ ਸਾਥੀ ਤਿੰਨ ਜਣੇ ਕਈ ਵਾਰੀ ਨਾ ਮੈਨੂੰ ਫੋਨ ਕਰਨਗੇ, ਭਾਅ ਜੀ ਸੁੱਤੇ ਹੋਏ ਆ। ਮੈਂ ਕਿਹਾ ਯਾਰ ਕੀ ਕਰੀਏ, ਰਾਤ ਨੂੰ ਇੱਦਾਂ ਦੇ ਭਰਾ ਸੌਣ ਹੀ ਨਹੀਂ ਦਿੰਦੇ, ਗੱਜ ਕੇ ਆਖੋ ਸਤਨਾਮ। ਇੱਕ ਦਾ ਫੋਨ ਕੱਟੀ ਦਾ, ਦੂਜੇ ਦਾ ਆ ਜਾਂਦਾ, ਖਾਲਸਾ ਜੀ ਆਹ ਵਿਚਾਰਾਂ। ਮੈਂ ਖੁਸ਼ਕਿਸਮਤ ਹਾਂ ਤੁਹਾਡੇ ਨਗਰ ਦੇ ਵਿੱਚੋਂ ਨਾ, ਮੈਂ ਸਵੇਰੇ ਜਦੋਂ ਉੱਠਿਆ ਨਾ ਭਾਅ ਜੀ ਅਜੈਬ ਸਿੰਘ ਜੀ ਬਾਬਾ ਜੀ ਮਹਾਂਪੁਰਸ਼ੋ ਮੁੱਖ ਸੇਵਾਦਾਰ, ਮੈਂ ਮੋਬਾਈਲ ਖੋਲ੍ਹਿਆ, ਮੈਨੂੰ 17 ਕਮੈਂਟ ਮਿਲੇ ਇਹ ਇਲਾਕੇ ਦੇ ਵਿੱਚੋਂ, ਡੇਰੀਵਾਲ ਤੋਂ ਕਮੈਂਟ ਮਿਲੇ, ਮੱਤੇਵਾਲ ਤੋਂ ਕਮੈਂਟ ਮਿਲੇ, ਇਸ ਨਗਰ ਤੋਂ ਕਮੈਂਟ ਮਿਲੇ, ਖਾਲਸਾ ਜੀ ਸੁਲਤਾਨਪੁਰ ਲੋਧੀ ਲੋਹੀਆਂ ਤੋਂ ਆਪਣਾ ਢਾਡੀ ਜਥਾ ਲੈ ਕੇ ਸਾਡੇ ਇਲਾਕੇ 'ਚ ਆ ਰਹੇ ਹੋ, ਤੁਹਾਨੂੰ ਅਤੇ ਤੁਹਾਡੇ ਜਥੇ ਨੂੰ ਜੀਓ ਆਇਆ। ਮੈਂ ਆਪਣੇ ਪਾਪਾ ਜੀ ਨੂੰ ਦੱਸਿਆ, ਇੰਨੇ ਖੁਸ਼ ਹੋਏ, ਕਹਿੰਦੇ ਪੁੱਤਰਾ ਕਰਮਾਂ ਵਾਲਾ ਹੈ, ਜਾਣ ਤੋਂ ਪਹਿਲਾਂ ਹੀ ਸੰਗਤਾਂ ਡੀਕ ਰਹੀਆਂ, ਜੀ ਆਇਆ ਕਹਿ ਰਹੀਆਂ, ਮੇਰਾ ਮਨ ਗਦਗਦ ਹੈ ਸਾਧ ਸੰਗਤ ਜੀ। ਇਸ ਕਰਕੇ ਇੱਕ ਇੱਕ ਪੁਆਇੰਟ ਨੋਟ ਕਰਿਓ, ਆਪਾਂ ਹਵਾ ਵਿੱਚ ਝੱਖ ਨਹੀਂ ਮਾਰਨੀ, ਮਾਇਆ ਜਿੰਨੀ ਮਰਜ਼ੀ ਦੇ ਦਿਓ, ਅਰਦਾਸੇ ਵਾਹਿਗੁਰੂ ਜਾਣਦਾ ਹੈ। ਭਾਅ ਜੀ ਹੋਣਾਂ ਨੇ ਬੇਅੰਤ ਗੱਫਾ ਮੇਰੀ ਜੇਬ ਭਰ ਦਿੱਤੀ ਏ, ਮੁੱਖ ਸੇਵਾਦਾਰ ਬਾਬਾ ਜੀ ਹੋਣਾਂ ਵੱਲੋਂ ਬੇਅੰਤ ਮਾਇਆ ਆਈ ਏ, ਵਾਹਿਗੁਰੂ ਚੜ੍ਹਦੀ ਕਲਾ ਕਰੇ। ਮੈਂ ਧੰਨਵਾਦ ਕਰਾਂਗਾ ਜੀ ਬਾਬਾ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਸਾਹਿਬ ਜੀ, ਵੀਰ ਅਜੈਬ ਸਿੰਘ ਜੀ ਦੁਬਈ ਵਾਲੇ, ਅਤੇ ਖੇਮ ਸਿੰਘ ਸਾਹਿਬ ਜੀ ਬਿੱਕਾ ਸਾਊਂਡ, ਸਾਡੇ ਭਾਅ ਜੀ ਗਿਆਨੀ ਕਵਲਜੀਤ ਸਿੰਘ ਜੀ,
ਅੱਜ ਢਾਡੀਆਂ ਦੇ ਚਰਨਾਂ 'ਚ ਅਸੀਂ ਗਾ ਰਹੇ ਹਾਂ। ਇਹ ਕਿੰਨੀ ਕਿਰਪਾ ਹੈ ਜਥੇਦਾਰ ਲਖਵਿੰਦਰ ਸਿੰਘ ਜੀ, ਮੈਨੂੰ 3 ਵਾਰਾਂ ਮਿਲਿਆ ਹੈ ਜੀ ਜਾ ਕੇ। ਵਾਹਿਗੁਰੂ ਕਿਰਪਾ ਕਰੇ, ਇਹ ਪਿਆਰ ਦੀਆਂ ਖੇਡਾਂ ਹੁੰਦੀਆਂ। ਸੁਲਤਾਨਪੁਰ ਆਇਓ, ਵੇਈ ਨਦੀ ਦੇ ਦਰਸ਼ਨ, ਬੇਬੇ ਨਾਨਕੀ ਦਾ ਘਰ ਬੇਰ ਸਾਹਿਬ, ਮੂਲ ਮੰਤਰ ਸਥਾਨ ਗੁਰੂ ਕਾ ਬਾਗ ਕੋਠਲੀ ਸਾਹਿਬ, ਜਿੱਥੇ 6ਵੇਂ ਗੁਰਾਂ ਦੀ ਜੰਝ ਲੈ ਕੇ ਮਾਂ ਬਾਬੇ ਪਾਰੋ ਦੇ ਪੋਤਰੇ ਨਰੈਣ ਦਾਸ ਦੀ ਧੀ ਮਾਤਾ ਬੀਬੀ ਨੂੰ ਦਮੋਦਰੀ ਨੂੰ ਵਿਆਹੁਣ 5ਵੇਂ ਗੁਰੂ ਗਏ ਸੀ, ਪੁੱਤਰ ਦੀ ਜੰਝ ਲੈ ਕੇ ਸੇਰਾ ਬੱਧਾ। ਇਹ ਸਾਰਾ ਕੁਝ ਤੁਹਾਨੂੰ ਵਿਖਾਵਾਂਗੇ ਜਿੱਥੋਂ ਅਸੀਂ ਆਏ ਹਾਂ। ਜ਼ਰੂਰ ਆਇਓ, ਇੱਥੋਂ ਕੁਝ ਜ਼ਿਆਦਾ ਨਹੀਂ ਹੈ। ਖਲਚੀਆਂ ਤੋਂ ਸਿੱਧਾ ਹੀ ਨਾਗੋ ਕੇ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਹੁੰਦਿਆਂ ਹੋਇਆਂ ਅੱਗੇ ਆ ਜਾਓ, 90 ਮੀਲ ਦਾ ਪੈਂਡਾ ਹੈ, ਕੁੱਲ 90 ਮੀਲ ਦਾ ਪੈਂਡਾ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਔਰੰਗਜ਼ੇਬ ਦੇ ਪੁੱਤਰਾਂ ਵਿੱਚ ਚੱਲ ਪਈ ਤਾਜ ਅਤੇ ਤਖਤ ਵਾਸਤੇ ਲੜਾਈ। ਜਿਹੜਾ ਤਾਰਾ ਆਜ਼ਮ ਸੀ ਨਾ, ਬੜਾ ਜ਼ਾਲਮ ਸੀ ਔਰੰਗਜ਼ੇਬ ਦਾ ਮੁੰਡਾ। ਇਹ ਸੀ ਉਸ ਵੇਲੇ ਆਗਰੇ, ਦੌੜ ਕੇ ਖਜ਼ਾਨੇ ਤੇ ਕਬਜ਼ਾ ਕਰ ਲਿਆ, ਦਿੱਲੀ ਤੇ ਆਗਰੇ ਦੇ ਕਿਲ੍ਹਿਆਂ ਉੱਤੇ ਕਬਜ਼ਾ ਕਰ ਲਿਆ ਤੇ 2 ਲੱਖ ਫੌਜ ਉੱਤੇ ਕਬਜ਼ਾ ਕਰ ਲਿਆ। ਕਹਿੰਦਾ ਮੈਂ ਭਾਰਤ ਦਾ ਬਾਦਸ਼ਾਹ ਪਿਓ ਤੋਂ ਬਾਅਦ। ਜਿਹੜਾ ਇਹਦਾ ਪੁੱਤ ਸਿਆਣਾ ਸੀ ਉਹਦਾ ਨਾਂ ਸੀ ਸਹਿਜ਼ਾਦਾ ਮੁਆਜ਼ਮ। ਇੱਕ ਗੱਲ ਸੁਣਿਓ ਧਿਆਨ ਨਾਲ, ਸਿਆਣੇ ਕਹਿੰਦੇ ਜੈਸੀ ਬੈਠਤ ਤੈਸੀ ਸੋਭਤ, ਜੈਸੀ ਸੰਗਤ ਤੈਸੀ ਰੰਗਤ। ਚੰਗੇ ਬੰਦੇ ਕੋਲ ਬਹੋਗੇ ਚੰਗਿਆਈ ਮਿਲੇਗੀ। ਇਹ ਪੜ੍ਹਦਾ ਰਿਹਾ ਇਹ ਭਾਈ ਨੰਦ ਲਾਲ ਜੀ ਦੇ ਕੋਲ ਤੇ ਇਹਦੇ ਦਿਲ ਵਿੱਚ ਚੰਗਿਆਈਆਂ ਸੀ ਕਿਉਂਕਿ ਚੰਗੇ ਬੰਦਿਆਂ ਦੇ ਕੋਲੋਂ ਪੜ੍ਹਿਆ ਸੀ। ਭਾਈ ਨੰਦ ਲਾਲ ਜਿਹੜੇ 52 ਕਵੀਆਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਖੀ ਕਵੀ ਹੋਏ ਆ, ਧਿਆਨ ਦਿਓ ਜ਼ਰਾ। ਗੁਰਮੁਖੋ, ਇਹ ਸੀ ਦਿੱਲੀ ਤੋਂ 1000 ਮੀਲ ਦੂਰ ਪਿਸ਼ਾਵਰ, ਪਿਸ਼ਾਵਰ ਦਾ ਗਵਰਨਰ। ਤੇ ਬੰਦੇ ਇਹਦੇ ਕੋਲ ਵੀ ਹੈਗੇ ਸੀ, ਉਹਨਾਂ ਘੋੜੇ ਭਜਾਏ। 2 ਮਹੀਨਿਆਂ ਬਾਅਦ ਇਹਨੂੰ ਪਤਾ ਲੱਗਾ ਕਿ ਤੇਰਾ ਪਿਓ ਮਰ ਗਿਆ ਈ ਓ ਤੇ ਤੇਰਾ ਭਰਾ ਭਾਰਤ ਦਾ ਬਾਦਸ਼ਾਹ ਬਣ ਗਿਆ ਈ। 5000 ਫੌਜ ਲੈ ਕੇ ਭੱਜਾ। ਜਦੋਂ ਆਇਆ ਮੁਲਤਾਨ ਤੇ ਸੋਚਦਾ ਏ ਕਿ ਭਰਾ ਦੇ ਕੋਲ 2 ਲੱਖ ਫੌਜ, ਭਾਰਤ ਦਾ ਖਜ਼ਾਨਾ ਤੇ ਮੇਰੇ ਕੋਲ ਕੀ ਆ। ਇੱਕ ਤੋਪ ਦਾ ਗੋਲਾ ਚੱਲਿਆ, ਮੇਰੀਆਂ ਫੌਜਾਂ ਦੇ ਚੀਥੜੇ ਉੱਡ ਜਾਣੇ ਆ। ਪਰ ਤਾਰਾ ਜ਼ਾਲਮ ਏ, ਬਾਦਸ਼ਾਹ ਵੱਡਾ ਪੁੱਤਰ ਹੋਣ ਦੇ ਨਾਂ ਤੇ ਮੈਂ ਬਣਨਾ ਏ, ਮੇਰਾ ਪਿਓ ਮੈਨੂੰ ਬਣਾਉਣਾ ਚਾਹੁੰਦਾ ਸੀ। ਬੰਦੇ ਦਾ ਦਿਮਾਗ ਏ, ਧਿਆਨ ਦਿਓ ਜ਼ਰਾ, ਰਾਜਨੀਤੀ ਕਿੱਧਰ ਨੂੰ ਘੁੰਮਦੀ ਏ, ਇਤਿਹਾਸ ਕਿੱਧਰ ਨੂੰ ਜਾਂਦਾ ਏ। ਪੁਆਇੰਟ ਇਹ ਪਹੁੰਚਿਆ ਆਪਣੇ ਉਸਤਾਦ ਨੰਦ ਲਾਲ ਜੀ ਦੇ ਕੋਲ, ਹੱਥ ਜੋੜ ਕੇ ਕਹਿੰਦਾ ਨੰਦ ਲਾਲ ਜੀ, ਤੁਸੀਂ ਮੇਰੇ ਗੁਰੂ ਜੇ, ਵਿਦਿਆ ਦਾਤੇ ਜੇ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੱਕ ਮੇਰੀ ਬੇਨਤੀ ਪਹੁੰਚਾ ਸਕਦੇ ਹੋ ਤੇ ਤੁਸੀਂ ਪਹੁੰਚਾ ਸਕਦੇ ਹੋ। ਜਾਓ ਮੇਰੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੱਥ ਜੋੜ ਕੇ ਸਜਦਾ ਕਰੋ। ਬੇਨਤੀ ਇਹ ਆ ਕਿ ਤਾਰੇ ਨੂੰ ਮਾਰ ਕੇ ਕਲਗੀਆਂ ਵਾਲਾ ਗੁਰੂ ਮੈਨੂੰ ਥਾਪੜਾ ਦੇ ਕੇ ਭਾਰਤ ਦਾ ਬਾਦਸ਼ਾਹ ਬਣਾ ਦੇਵੇ। ਜੋ ਗੁਰੂ ਗੋਬਿੰਦ ਸਿੰਘ ਜੀ ਕਹਿਣਗੇ ਮੈਂ ਉਹ ਕੁਝ ਹੀ ਕਰਾਂਗਾ, ਇਹ ਵਾਅਦਾ ਕੀਤਾ ਇਹਨੇ। ਇੱਕ ਹੋਰ ਗੱਲ ਸੁਣ ਲਓ, ਉਹ ਆ ਗਿਆ ਮਹਾਰਾਜ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ। ਜਦੋਂ ਉਹਨੇ ਆਣ ਕੇ ਬੇਨਤੀ ਕੀਤੀ ਤੇ ਬੋਲੇ ਨਹੀਂ, ਚੁੱਪ ਕਰਕੇ ਬਹਿ ਗਏ। 1 ਮਿੰਟ, 2 ਮਿੰਟ, 3 ਮਿੰਟ, 5 ਮਿੰਟ ਹੋ ਗਏ। ਨੰਦ ਲਾਲ ਜੀ ਹੈਰਾਨ ਰਹਿ ਗਏ, ਬੜਾ ਪਿਆਰ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਮਹਾਰਾਜ ਨੇ ਉਹਨਾਂ ਨੂੰ ਆਪਣਾ ਰੂਪ ਕਹਿ ਦਿੱਤਾ ਸੀ, ਬਰਾਬਰਤਾ ਦੇ ਦਿੱਤੀ ਸੀ, ਗਲ ਨਾਲ ਲਾਉਂਦੇ ਸੀ, ਗੋਦ ਵਿੱਚ ਬਿਠਾਉਂਦੇ ਸੀ, ਵੱਡਾ ਮਹਾਨ ਕਵੀ ਪੁੱਤਰ ਕਹਿ ਕੇ ਕਹਿੰਦੇ ਸੀ ਸੰਬੋਧਨ। ਹੱਥ ਜੋੜ ਕੇ ਕਹਿੰਦਾ ਮਹਾਰਾਜ
ਜਦੋਂ ਬ੍ਰਾਹਮਣ ਆਏ ਸੀ ਧਰਮ ਦੀ ਰੱਖਿਆ ਵਾਸਤੇ, 8.5 ਸਾਲਾਂ ਦੇ ਸੀ, ਪਿਤਾ ਨੂੰ ਕੁਰਬਾਨੀ ਕਰਨ ਵਾਸਤੇ ਦਿੱਲੀ ਨੂੰ ਤੋਰ ਦਿੱਤਾ ਸੀ। ਅੱਜ ਮੈਂ ਤੁਹਾਡਿਆਂ ਚਰਨਾਂ ਵਿੱਚ ਬਹਾਦਰ ਸ਼ਾਹ ਦੀ ਬੇਨਤੀ ਲੈ ਕੇ ਆਇਆ, ਤੁਸੀਂ ਬੋਲਦੇ ਕੁਝ ਨਹੀਂ, ਚੁੱਪ ਹੋ ਗਏ ਹੋ, ਕੀ ਸੋਚਦੇ ਹੋ? ਮਹਾਰਾਜ ਕਹਿੰਦੇ ਸੋਚਣਾ ਪੈਣਾ ਹੈ, ਜਿਨ੍ਹਾਂ ਦੀ ਖਾਤਰ ਮੈਂ ਯਤੀਮ ਹੋਇਆ, ਵਕਤ ਆਉਣ ਤੇ ਉਹ ਹੀ ਤਿਲਕ ਜੰਜੂਆਂ ਵਾਲੇ ਬਾਹੀਆਂ ਧਾਰਾਂ ਦੇ ਰਾਜੇ ਮੇਰੇ ਦੋਖੀ ਬਣ ਗਏ। ਕੀ ਮੈਂ ਬਹਾਦਰ ਸ਼ਾਹ ਨੂੰ ਬਾਦਸ਼ਾਹ ਬਣਾਵਾਂਗਾ ਤੇ ਇਹ ਕੱਲ ਨੂੰ ਸਿੱਖੀ ਦਾ ਦੋਖੀ ਨਹੀਂ ਬਣੇਗਾ? ਮਹਾਰਾਜ, ਗੁਰੂ ਨਾਨਕ ਦਾ ਘਰ ਦੁਖੀਆਂ ਦਾ ਆਸ਼ਿਆਨਾ ਹੈ, ਕੋਈ ਫਰਿਆਦੀ ਆਵੇ ਉਹਦੀ ਫਰਿਆਦ ਸੁਣੀ ਜਾਂਦੀ ਹੈ। ਸਤਿਗੁਰੂ ਕਹਿੰਦੇ ਸੁਣ ਲਈ ਫਰਿਆਦ ਬਹਾਦਰ ਸ਼ਾਹ ਦੀ, ਉਹਦੇ ਭਰਾ ਨੂੰ ਤਾਰੇ ਨੂੰ ਮਾਰ ਕੇ ਉਹਨੂੰ ਬਾਦਸ਼ਾਹ ਬਣਾਵਾਂਗੇ, ਪਰ ਪਹਿਲਾਂ ਸਾਡੇ ਨਾਲ ਇੱਕ ਲਿਖਤੀ ਸਮਝੌਤਾ ਕਰੇ। ਆ ਹੁਣ ਦੋਹਰੀ ਵਾਰ ਤੁਹਾਨੂੰ ਕਿਉਂ ਦਿੱਲੀ ਜਾਣਾ ਪਿਆ? ਕਿਤੇ 5-7 ਦਿਨ ਰੁਕ ਜਾਂਦੇ, ਇਤਿਹਾਸ ਦੁਹਰਾ ਰਿਹਾ ਹੈ। ਜਦੋਂ ਬਦਾਵਾ ਦੇ ਕੇ ਲੱਗੇ ਸੀ ਨਾ ਤੁਰਨ ਬਦਾਵੀਏ ਗੁਰੂ ਨੂੰ, ਮਹਾਰਾਜ ਨੇ ਕਿਹਾ ਸੀ 1-2 ਦਿਨ ਰੁਕ ਜਾਓ, ਇਹਨਾਂ ਦੀਆਂ ਬਾਦਸ਼ਾਹੀਆਂ ਖਤਮ ਕਰਕੇ ਤੁਹਾਡੇ ਸਿਰਾਂ ਦੇ ਉੱਤੇ ਤਾਜ ਚਲਾ ਦਿਆਂਗਾ। ਨਹੀਂ ਰੁਕੇ, ਮੁੜ ਕੇ ਕਿੰਨਾ ਚਿਰ ਤੱਕ ਜੰਗਲਾਂ 'ਚ ਰਹਿਣਾ ਪਿਆ, ਤੇ ਕਿਤੇ 5-7 ਦਿਨ ਦਿੱਲੀ ਉਦੋਂ ਹੋਰ ਰੁਕ ਜਾਂਦੇ ਆ। ਦੋਹਰੀ ਵਾਰ ਤੁਹਾਨੂੰ ਜਾਣਾ ਹੀ ਨਹੀਂ ਸੀ ਪੈਣਾ, ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਸਮਝੌਤਾ ਕਰੇ ਸਾਡੇ ਨਾਲ। 19 ਬੰਦਿਆਂ ਦੀ ਲਿਸਟ ਦਿੱਤੀ ਜ਼ਾਲਮਾਂ ਦੀ, ਸਾਰਿਆਂ ਤੋਂ ਉੱਪਰ ਸੂਬਾ ਸਰਹੰਦ ਦਾ ਨਾਂ ਸੀ, ਸਢੌਰੇ ਵਾਲੇ ਦਾ ਨਾਂ ਸੀ, ਜਿਨ੍ਹਾਂ ਜਿਨ੍ਹਾਂ ਜ਼ੁਲਮ ਕੀਤੇ ਆ। ਮਹਾਰਾਜ ਕਹਿੰਦੇ ਅਸੀਂ ਨਹੀਂ ਕਹਿੰਦੇ ਕਿ ਬਾਦਸ਼ਾਹ ਬਣ ਕੇ ਤੂੰ ਫੜ ਕੇ ਸਾਡੇ ਹਵਾਲੇ ਕਰ ਦੀ। ਕਹਿੰਦੇ ਨਹੀਂ, ਅਦਾਲਤਾਂ ਬਣਾਵੀਂ, ਇਹਨਾਂ ਦੇ ਉੱਤੇ ਮੁਕੱਦਮੇ ਦਰਜ ਕਰੀ, ਤੇ ਭਾਰਤ ਦੇ ਕਾਨੂੰਨ ਮੁਤਾਬਕ ਬੱਚਿਆਂ ਨੂੰ ਜਿਉਂਦਿਆਂ ਨੀਆਂ ਵਿੱਚ ਚਿਣਨਾ। ਸੁੱਚਾ ਨੰਦ, ਵਜ਼ੀਰ ਖਾਨ, ਕਾਜੀ ਹਾਜੀ, ਇਹਨਾਂ ਦੇ ਉੱਤੇ ਮੁਕੱਦਮੇ ਚਲਾ ਕੇ ਤੇ ਇਹਨਾਂ ਨੂੰ ਜੋ ਗੁਨਾਹ ਕੀਤੇ ਨੇ ਉਹਨਾਂ ਦਾ ਦੰਡ ਦੇਵੀਂ, ਵਾਅਦਾ ਹੋ ਗਿਆ। ਕਹਿੰਦੇ ਕਰ ਹਮਲਾ। ਆਗਰੇ ਦੇ ਲਾਗੇ ਪਿੰਡ ਹੈ ਜਾਜੋ, ਖੁੱਲੇ ਮੈਦਾਨ ਵਿੱਚ 1 ਬੰਨੇ 2 ਲੱਖ ਫੌਜ ਤੇ 1 ਬੰਨੇ 5,000 ਔਰੰਗਜ਼ੇਬ ਦਿਆਂ ਪੁੱਤਰਾਂ ਵਿੱਚ ਤਖ਼ਤ ਅਤੇ ਤਾਜ ਵਾਸਤੇ ਲੜਾਈ ਸ਼ੁਰੂ ਹੋ ਗਈ। ਧਿਆਨ ਦਿਆ ਦੇ ਦਰਾ, ਗੱਲ ਕਿੱਧਰ ਨੂੰ ਜਾਂਦੀ ਹੈ ਮੈਂ ਕਹਿ ਜਾਵਾਂ। ਹੁਣ ਜਿਹਨੂੰ ਕਿਰਪਾ ਕੀਤੀ ਹੋਵੇ ਕਲਗੀਆਂ ਵਾਲੇ ਨੇ, ਉਹਨੂੰ ਕੋਈ ਜਿੱਤ ਸਕਦਾ? ਇੱਕ ਸ਼ੂਕ ਦਾ ਤੀਰ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਹਾਥੀ ਤੇ ਬੈਠੇ ਤਾਰੇ ਆਜ਼ਮ ਦੇ ਮੱਥੇ ਵਿੱਚ ਵੱਜਾ, ਧੜਾਮ ਕਰ ਚੱਲ ਥੱਲੇ, ਮਾਰ ਦਿੱਤਾ ਔਰੰਗਜ਼ੇਬ ਦਾ ਜ਼ਾਲਮ ਪੁੱਤਰ। ਫੌਜਾਂ ਨੇ ਹਥਿਆਰ ਸਿੱਟ ਦਿੱਤੇ, ਸਾਨੂੰ ਤੇ ਬਾਦਸ਼ਾਹ ਚਾਹੀਦਾ, ਜੇਤੂ ਜਰਨੈਲ ਬਹਾਦਰ ਸ਼ਾਹ ਭਾਰਤ ਦਾ ਬਾਦਸ਼ਾਹ ਬਣ ਕੇ ਆਗਰੇ ਦੇ ਕਿਲੇ ਵਿੱਚ ਦਾਖਲ ਹੋ ਗਿਆ ਏ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਇਹਦੀ ਤਾਜਪੋਸ਼ੀ ਦੀ ਕਾਜੀਆਂ ਨੇ ਤਿਆਰੀ ਕਰ ਲਈ, ਕਾਜੀਆਂ ਨੂੰ ਤੇ ਬਾਦਸ਼ਾਹ ਚਾਹੀਦਾ ਵਿਹਲੜਾਂ ਨੂੰ ਖਾਣ ਲਈ। ਪਰ ਇੱਕ ਗੱਲੋਂ ਬੜਾ ਚੰਗਾ ਨਿਕਲਿਆ, ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੇਰੇ ਵੱਲੋਂ ਬੇਨਤੀ ਕੀਤੀ ਜਾਵੇ, ਇਹ ਜਿਹੜਾ ਭਾਰਤ ਦਾ ਤਾਜ ਏ, ਕਲਗੀ ਵਾਲਾ ਪਾਤਸ਼ਾਹ ਆਪਣੇ ਹੱਥਾਂ ਨਾਲ ਮੇਰੇ ਸਿਰ ਦੇ ਉੱਤੇ ਆਣ ਕੇ ਰੱਖੇ, ਮੈਂ ਤਾਂ ਰਖਾਉਣਾ ਏ, ਨਹੀਂ ਤੇ ਨਹੀਂ ਰਖਾਉਣਾ। ਹੁਣ ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ, ਮੈਂ ਵਿਦਵਾਨਾਂ ਦੀ ਸੰਗਤ ਕੀਤੀ ਏ, ਗੁਰਮੁਖੋ ਪਰਸਨੈਲਿਟੀ ਵੇਖੋ, ਦੁਨੀਆਂ ਦੇ ਕਿਸੇ ਵੀ ਪਾਰਲੀਮੈਂਟ ਵਿੱਚ ਕੋਈ ਦੂਜਾ ਰਾਜਾ ਸ਼ਸਤਰ ਪਹਿਨ ਕੇ ਨਹੀਂ ਜਾ ਸਕਦਾ। ਤੁਹਾਨੂੰ ਸਿੱਖਾਂ ਨੂੰ ਵਧਾਈ ਹੋਵੇ, ਸਿੱਖ ਕੌਮ ਨੂੰ ਵਧਾਈ ਹੋਵੇ। ਆ ਸਾਡੇ ਮਾਨ ਸਾਹਿਬ
ਅਗਲਿਆਂ ਨੇ ਡਿਊਟੀ ਨਹੀਂ ਲੰਘਣ ਦਿੱਤੀ, ਦੇਖ ਲਓ ਕਿਰਪਾਨ ਲੈ ਕੇ ਬੈਠੇ ਰਹਿਣਾ, ਮਾਫੀ ਚਾਹਾਂਗਾ, ਸਤਿਕਾਰਯੋਗ ਨੇ। ਪਰ ਪਹਿਲਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਤੇ ਪੀਰੀ ਦੀਆਂ ਤੇਗਾਂ ਪਹਿਣ ਕੇ, ਮੋਢੇ ਤੀਰਾਂ ਦਾ ਪੱਥਾ ਹੱਥ ਵਿੱਚ, ਕਮਾਨ ਮੁੱਠ ਉੱਤੇ, ਬਾਜ ਲੈ ਕੇ ਘੋੜੇ ਉੱਤੇ ਚੜ੍ਹ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਗਏ ਆ, ਸ਼ਸਤਰ ਪਹਿਣ ਕੇ। ਜਹਾਂਗੀਰ ਨੇ ਤਖ਼ਤ ਤੋਂ ਉੱਠ ਕੇ ਪੀਰਾਂ ਦੇ ਪੀਰ ਕਹਿ ਕੇ ਸਵਾਗਤ ਕੀਤਾ, ਕਰਨਾ ਪੈਣਾ ਸੀ ਕਿਉਂਕਿ ਗੁਰੂ ਸੱਚ ਹੈ, ਸੱਚ ਨੂੰ ਕੋਈ ਰੋਕ ਨਹੀਂ ਸਕਦਾ। ਅੱਜ ਦੂਜੀ ਵਾਰ ਦਸਵੇਂ ਪਾਤਸ਼ਾਹ ਸ਼ਸਤਰ ਪਹਿਣ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਜਾ ਰਹੇ ਆ, ਨਾ ਕੋਈ ਪਹਿਲਾਂ ਗਿਆ ਤੇ ਨਾ ਮੁੜ ਕੇ ਕਿਸੇ ਨੂੰ ਕਿਸੇ ਨੇ ਜਾਣ ਦਿੱਤਾ ਹੀ। ਬੋਲੇ ਸੋ ਨਿਹਾਲ, ਤਖ਼ਤ ਉੱਤੋਂ ਉੱਠ ਕੇ ਮਹਾਰਾਜ ਦੇ ਚਰਨਾਂ ਤੇ ਸਜਦਾ ਕੀਤਾ ਬਾਦਸ਼ਾਹ ਨੇ, ਤੇ ਤਖ਼ਤ ਉੱਤੋਂ ਇੱਕ ਉੱਚੀ ਚੰਦਨ ਦੀ ਚੌਂਕੀ ਕਰੋੜਾਂ ਰੁਪਈਆਂ ਦੀ, ਉਹ ਅੰਗਰੇਜ਼ ਲੈ ਗਿਆ ਲੁੱਟ ਕੇ, ਉਹਦੇ ਤੇ ਬਿਠਾਇਆ ਮਹਾਰਾਜ ਨੂੰ। ਦਰਬਾਰ ਸ਼ੁਰੂ ਹੋਇਆ। ਸਤਿਗੁਰੂ ਜੀ, ਉਹ ਹਿੰਦੁਸਤਾਨ ਦਾ ਤਾਜ ਪਿਆ ਹੈ, ਆਪਣਿਆਂ ਹੱਥਾਂ ਨਾਲ ਮੇਰੇ ਸਿਰ ਦੇ ਉੱਤੇ ਰੱਖ ਦੇਵੋ। ਜਦੋਂ ਬਾਜਾਂ ਵਾਲੇ ਗੁਰੂ ਨੇ ਤਾਜ ਫੜਿਆ ਨਾ, ਸਤਿਗੁਰਾਂ ਦੇ ਨੇਤਰ ਬੰਦ ਹੋ ਗਏ। ਗੱਲ ਧਿਆਨ ਨਾਲ ਸੁਣਿਓ ਜ਼ਰਾ ਭੈਣੋ ਵੀਰੋ, ਸਾਰੀ ਜ਼ਿੰਦਗੀ ਕਲਗੀਆਂ ਵਾਲੇ ਨੇ ਨੇਤਰ ਬੰਦ ਨਹੀਂ ਕੀਤੇ, ਇੱਕ ਵਾਰ ਪਹਿਲਾਂ ਕੀਤੇ ਸੀ ਮਾਛੀਵਾੜੇ ਦੀ ਧਰਤੀ ਵਿੱਚ, ਜਦੋਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਇੱਕ ਵਾਰ ਉਦੋਂ ਕੀਤੇ ਸੀ ਜਦੋਂ ਨੂਰਾ ਮਾਹੀ ਮਹਾਰਾਜ ਦੇ ਕੋਲ ਆਇਆ ਸੀ, ਰੋ ਰੋ ਕੇ ਖਬਰ ਸੁਣਾਉਂਦਾ ਸੀ। ਸਤਿਗੁਰਾਂ ਕਿਹਾ ਮਸੂਮਾ ਉੱਤੇ ਇੰਨਾ ਕਹਿਰ, ਅੱਜ ਕਲਗੀ ਵਾਲੇ ਨੇ ਭਾਰਤ ਦਾ ਤਾਜ ਆਪਣੇ ਹੱਥਾਂ ਵਿੱਚ ਫੜਿਆ ਤੇ ਨੇਤਰ ਬੰਦ ਕਰ ਲਏ। ਕਹਿੰਦੇ ਹੇ ਮੇਰੇ ਪ੍ਰਮਾਤਮਾ, ਹਿੰਦੁਸਤਾਨ ਦਾ ਇਹ ਤਾਜ ਕੱਲ ਉਹ ਯਾਰਮ ਅਰੰਗੇ ਦੇ ਸਿਰ ਉੱਤੇ ਸੀ, ਇਸ ਤਾਜ ਨੇ ਮੇਰਾ ਸਭ ਕੁਝ ਤਬਾਹ ਕਰ ਦਿੱਤਾ, ਮੇਰੇ ਪੁੱਤ ਸ਼ਹੀਦ ਹੋ ਗਏ, ਮਾਂ ਸ਼ਹੀਦ ਹੋ ਗਈ, ਸਿੰਘ ਸ਼ਹੀਦ ਹੋ ਗਏ। ਵੱਡੇ ਪ੍ਰਮਾਤਮਾ, ਮੈਂ ਤੇਰੀ ਅਚਰਜ ਲੀਲਾ ਨੂੰ ਤੱਕ ਕੇ ਹੈਰਾਨ ਹੋ ਰਿਹਾ, ਅੱਜ ਉਹੋ ਹੀ ਤਾਜ ਮੇਰਿਆਂ ਹੱਥਾਂ ਦੇ ਵਿੱਚ ਆਇਆ ਹੋਇਆ, ਮੇਰਿਆਂ ਹੱਥਾਂ ਵਿੱਚ ਖੇਡ ਰਿਹਾ ਏ, ਇਹਨੂੰ ਮੈਂ ਠੁੱਡ ਵੀ ਮਾਰ ਸਕਦਾ, ਇਹਨੂੰ ਮੈਂ ਉੱਲੋ ਵੀ ਦੇ ਸਕਦਾ। ਉਹ ਤਾਜ ਬਾਦਸ਼ਾਹ ਕਹਿੰਦਾ ਇਹ ਆਪਣੇ ਹੱਥਾਂ ਨਾਲ ਮੇਰੇ ਸਿਰ ਦੇ ਉੱਤੇ ਰੱਖ ਦੇਵੋ, ਇੱਥੇ ਕਹਿਣਾ ਪਵੇਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਰੱਖ ਦਿੱਤਾ ਤਾਜ, ਚੰਦਨ ਦੀ ਚੌਂਕੀ ਤੇ ਬਹਿ ਗਏ। ਵੱਡਾ ਕਾਜੀ ਉੱਠਿਆ, ਮਹਾਰਾਜ ਕੋਈ ਕਰਾਮਾਤ ਵਿਖਾਓ, ਗੁਰੂ ਗੋਬਿੰਦ ਸਿੰਘ ਜੀ ਨੂੰ ਨੀਵਾਂ ਕਰਨਾ ਚਾਹੁੰਦੇ ਆ ਕਾਜੀ। ਮੈਂ ਪਹਿਲਾਂ ਬੇਨਤੀ ਕਰ ਜਾਵਾਂ, ਬਾਬੇ ਨਾਨਕ ਦੀ ਟੱਕਰੀ ਦਸਾਂ ਪਾਤਸ਼ਾਹੀਆਂ ਦੀ ਕਾਜੀਆਂ ਨਾਲ ਰਹੀ ਆ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੋਨੇ ਦੀ ਮੋਹਰ ਕੱਢੀ, ਗੱਲ ਬਦਲਣ ਲੱਗੀ ਹੈ, ਧਿਆਨ ਦਿਓ। ਕਹਿੰਦੇ ਕਾਜੀ ਸਾਹਿਬ, ਇਹ ਜਿਹੜੀ ਮੋਹਰ ਹੈ ਨਾ, ਇਹ ਸਭ ਤੋਂ ਵੱਡੀ ਕਰਾਮਾਤ ਹੈ, ਮਾਇਆ ਨਹੀਂ। ਮਹਾਰਾਜ ਕੋਈ ਹੋਰ ਕਰਾਮਾਤ ਵਿਖਾਓ। ਸਤਿਗੁਰੂ ਕਹਿੰਦੇ ਉਹ ਤਖ਼ਤ ਉੱਤੇ ਬੈਠਾ ਬਾਦਸ਼ਾਹ ਵੱਡੀ ਕਰਾਮਾਤ ਹੈ, ਕਿਸੇ ਨੂੰ ਫਾਹੇ ਲਾ ਸਕਦਾ, ਕਿਸੇ ਨੂੰ ਲਾ ਸਕਦਾ। ਕਾਜੀ ਫੇਰ ਖਿੱਚ ਕੇ ਤੀਜੀ ਵਾਰ ਕਹਿੰਦਾ ਨਹੀਂ ਮਹਾਰਾਜ, ਕੋਈ ਹੋਰ ਕਰਾਮਾਤ ਵਿਖਾਓ। ਸ਼ਰ ਕਰਕੇ ਤੇਗਾ ਬੇਬਿਆਨ ਕੀਤਾ, ਮਾਰ ਕੇ ਛਾਲ ਚੌਂਕੀ ਤੋਂ ਥੱਲੇ ਆ ਗਏ। ਕਹਿੰਦੇ ਕਾਜੀ ਸਾਹਿਬ, ਇਹ ਸਭ ਤੋਂ ਵੱਡੀ ਕਰਾਮਾਤ ਹੈ ਚੰਡੀ, ਚੰਡਕਾ ਡੰਡਕਾ ਦੁਸ਼ਟ ਦਮਨੀ ਵੇਖਣੀ ਹੈ ਆ ਮੈਦਾਨ ਵਿੱਚ। ਮਾਫੀ ਚਾਹਾਂਗਾ, ਮੈਂ ਗੁਰੂ ਚਰਨਾਂ 'ਚ ਖਲੋਤਾ। ਕਾਜੀ ਦੇ ਕੱਪੜੇ ਹੀ ਗਿੱਲੇ ਹੋ ਗਏ ਸੀ, ਗੱਜ ਕੇ ਆਖੋ ਸਤਨਾਮ।
ਕੰਬਣੀ ਛਿੜ ਗਈ ਸੀ ਕਾਜੀ ਨੂੰ, ਦੰਦਲ ਪੈ ਗਈ ਸੀ, ਸਹਿ ਗਿਆ ਸੀ ਬਾਜ ਨੂੰ ਦੇਖ ਕੇ ਕਬੂਤਰ। ਮਹਾਰਾਜ ਕਹਿੰਦੇ ਕਿਸੇ ਨੇ ਵੇਖਣੀ ਕਰਾਮਾਤ, ਆਓ ਕਰਾਮਾਤ ਵਿਖਾਈਏ। ਲਓ ਜੀ, ਬਾਦਸ਼ਾਹ ਗੁਰੂ ਕਲਗੀਧਰ ਦੇ ਚਰਨਾਂ ਉੱਤੇ ਝੁੱਕ ਗਿਆ, ਧਿਆਨ ਦਿਓ ਦਰਾ। ਤੇ ਉਧਰੋਂ ਹੁਣ ਇਤਿਹਾਸ ਪੰਜਾਬ ਵੱਲ ਨੂੰ ਤੁਰਨ ਲੱਗਾ ਏ, ਆਗਰੇ ਦੇ ਕਿਲੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਚੰਦਨ ਦੀ ਚੌਂਕੀ ਤੇ ਬੈਠੇ ਨੇ। ਵਕਤ ਦਾ ਬਾਦਸ਼ਾਹ ਬਹਾਦਰ ਸ਼ਾਹ ਉਹਨਾਂ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਖਲੋਤਾ ਏ, ਧਿਆਨ ਦਿਓ। ਪਰ ਸੀ ਆਈ ਡੀ ਨੇ ਰਿਪੋਰਟ ਦਿੱਤੀ ਹੈ ਸਰਹੰਦ ਵਾਲੇ ਸੂਬੇਦਾਰ ਵਜ਼ੀਰ ਖਾਂ ਨੂੰ, ਇਹਨੂੰ ਸੱਦਿਆ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਜਦੋਂ ਤਾਜ ਪੋਸ਼ੀ ਕਰਾਉਣੀ ਸੀ ਨਾ ਬਹਾਦਰ ਸ਼ਾਹ ਨੇ। ਇਹ ਚਲਾਕ ਬੰਦਿਆਂ ਦੀ ਨਿਸ਼ਾਨੀ ਹੁੰਦੀ ਆ, ਇਹਦੇ ਜਿਹੜੇ ਗੁਪਤ ਸਰ ਸੀ ਆਣ ਕੇ ਕਹਿੰਦੇ ਵਜ਼ੀਰ ਖਾਂ ਹੁਣ ਤੇਰੀ ਖੈਰ ਨਹੀਂ ਹੋ, ਬਾਦਸ਼ਾਹ ਤੇ ਗੁਰੂ ਦਾ ਹੋ ਗਿਆ ਇਹ ਸਮਝੌਤਾ, ਜਿੱਦਾਂ ਚੰਦੂ ਫੜ ਕੇ ਛੇਵੇਂ ਗੁਰਾਂ ਦੇ ਹਵਾਲੇ ਜਹਾਂਗੀਰ ਨੇ ਕਰ ਦਿੱਤਾ ਸੀ, ਹੁਣ ਬਾਦਸ਼ਾਹ ਨੇ ਤੈਨੂੰ ਫੜ ਕੇ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਕਰ ਦੇਣਾ, ਕਿਉਂਕਿ ਮਾਂ ਕੈਦ ਕੀਤੀ ਤੇ ਬੱਚੇ ਨੀਆਂ ਵਿੱਚ ਚਿਣੇ, ਆਪਣਾ ਇੰਤਜ਼ਾਮ ਕਰ ਲਾ। ਇਹ ਸੀ ਚੰਡਾਲ। ਉਸੇ ਵੇਲੇ ਹਾਜੀ ਤੇ ਕਾਜੀ ਇਕੱਠੇ ਕਰ ਲੈ, ਇੱਥੋਂ ਕਹਾਣੀ ਤੁਰਦੀ ਏ ਜ਼ੁਲਮ ਦੀ ਦੂਜੀ ਗਾਥਾ। ਦੋ ਪਹਾੜੇ ਦੇ ਕਾਤਲ ਸੱਦੇ, ਗੁੱਲ ਖਾਂ ਤੇ ਜਮਸ਼ੈਦ ਖਾਂ, ਜਿਹਨੂੰ ਆਪਾਂ ਸਪਾਰੀ ਕਹਿੰਦੇ ਹਾਂ, ਇਹ ਟਾਊਟ ਪੈਸੇ ਲੈ ਕੇ ਬੰਦੇ ਮਾਰਦੇ ਸੀ। ਵਜ਼ੀਰ ਖਾਂ ਕਹਿੰਦਾ ਏ, ਇਸ ਤੋਂ ਪਹਿਲਾਂ ਕਿ ਬਾਦਸ਼ਾਹ ਮੈਨੂੰ ਫੜ ਕੇ ਗੁਰੂ ਗੋਬਿੰਦ ਸਿੰਘ ਦੇ ਹਵਾਲੇ ਕਰ ਦੇਵੇ ਤੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਮੇਰੇ ਨੱਕ ਵਿੱਚ ਨੱਥ ਪਾਉਣ, ਮੈਂ ਵੀ ਵਜ਼ੀਰ ਖਾਂ ਹਾਂ, ਗੁਰੂ ਗੋਬਿੰਦ ਸਿੰਘ ਨੂੰ ਪਹਿਲਾਂ ਹੀ ਕਤਲ ਕਰਵਾ ਦਿਆਂਗਾ। ਸੱਦ ਕੇ ਕਾਤਲਾਂ ਨੂੰ 2 ਲੱਖ ਰੁਪਈਆ ਕਲਗੀਧਰ ਦਾ ਮੁੱਲ ਪਾ ਕੇ ਉਹਨਾਂ ਨੂੰ ਕੀ ਕਹਿੰਦਾ ਏ, ਸੁਣਿਓ ਦਰਾ, ਗੁਰੂ ਦਸਵਾਂ ਮਾਰ ਦਿਓ, ਮੈਨੂੰ ਸੁੱਖਾਂ ਦਾ ਸਾਹ ਆਵੇ। ਗੁਰੂ ਗੋਬਿੰਦ ਸਿੰਘ ਜੀ ਨੂੰ ਮਰਵਾਉਣ ਬਦਲੇ 2 ਲੱਖ ਰੁਪਈਆ ਮੁੱਲ ਪਾ ਕੇ ਪਾਪੀ ਵਜੀਦਾ ਸਰਹੰਦ ਵਾਲਾ ਸੂਬੇਦਾਰ ਪਹਾੜੇ ਦੇ ਕਾਤਲਾਂ ਨੂੰ 50,000 ਰੁਪਈਆ ਐਡਵਾਂਸ ਦੇ ਕੇ ਹੇ ਐਂ ਕਹਿੰਦਾ ਗੁਰੂ ਦਸਵਾਂ ਮਾਰ ਦਿਓ ਮੈਨੂੰ ਸੁੱਖ ਦਾ ਸਾਰਾ।
ਮੈਨੂੰ ਸੁੱਖ ਦਾ ਸਾਇਆ ਜਾਵੇ ਕੋਈ ਜੁਗਤੀ ਸੋਚ ਲਵੋ ਉਹ
ਮੈਨੂੰ ਸੁੱਖ ਦਾ ਸਾਰਾ ਜਾਵੇ ਗੁਰੂ ਦਸਵਾਂ ਮਾਰ ਦਿਓ ਮੈਨੂੰ ਸੁੱਖ ਦਾ ਸਾਰਾ ਜਾਵੇ ਗੁਰੂ ਦਸਵਾਂ ਮਾਰ ਦਿਓ ਮੈਨੂੰ ਸੁੱਖ ਦਾ ਸਾਰਾ ਜਾਵੇ ਸਾਧ ਸੰਗਤ ਜੀ ਕਿੱਦਾਂ ਕਿੱਦਾਂ ਦੇ ਜ਼ਾਲਮ ਲੋਕ ਇਸ ਧਰਤੀ ਦੇ ਉੱਤੇ ਆਏ ਆ ਉਹਨਾਂ ਨੂੰ ਪੈਦਾ ਕਿਹਨੇ ਕੀਤਾ ਹੈ ਜਰਾ ਸੋਚਿਓ ਓਏ ਧੰਨ ਗੁਰੂ ਗੋਬਿੰਦ ਸਿੰਘ ਜੀ ਦੁਨੀਆਂ ਦਾ ਭਲਾ ਕਰਨ ਆਏ ਉਹ 2 ਲੱਖ ਰੁਪਈਆ ਦੇ ਕੇ ਕਹਿੰਦਾ ਗੁਰੂ ਨੂੰ ਖਤਮ ਕਰ ਦਿਓ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਏ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਏ ਬੁਲਾਰੇ ਦੀ ਕਿ ਏਦਾਂ ਦੀ ਸੰਗਤ ਮਿਲ ਜਾਵੇ ਇੱਕ ਇੱਕ ਅੱਖਰ ਦਾ ਮੁੱਲ ਪੈ ਰਿਹਾ ਜੀ ਧਿਆਨ ਦੇ ਨਾਲ ਸੁਣਿਓ ਮੈਂ ਵੀਰ ਸਰਪੰਚ ਸੁਖਵਿੰਦਰ ਸਿੰਘ ਸਾਹਿਬ ਜੀ ਹੁਣਾਂ ਦਾ ਧੰਨਵਾਦ ਕਰਾਂਗਾ ਸਾਰੀ ਸੰਗਤ ਦੇ ਨਾਂ ਤੇ ਉਹਨਾਂ ਵੱਲੋਂ ਬੜਾ ਵੱਡਾ ਪਿਆਰ ਆਇਆ ਏ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਇੱਕ ਭਾਈ ਸਾਹਿਬ ਜੀ ਮੇਰੇ ਹੱਥ ਵਿੱਚ ਹੀ ਬਹੁਤ ਮਾਇਆ ਦੇ ਗਏ ਨੇ ਤੇ ਕੰਨ 'ਚ ਕਹਿ ਗਏ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹ ਇਹ ਕਰਮਾਂ ਤੇ ਭਾਗਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿੱਥੇ ਸਰਬੱਤ ਦੇ ਭਲੇ ਮੰਗੇ ਜਾਂਦੇ ਆ ਧੰਨਵਾਦ ਦੇ ਵੀਰਾਂ ਭੈਣਾਂ ਭਰਾਵਾਂ ਦਾ ਟੋਕਰੇ ਵਿੱਚ ਬੇਅੰਤ ਮਾਇਆ ਤੁਸਾਂ ਨੇ ਜਥੇ ਲਈ ਪਾਈ ਹੈ ਜਰਾ ਆਪਾਂ ਅੱਗੇ ਚੱਲ ਗਏ ਹੁਣ ਰਿਜ਼ਲਟ ਕੱਢੀਏ 2 ਲੱਖ ਰੁਪਈਆ ਮੁੱਲ ਪਾਇਆ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਆਪਾਂ ਕਹਿੰਦੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਆਏ ਆ ਅਤੇ ਪੈਂਦੇ ਰਹਿਣਗੇ ਜ਼ਾਲਮਾਂ ਨੇ ਤੇ ਸਾਡੇ ਗੁਰੂਆਂ ਦੇ ਵੀ ਸਿਰਾਂ ਦਾ ਮੁੱਲ ਪਾਇਆ ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ 50,000 ਰੁਪਈਆ ਐਡਵਾਂਸ ਇਹ ਨਿਕਲੇ ਫਿਰ ਸਰਹੰਦ ਤੋਂ ਤੇਜ ਘੋੜੇ ਲੈ ਕੇ ਦਿੱਲੀ ਨੂੰ ਗੁੱਲ ਖਾਂ ਤੇ ਜਮਸ਼ੈਦ ਖਾਂ ਪਹਾੜੇ ਦੇ ਕਾਤਲ ਭੈਣੋ ਧਿਆਨ ਦਿਓ ਪਠਾਣਾ ਦਾ ਭੇਸ ਧਾਰ ਲਿਆ ਮਾਤਾ ਸੁੰਦਰੀ ਜੀ ਰਹਿੰਦੇ ਸੀ ਮੋਤੀ ਬਾਗ ਦਿੱਲੀ ਮੱਥਾ ਟੇਕਿਆ ਜਾ ਕੇ ਮਾਂ ਸਾਡੇ ਗੁਰੂ ਪਿਤਾ ਕਿੱਥੇ ਆ ਤੇ ਕਹਿੰਦੇ ਪਤਾ ਕੀ ਕਹਿੰਦੇ ਅਸੀਂ ਘੋੜਿਆਂ ਦੇ ਸੁਦਾਗਰ ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਘੋੜੇ ਵੇਚਣ ਆਇਆ ਕਰਦੇ ਸੀ ਗੁਰੂ ਮਹਾਰਾਜ ਸਾਨੂੰ ਵੱਡੇ ਪਿਆਰ ਦਿਆ ਕਰਦੇ ਸੀ ਖਿਆਲ ਕਰਿਓ ਜਰਾ ਸਤਸੰਗਤ ਜੀ ਧਿਆਨ ਦੇਣਾ ਮਾਂ ਕਹਿੰਦੀ ਬੱਚਿਓ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਤੇ ਆਗਰੇ ਤੋਂ ਹੀ ਦੱਖਣ ਨੂੰ ਚਲੇ ਗਏ ਬਹਾਦਰ ਸ਼ਾਹ ਦੇ ਨਾਲ ਇਹਨਾਂ ਨੇ ਘੋੜੇ ਭਜਾਏ ਰਸਤੇ ਦੇ ਜੰਗਲ ਵੇਲੇ ਨਦੀਆਂ ਨਾਲੇ ਪਹਾੜਾਂ ਨੂੰ ਪਾਰ ਕਰਦੇ ਕਰਦੇ ਗੋਦਾਵਰੀ ਨਦੀ ਦੇ ਕੰਢੇ ਨਦੇੜ ਸਾਹਿਬ ਦੀ ਪਾਵਨ ਧਰਤੀ ਜਿਹਨੂੰ ਹਜ਼ੂਰ ਸਾਹਿਬ ਕਹਿੰਦੇ ਆ ਉੱਥੇ ਪਹੁੰਚ ਗਏ ਧਿਆਨ ਦਿਓ ਜਰਾ ਦੁਨੀਆਂ ਦੇ ਵਾਲੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਖਣ ਦੇਸ਼ ਗੋਦਾਵਰੀ ਨਦੀ ਦੇ ਕੰਢੇ ਦਰਬਾਰ ਲਾ ਕੇ ਬੈਠੇ ਆ ਕੀਰਤਨ ਹੋ ਰਿਹਾ ਜਦੋਂ ਉਤਰੇ ਨਾ ਘੋੜਿਆਂ ਤੋਂ ਤੇ ਪਠਾਣਾ ਵਾਲਾ ਭੇਸ ਸੁਦਾਗਰਾਂ ਵਾਲਾ ਘੋੜਿਆਂ ਦੇ ਵਪਾਰੀ ਆ ਗਏ ਮਹਾਰਾਜ ਦੇ ਦਰਬਾਰ ਵਿੱਚ ਜਦੋਂ ਮੱਥਾ ਟੇਕਣ ਲੱਗੇ ਅੰਤਰਜਾਮੀ ਸਤਿਗੁਰੂ ਹੱਸ ਕੇ ਕਹਿੰਦੇ ਫਿਰ ਤੁਸੀਂ ਪਹੁੰਚ ਹੀ ਗਏ ਹੋ ਗੱਜ ਕੇ ਆਖੋ ਸਤਨਾਮ ਮਹਾਰਾਜ ਬੜਾ ਤੁਹਾਨੂੰ ਲੱਭਿਆ ਏ ਲੈ ਗੁਰੂ ਜੀ ਦੇ ਅੱਗੇ ਵੀ ਝੂਠ ਬੋਲੀ ਜਾਂਦੇ ਆ
ਬੜੀ ਇਹਨਾਂ ਨੇ ਉੱਥੇ ਜੋੜੇ ਝਾੜਨੇ, ਭਾਂਡੇ ਮਾਂਜਣੇ, ਸੇਵਾ ਕਰਨੀ, ਨਾਲੇ ਭੇਤ ਕੱਢਣਾ। ਭੇਤ ਗੁਰੂ ਮਹਾਰਾਜ ਕਿੱਥੇ ਆਰਾਮ ਕਰਦੇ ਆ, ਕਿੱਥੇ ਆਏ ਗਏ ਨੂੰ ਮਿਲਦੇ ਆ, ਕਿੱਥੇ ਰਾਤ ਨੂੰ ਸੌਂਦੇ ਆ, ਕੀ ਖਾਂਦੇ ਪੀਂਦੇ ਆ, ਕੌਣ ਕੌਣ ਪਹਿਰੇ ਤੇ ਰਹਿੰਦਾ। ਇੱਕ ਮਹੀਨੇ ਵਿੱਚ ਇਹਨਾਂ ਨੇ ਪਾਪੀਆਂ ਨੇ ਭੇਤ ਕੱਢ ਲਿਆ। ਧਿਆਨ ਦੇਣਾ ਜਰਾ ਸਤਸੰਗਤ ਜੀ, ਅੱਜ ਉਹ ਸਮਾਂ ਆ ਗਿਆ, ਅੱਜ ਉਹ ਵਕਤ ਆ ਗਿਆ, ਅੱਜ ਉਹ ਕਾਲ ਆ ਗਿਆ ਏ। ਕਾਲ ਦੇ ਦੋ ਅਰਥ ਨੇ। ਪਹਿਲਾ ਅਰਥ ਹੈ ਸਮਾਂ। ਰਾਵਣ ਨੇ ਜਿਹੜਾ ਕਾਲ ਪਾਵੇ ਨਾ ਵਧਾ ਸੀ ਨਾ ਨੌਜਵਾਨੋ, ਘੜੀ ਤੇ ਕੈਲੰਡਰ ਦਾ ਖੋਜੀ ਰਾਵਣ ਹੈ ਰਾਵਣ, ਉਹਨੇ ਉਹ ਦੂਜਾ ਕਾਲ ਨਹੀਂ ਸੀ ਪਾਵੇ ਨਾ ਵਧਾ। ਕਾਲ ਕਹਿੰਦੇ ਸਮੇਂ ਨੂੰ, ਘੜੀ ਬਣਾ ਕੇ ਉਹਨੇ ਆਪਣੇ ਪਾਵੇ ਦੇ ਕੋਲ ਰੱਖੀ ਹੋਈ ਸੀ। ਅਲਾਰਮ ਲਾ ਕੇ ਸੌਂਦਾ ਤੇ ਅਲਾਰਮ ਲਾ ਕੇ ਉੱਠਦਾ ਸੀ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਉਹ ਸਮਾਂ ਆ ਗਿਆ ਜਦੋਂ ਭਾਣੇ ਵਾਪਰਨੇ ਆ। ਇਹਨਾਂ ਨੇ ਕੱਢ ਲਿਆ ਭੇਤ ਤੇ ਲੋਕਾਂ ਵਿੱਚ ਗੱਲ ਪਤਾ ਕੀ ਇਹਨਾਂ ਨੇ ਚਲਾ ਤੀ। ਸੰਗਤ ਬੜੀ ਹੁੰਦੀ ਸੀ, ਕੋਈ ਕਿਤੇ ਆਉਂਦਾ ਕੋਈ ਕਿਤੇ ਆਉਂਦਾ, ਰੌਣਕ ਲੱਗਦੀ ਏ। ਸ਼ਾਮ ਨੂੰ ਕਹਿੰਦੇ ਸਿੱਖ ਅਸੀਂ ਗੁਰੂ ਦੇ ਬੜੇ ਪਿਆਰੇ ਹਾਂ, ਤੇ ਜਿੰਨਾ ਚਿਰ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਮੱਥਾ ਨਾ ਟੇਕ ਲਈਏ, ਅਸੀਂ ਮੂੰਹ ਵਿੱਚ ਬੁਰਕੀ ਨਹੀਂ ਪਾਉਂਦੇ, ਰੋਟੀ ਨਹੀਂ ਖਾਂਦੇ। 2 ਲੱਖ ਰੁਪਈਏ ਨੇ ਮੱਤ ਮਾਰੀ ਹੋਈ ਏ, ਇਹ ਮੌਕੇ ਦੀ ਤਾੜ ਵਿੱਚ ਨੇ। ਅੱਜ ਉਹ ਮੌਕਾ ਰੱਬ ਨੇ ਬਣਾ ਦਿੱਤਾ। ਖਿਆਲ ਕਰਿਓ ਜਰਾ, ਸ਼ਾਮਾਂ ਪੈ ਗਈਆਂ, ਹਲੇ ਆਹ ਟਾਈਮ ਤੋਂ ਥੋੜਾ ਜਿਹਾ ਹੋਰ ਅੱਗੇ ਚਲੇ ਜਾਈਏ, ਤੇ ਵਿਦਵਾਨ ਕਹਿੰਦਾ ਹੋਈ ਸ਼ਾਮ ਰਹਿ ਰਾਸ ਦਾ ਵਕਤ ਹੋਇਆ। ਸ਼ਾਮਾਂ ਨੂੰ ਭੈਣੋ ਸੋਦਰ ਦੀ ਚੌਂਕੀ ਲੱਗਦੀ ਹੈ ਗੁਰੂ ਘਰਾਂ ਚ ਰਹਿ ਰਾਸ, ਹਰ ਯੁਗ ਯੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹੁਣ ਤੇ ਰਿਵਾਜ ਹੀ ਬਦਲ ਗਏ। ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਸਾਡੀ ਦਾਦੀ ਨੇ ਸਾਡੀ ਮਾਂ ਨੇ ਸਾਨੂੰ ਗੁਰੂ ਘਰ ਲੈ ਕੇ ਜਾਣਾ, ਇਹ ਰੰਗ ਉੱਥੋਂ ਲੱਗਾ ਏ। ਅੱਜ ਕੌਣ ਲੈ ਕੇ ਜਾਂਦਾ ਏ? ਕਦੇ ਤੁਹਾਡੇ ਮੱਥੇ ਟੈਲੀਵਿਜ਼ਨ ਤੇ ਰੌਣਕ ਮੇਲਾ ਮੜ ਦਿੱਤਾ, ਮੜਿਆ ਕਦੋਂ? ਜਦੋਂ ਗੁਰਦੁਆਰੇ ਰਹਿ ਰਾਸ ਦਾ ਟਾਈਮ ਹੁੰਦਾ ਸੀ। ਕਦੇ ਸੰਦਲੀ ਪੈਣਾ ਮੜ ਦਿੱਤੀਆਂ, ਕਦੇ ਗੋਪੀ ਬਹੁ ਨਾਟਕ ਮੜ ਦਿੱਤਾ। ਹੁਣ ਤੇ ਬੇੜਾ ਹੀ ਗਰਕ ਹੋ ਗਿਆ, ਜੇਬਾਂ ਵਿੱਚ ਹੀ ਸਭ ਕੁਝ ਲਈ ਫਿਰਦੇ ਆ। ਗੱਜ ਕੇ ਆਖੋ ਸਤਨਾਮ। ਨਾ ਜਪ ਜੀ ਚੇਤੇ ਆ, ਨਾ ਰਹਿ ਰਾਸ ਚੇਤੇ ਆ, ਬਸ ਮੋਬਾਈਲ ਹੀ ਮੋਬਾਈਲ, ਮੋਬਾਈਲ ਹੀ ਮੋਬਾਈਲ, ਮੇਲੇ ਚੇਤੇ ਆ, ਜੋੜ ਮੇਲੇ ਭੁੱਲ ਗਏ। ਧਿਆਨ ਦਿਓ ਜਰਾ, ਕਰਮਾਂ ਵਾਲੇ ਜੇ ਤੁਸੀਂ ਗੁਰੂ ਚਰਨਾਂ ਵਿੱਚ ਬੈਠੇ ਹੋ, ਤੁਹਾਡੇ ਚੌਂਕੜੇ ਨੂੰ ਦੋ ਹੱਥ ਜੋੜ ਕੇ ਪ੍ਰਣਾਮ ਕਰਦਾ। ਵਾਹਿਗੁਰੂ ਤੁਹਾਨੂੰ ਹੋਰ ਵੀ ਬਹਿਣ ਦੀਆਂ ਤਾਕਤਾਂ ਦੇਵੇ। ਹੋਈ ਸ਼ਾਮ, ਇਹਨੂੰ ਕਹਿ ਦਿਓ ਵੀ ਸਾਡਾ ਅੱਧਾ ਘੰਟਾ ਰਹਿ ਗਿਆ, ਬਾਅਦ ਚ ਤੈਨੂੰ ਵੀ ਟਾਈਮ ਦੇ ਦਿਆਂਗੇ, ਨਾਲੇ ਸੰਗਤ ਪੈਸੇ ਦੇਊਗੀ। ਗੱਜ ਕੇ ਆਖੋ ਸਤਨਾਮ। ਉਦੋਂ ਵਜਾ ਲਈ ਜਿੰਨੀ ਪੀਪਲੀ ਵਜਾਉਣੀ ਆ। ਸਤਿਗੁਰੂ ਕਿਰਪਾ ਕਰੇ, ਫੜ ਲਾ ਭੈਣੇ ਜਰਾ, ਕੰਮ ਦੀ ਗੱਲ ਹੋਣ ਲੱਗੀ ਹੈ, ਧਿਆਨ ਦਿਓ ਜਰਾ। ਹੋਈ ਸ਼ਾਮ ਰਹਿ ਰਾਸ ਦਾ ਵਕਤ ਹੋਇਆ, ਤੇ ਮਾਰ ਚੌਂਕੜੇ ਸਿੰਘ ਸਰਦਾਰ ਸੱਜ ਗਏ। ਸਜੀ ਭਗਤੀ ਤੇ ਸ਼ਕਤੀ ਵੀ ਨਾਲ ਸੱਜ ਗਈ, ਜਦੋਂ ਸੂਰਮੇ ਪੈਣ ਹਥਿਆਰ ਸੱਜ ਗਏ। ਸਜੀ ਮਾਈ ਭਾਗੋ ਨਾਲ ਬੀਬੀਆਂ ਦੇ, ਤੇ ਮਾਤਾ ਸਾਹਿਬ ਕੌਰ ਜੀ ਸਾਥੀ ਬੰਦੇ ਦੇ ਬੇਸ਼ੁਮਾਰ ਸੱਜ ਗਏ। ਜਿਨ੍ਹਾਂ ਖਾਲਸਾ ਪੰਥ ਨੂੰ ਸਾਜਿਆ ਸੀ,
ਵਾਲੀ ਪੰਥ ਦੇ ਪੰਥ ਵਿਚਕਾਰ ਸਜ ਗਏ ਕਲਗੀ ਧਾਰ ਜੀ ਅੱਜ ਨਿਰਦੋਸ਼ ਵੇਖੋ ਜਾਣੀ ਕੌਣ ਕੇ ਆਖਰੀ ਵਾਰ ਸਜ ਗਏ। ਆਹ ਗੱਲ ਨੂੰ ਦੁਬਾਰਾ ਸੁਣਿਓ ਧਿਆਨ ਨਾਲ ਭੈਣੋ, ਜਿਨ੍ਹਾਂ ਖਾਲਸਾ ਪੰਥ ਨੂੰ ਸਾਜਿਆ ਸੀ ਵਾਲੀ ਪੰਥ ਦੇ ਪੰਥ ਵਿਚਕਾਰ ਸੱਜ ਗਏ ਉਹ ਕਲਗੀ ਧਾਰ ਜੀ ਅੱਜ ਨਿਰਦੋਸ਼ ਵੇਖੋ ਜਾਣੇ ਕੌਣ ਕੇ ਆਖਰੀ ਵਾਰ ਸੱਜ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਤੋਂ ਬਾਅਦ ਮੁੜ ਕੇ ਕਦੇ ਸਜਣਾ ਹੀ ਨਹੀਂ ਸਰੀਰਕ ਤੌਰ ਤੇ। ਅੱਜ ਮਹਾਰਾਜ ਦੇ ਉੱਤੇ ਵਾਰ ਹੋਣਾ ਹੈ, ਅੱਜ ਵੱਖੀ ਵਿੱਚ ਖੰਜਰ ਵੱਜਣਾ ਹੈ, ਅੱਜ ਲਹੂ ਡੁੱਲਣਾ ਹੈ ਇਹ ਗੁਲਾਮੀ ਦੇ ਦਾਗ ਧੋਣ ਵਾਸਤੇ। ਗੱਲ ਨੋਟ ਕਰਿਓ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਪਰਮੇਸ਼ਰ ਇੱਕ ਹੈ, ਪਰਮੇਸ਼ਰ ਤੇ ਕੋਈ ਵਾਰ ਨਹੀਂ ਕਰ ਸਕਦਾ, ਕਿਸੇ ਦੀ ਜ਼ੁਰਤ ਨਹੀਂ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਵਾਰ ਹੋਇਆ, ਕਿਉਂ ਹੋਇਆ? ਇਹਦਾ ਉੱਤਰ ਇੱਕ ਕਵੀ ਦਿੰਦਾ ਹੈ, ਦਮਾਂ ਦਿੱਤਿਆਂ ਬਾਜ ਨਾ ਦਮ ਮਿਲਦੇ, ਢੋਏ ਦਮਾਂ ਤੋਂ ਬਾਜ ਨਾ ਢੋਏ ਜਾਂਦੇ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਤੋਂ ਬਾਜ ਨਾ ਰੋਏ ਜਾਂਦੇ, ਦਰਦਾਂ ਬਾਜ ਨਾ ਸੀਨੇ ਵਿੱਚ ਛੇਕ ਪੈਂਦੇ, ਛੇਕਾਂ ਬਾਜ ਨਾ ਮੋਤੀ ਪਰੋਏ ਜਾਂਦੇ, ਉਹ ਸਰਫ ਦਾਗ ਗੁਲਾਮੀ ਦੇ ਦੇਸ਼ ਤੋਂ ਬਿਨਾਂ ਅਣਖ ਦੇ ਲਹੂ ਨਾ ਧੋਏ ਜਾਂਦੇ। ਜੇ ਖੰਜਰ ਵੱਜਦਾ ਤੇ ਲਹੂ ਡੁੱਲਦਾ ਨਾ, ਜੇ ਲਹੂ ਡੁੱਲਦਾ ਤੇ ਗੁਲਾਮੀ ਦੇ ਦਾਗ ਧੋਂਦਾ ਨਾ, ਗੁਲਾਮੀ ਦੇ ਦਾਗ ਧੋਣ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੀ ਵੱਖੀ ਵਿੱਚ ਖੰਜਰ ਮਰਵਾ ਲਿਆ ਸੀ। ਗੱਜ ਕੇ ਆਖੋ ਸਤਨਾਮ, ਨਹੀਂ ਤੇ ਗੁਰੂ ਦੇ ਉੱਤੇ ਕੋਈ ਵਾਰ ਕਰ ਸਕਦਾ? ਆਨੰਦਪੁਰ ਦੀ ਧਰਤੀ ਉੱਤੇ ਵਾਰ ਨਹੀਂ ਹੋਇਆ, ਸਰਸਾ ਦੇ ਕੰਢੇ ਤੇ ਵਾਰ ਨਹੀਂ ਹੋਇਆ, ਚਮਕੌਰ ਦੀ ਗੜੀ ਵਿੱਚ 10 ਲੱਖ ਫੌਜਾਂ ਆਈਆਂ ਨੇ ਵਾਰ ਕਰਨ ਲਈ, ਗੁਰੂ ਗੋਬਿੰਦ ਸਿੰਘ ਉੱਤੇ ਇੱਕ ਵੀ ਵਾਰ ਨਹੀਂ ਹੋਇਆ। ਤੇ ਅੱਜ ਹਜ਼ੂਰ ਸਾਹਿਬ ਵਾਰ ਹੋਣਾ ਸੀ, ਉਹਨੇ ਲਹੂ ਡੋਲਣ ਲਈ ਦਾਗ ਧੋਣ ਲਈ ਇਹ ਕੌਤਕ ਰਚਿਆ। ਧਿਆਨ ਦਿਓ ਤਰਾ, ਸੋਦਰ ਦੀ ਚੌਂਕੀ ਲੱਗੀ, ਆਰਤੀ ਦਾ ਕੀਰਤਨ ਹੋਇਆ, ਅਰਦਾਸ ਹੋਈ, ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਚਨ ਨਹੀਂ ਕੀਤਾ, ਕਹਿੰਦੇ ਇਸ਼ਾਰੇ ਨਾਲ ਹੀ ਕਹਿੰਦੇ ਪ੍ਰਸ਼ਾਦ ਵਰਤਾ ਦਿਓ। ਸਾਰਿਆਂ ਪ੍ਰਸ਼ਾਦ ਛਕ ਲਿਆ, ਮਹਾਰਾਜ ਉੱਠ ਕੇ ਪਲੰਗ ਤੋਂ ਉੱਠ ਕੇ ਤਖਤ ਤੋਂ ਆਪਣੇ ਤੰਬੂ ਵਿੱਚ ਆ ਗਏ। ਗੁਰਮੁਖੋ ਵਾਹ ਰੇ ਕੁਦਰਤ, ਵਾਹ ਮੇਰੇ ਪ੍ਰਮਾਤਮਾ, ਇਹ ਤੇਰੀ ਕੈਸੀ ਲੀਲਾ, ਦੁਨੀਆਂ ਦੇ ਵਾਲੀ ਚੁੱਪ ਚਾਪ ਪਲੰਗ ਦੇ ਉੱਤੇ ਆਣ ਕੇ ਲੰਮੇ ਪੈ ਗਏ, ਸੰਗਤ ਪ੍ਰਸ਼ਾਦਾ ਛਕਣ ਚਲੇ ਗਈ, ਕੋਈ ਘੁੰਮਣ ਚਲੇ ਗਿਆ। ਅੱਜ ਸੋਚਦੇ ਆ ਕਿ ਮਹਾਰਾਜ ਨੇ ਕੋਈ ਬਚਨ ਨਹੀਂ ਕੀਤਾ, ਸਾਧ ਸੰਗਤ ਜੀ ਹਨੇਰਾ ਹੋ ਗਿਆ, ਲੋਕ ਆਪੋ ਆਪਣੇ ਤੰਬੂਆਂ ਵਿੱਚ ਚਲੇ ਗਏ, ਜਥੇਦਾਰ ਚਲੇ ਗਏ, ਸੰਗਤਾਂ ਚਲੇ ਗਈਆਂ, ਬੀਬੀਆਂ ਭੈਣਾਂ ਚਲੇ ਗਈਆਂ, ਮਾਤਾ ਸਾਹਿਬ ਕੌਰ ਜੀ ਚਲੇ ਗਏ, ਮਾਤਾ ਜੀ ਮਾਤਾ ਭਾਗੋ ਜੀ ਚਲੇ ਗਏ, ਸਭ ਚਲੇ ਗਏ, ਰਹਿ ਗਿਆ ਇੱਕ ਪਹਿਰੇਦਾਰ। 10 ਵਜੇ ਦਾ ਰਾਤ ਦਾ ਟਾਈਮ ਹੈ, ਪਾਪੀ ਆਣ ਕੇ ਘੋੜੇ ਹਿਣਕ ਪਏ, ਕੱਢਿਆ ਹੋਇਆ ਭੇਤ, ਸਿੱਧੇ ਉਸ ਤੰਬੂ ਦੇ ਅੱਗੇ ਆਣ ਕੇ ਖੜ ਗਏ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਲੰਗ ਉੱਤੇ ਲੇਟੇ ਹੋਏ। ਅੱਜ ਧਰਤੀ ਤੇ ਕਹਿਰ ਹੋਣਾ ਹੈ, ਕਾਲਜਾ ਮੂੰਹ ਨੂੰ ਨਹੀਂ ਆ ਜਾਂਦਾ। ਪਹਿਰੇਦਾਰ ਕਹਿੰਦਾ ਖਬਰਦਾਰ, ਕੌਣ ਜੇ ਤੁਸੀਂ? ਕਹਿੰਦੇ ਗੁਰੂ ਦੇ ਪਿਆਰਿਆ, ਸਾਨੂੰ ਸਿਆਣਿਆ ਨਹੀਂ, ਅਸੀਂ ਘੋੜਿਆਂ ਦੇ ਸਦਾਗਰ, ਮਹੀਨਾ ਹੋ ਗਿਆ ਗੁਰੂ ਚਰਨਾਂ ਵਿੱਚ ਰਹਿੰਦਿਆਂ ਨੂੰ,
ਅੱਜ ਘੋੜੇ ਵੇਚਦੇ ਵੇਚਦੇ ਦੂਰ ਨਿਕਲ ਗਏ, ਹਨੇਰਾ ਹੋ ਗਿਆ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਅੱਲਾ ਦੇ ਖੁਦਾ ਦੇ ਦਰਸ਼ਨ ਨਹੀਂ ਕਰ ਸਕੇ। ਮੋਮੋ ਠਗਣੇ ਜ਼ਾਲਮ ਪਠਾਨ ਅੱਖਾਂ 'ਚ ਹੰਝੂ ਝੂਠੇ, ਤੈਨੂੰ ਵਾਸਤਾ ਜੇ ਤੇਰੇ ਗੁਰੂ ਦਾ, ਖਾਧਾ ਨਹੀਂ ਦੁਪਹਿਰ ਦਾ ਕੁਛ ਵੀ, ਬੜੀ ਭੁੱਖ ਲੱਗੀ ਏ, ਤੇ ਬਚਨ ਦਿੱਤਾ ਪਠਾਣਾ ਨੇ ਕਿ ਜਿੰਨਾ ਚਿਰ ਗੁਰੂ ਜੀ ਦੇ ਦਰਸ਼ਨ ਨਾ ਕਰ ਲਈਏ ਮੂੰਹ ਨਾਲ ਅੰਨ ਜਲ ਨਹੀਂ ਲਾਉਣਾ, ਰਾਤ ਭੁੱਖੇ ਸੋਵਾਂਗੇ। ਸਿੱਖ ਗੁਰੂ ਦਾ ਵਾਸਤਾ ਨਹੀਂ ਜੇ ਸੁਣ ਸਕਦਾ, ਕਹਿੰਦਾ ਤੁਸੀਂ ਦਿੱਤਾ ਇਹ ਗੁਰੂ ਦਾ ਵਾਸਤਾ, ਪੜਦਾ ਹਟ ਜਾਵੇਗਾ। ਮਹਾਰਾਜ ਆਰਾਮ ਕਰ ਰਹੇ ਆ, ਲੇਟੇ ਹੋਏ ਆ, ਚਰਨਾਂ ਦੇ ਉੱਤੇ ਸਿਰ ਨਹੀਂ ਲਾਉਣਾ, ਬਸ ਅੰਦਰ ਜਾਓ ਤੰਬੂ ਵਿੱਚ, ਗੁਰੂ ਮਹਾਰਾਜ ਨੂੰ ਹੱਥ ਜੋੜ ਕੇ ਨਮਸਕਾਰ ਕਰੋ, ਦਰਸ਼ਨ ਕਰਕੇ ਜਲਦੀ ਬਾਹਰ ਆ ਜਾਓ। ਸਿੱਖ ਭੋਲਾ ਸੀ, ਤੰਬੂ ਦਾ ਪਰਦਾ ਹਟ ਗਿਆ, ਉਹ ਬਰਸ਼ਾ ਲੈ ਕੇ ਸਿੱਧਾ ਖੜਾ ਹੋ ਗਿਆ। ਜ਼ਾਲਮ ਅੰਦਰ ਲੰਘੇ, ਮੇਰੇ ਪ੍ਰਮਾਤਮਾ, ਮੇਰੇ ਵਾਹਿਗੁਰੂ, ਮੇਰੇ ਦਾਤਾ, ਉਹ ਕਿੱਦਾਂ ਦੀ ਮਨਹੂਸ ਘੜੀ ਹੋਵੇਗੀ, ਲੇਟੇ ਤੰਬੂ ਚ ਗੁਰੂ ਦਸ਼ਮੇਸ਼ ਜੀ ਪਿਆਰ ਨਾਲ ਅੱਖਾਂ ਫੇਰੀਆਂ, ਪਿਆਰਿਆ ਓਏ ਪਾਪੀ ਜਮਸ਼ੈਦ ਖਾਂ ਨੇ ਛੁਰਾ ਮਾਰਿਆ। ਧੰਨ ਗੁਰੂ ਗੋਬਿੰਦ ਸਿੰਘ ਜੀ, ਅਕਾਲ ਪੁਰਖ ਪਰਮ ਪਿਤਾ ਪ੍ਰਮਾਤਮਾ ਦੇ ਪੁੱਤਰ, ਮੇਰੀ ਕੌਮ ਦੇ ਰਹਿਬਰ, ਪਲੰਗ ਦੇ ਉੱਤੇ ਲੇਟੇ ਹੋਏ ਨੇ, ਪਾਪੀਆਂ ਨੇ ਮੌਕਾ ਤਾੜ ਕੇ ਯਾਰ ਭਰਿਆ ਖੰਜਰ, ਗੁਰੂ ਜੀ ਦੀ ਵੱਖੀ ਵਿੱਚ ਮਾਰ ਕੇ ਕਹਿ ਰਹੇ ਐਂ ਕਰ ਦਿੱਤਾ। ਸਮਾਂ ਸ਼ਾਮ ਦਾ ਤੰਬੂ ਚ ਗੁਰੂ ਪਏ ਸੀ, ਸਮਾਂ ਸ਼ਾਮ ਦਾ ਤੰਬੂ ਚ ਗੁਰੂ ਪਏ ਸੀ, ਨੈਣ ਬੰਦ ਕਰੇ ਗੁਰਾਂ ਨੇ ਪਿਆਰਿਆ ਪਿਆਰਿਆ, ਪਾਪੀ ਜਮਸ਼ੈਦ ਖਾਨ ਨੇ ਉਹ ਛੁਰਾ ਮਾਰਿਆ। ਸਤਸੰਗ ਜੀ ਥੋੜਾ ਜਿਹਾ ਧਿਆਨ ਦਿਓ, ਸੂਰੇ ਅਣਖ ਦਿਆਂ ਹੱਥਾਂ ਨਾਲ ਖੋਲ ਦਿੰਦੇ, ਓਏ ਪੇਕੇ ਪਾਏ ਜੋ ਨਿਮਕ ਹਰਾਮੀਆਂ ਦੇ, ਤੇ ਦੇਸ਼ ਭਗਤਾਂ ਨੂੰ ਸਾਵਾ ਦਾ ਤਿਲਕ ਲੱਗੇ, ਮੁਖਬਰ ਖੱਟਦੇ ਟਿੱਕੇ ਬਦਨਾਮੀਆਂ, ਪੱਥਰ ਤਰਦੇ ਦੇਖੇ ਮੈਂ ਧਰਮੀਆਂ ਦੇ, ਪੱਥਰ ਪਾਣੀ ਉੱਤੇ ਤਰ ਨਹੀਂ ਸਕਦਾ, ਪਰ ਧਰਮੀ ਬਣ ਜਾਓ ਤੁਹਾਡਾ ਪੱਥਰ ਵੀ ਤਰੇਗਾ। ਬਾਬੇ ਨਾਮ ਵਾਹਿਗੁਰੂ ਰਵਿਦਾਸ ਜੀ ਦਾ ਤਰਿਆ ਹੈ ਨਾ, ਤੇ ਬੇੜੇ ਡੁੱਬ ਜਾਂਦੇ ਕਪਟੀ ਕਾਮੀਆਂ ਦੇ, ਧਰਮੀ ਦਾ ਪੱਥਰ ਵੀ ਤਰ ਜਾਂਦਾ ਹੈ ਤੇ ਪਾਪੀ ਬੰਦੇ ਦਾ ਬੇੜਾ ਵੀ ਡੁੱਬ ਜਾਂਦਾ ਹੈ। ਪਰ ਤੱਤ ਦੀ ਗੱਲ ਇਹ ਹੈ ਕਿ ਬਿਨਾਂ ਲਹੂ ਤੋਂ ਕੋਈ ਨਹੀਂ ਧੋ ਸਕਦਾ ਕੋਈ ਵੀ, ਲੱਗ ਜਾਣ ਜੇ ਦਾਗ ਗੁਲਾਮੀਆਂ ਦੇ, ਮੇਰੇ ਦੇਸ਼ ਨੂੰ ਗੁਲਾਮੀ ਦਾ ਦਾਗ ਲੱਗਾ ਹੋਇਆ ਸੀ ਤੇ ਲਹੂ ਨਾਲ ਧੋਤਾ ਜਾਣਾ ਏ। ਗੁਰੂ ਗੋਬਿੰਦ ਸਿੰਘ ਦੀ ਵੱਖੀ ਵਿੱਚ ਖੰਜਰ ਵੱਜਾ, ਲਹੂ ਦੇ ਫੁਹਾਰੇ ਨਿਕਲ ਤੁਰੇ, ਸੁਣਿਓ ਜਰਾ ਕੀ ਕਹਿਰ ਵਾਪਰਿਆ, ਇਉਂ ਬੇਨਤੀ ਕੀਤੀ। Oh,
ਮਾਰ ਕੇ ਪਾਪੀ ਨੇ ਪਾਪ ਕਰਦਾ ਬੱਖੀ ਚ ਜ਼ਖਮ ਸੰਗਤੇ ਹੋ ਗਿਆ ਖੂਨ ਤੇ ਸ਼ਮੇਸ਼ ਪਿਤਾ ਦਾ ਪੁੱਤ ਚੋ ਗਿਆ ਯਾਦ ਕਰਦੇ ਉਹ ਤੇ ਹਰ ਵੇਲੇ ਉਹ ਹੀ ਆਖਦੇ ਸੀ ਮੇਰੀ ਮਾਲਕਾ ਪੂਰੀ
ਫਰਿਆਦ ਕਰਦੇ, ਮੇਰਾ ਪਿਤਾ ਲੈ ਲਾ, ਮੇਰੇ ਪੁੱਤ ਲੈ ਲਾ, ਮੇਰਾ ਵਸਦਾ ਘਰ ਬਰਬਾਦ ਕਰ ਲੈ, ਚੁਣ ਲੈ ਲੋਹਾਂ ਦੇ ਨਾਲ ਪਰਿਵਾਰ ਮੇਰਾ, ਮੇਰੇ ਦੇਸ਼ ਨੂੰ ਅਈਪਰ ਆਜ਼ਾਦ ਕਰ ਦੇ। ਲਿਖੇ ਕੌਤਕ ਗੁਰੂ ਦੇ ਕੰਡਿਆਣਾ, ਸਾਨੀ ਦਸ਼ਮੇਸ਼ ਪਿਤਾ ਦਾ ਕੋਈ ਨਾ, ਤੇ ਕਿਹੜੀ ਅੱਖ ਹੋਊ ਸੰਗਤ ਜੀ ਜਿਹੜੀ ਰੋਈ ਨਾ। ਜਦੋਂ ਵਾਰ ਕੀਤਾ ਨਾ ਮਹਾਰਾਜ ਦੇ ਉੱਤੇ, ਧਿਆਨ ਦਿਓ ਜਰਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਿਜਲੀ ਨਾਲੋਂ ਵੀ ਤੇਜ ਫੁਰਤੀ ਨਾਲ ਆਪਣੀ ਤੇਗ ਬੇਮਿਆਨ ਕੀਤੀ। ਖੰਜਰ ਵੱਜਾ ਹੋਇਆ ਏ, ਲਹੂ ਦੇ ਫੁਹਾਰੇ ਨਿਕਲ ਤੁਰੇ, ਸ਼ਰ ਕਰਕੇ ਤੇਗਾ ਬੇਮਿਆਨ ਕਰਕੇ ਵਾਰ ਕਰਨ ਵਾਲੇ ਪਠਾਨ ਦਾ ਕੀਰਤਨ ਸੋਹਲਾ, ਘੋਗਾ ਚਿੱਤ ਕਰ ਮਾਰਿਆ ਵਾਰ। ਹਾਏ ਅੰਮਾ, ਮਹਾਰਾਜ ਕਹਿੰਦੇ ਵਾਰ ਕੀਤਾ ਹੁਣ ਅੰਮਾ ਅੱਲਾ ਕਹਿ, ਦੋਵਾਂ ਬੰਨੀ ਖੂਨ ਚੱਲ ਪਿਆ, ਧਰਤੀ ਰੰਗੀ ਗਈ। ਦੋ ਵਾਰ ਹੋਏ ਗੋਲਖਾਂ ਭੱਜਣ ਲੱਗਾ ਏ, ਭੇਤ ਕਿੱਦਾਂ ਖੁੱਲਦੇ ਆ। ਨਿਹੰਗ ਸਿੰਘ ਵਰਸ਼ਾ ਮਾਰ ਕੇ ਝਟਕਾ ਸਕਦਾ ਸੀ, ਵਿੰਨ ਸਕਦਾ ਸੀ, ਜਥੇਦਾਰ ਨੇ ਆਵਾਜ਼ ਦਿੱਤੀ ਉਹ ਵੇਖੀ ਇਹਨੂੰ ਮਾਰਨਾ ਦੇਵੀ ਢਾਲਾ, ਇਹ ਕੁਝ ਖਾ ਕੇ ਵੀ ਨਾ ਮਰ ਜਾਵੇ, ਭੇਤ ਕੁਝਾ ਨਾ ਰਹਿ ਜਾਵੇ। ਉੱਠਾ ਟੰਗ ਲਿਆ, ਉਦੋਂ ਹੀ ਇੱਕ ਦੋ ਤਿੰਨ ਘਸੁੰਨ ਵੱਜੇ, ਕਹਿੰਦਾ ਵਜ਼ੀਰ ਖਾਂ ਨੇ 2 ਲੱਖ ਮੁੱਲ ਪਾਇਆ ਹੀ ਤੁਹਾਡੇ ਗੁਰੂ ਦਾ, 50,000 ਲੈ ਕੇ ਆਏ ਆ, ਧੋਖੇ ਨਾਲ ਵਾਰ ਕਰ ਦਿੱਤਾ ਈ ਓ, ਮੇਰੇ ਨਾਲ ਦਾ ਮਾਰਿਆ ਗਿਆ, ਜਮਸ਼ੈਦ ਖਾਂ ਮੈਂ ਭੱਜਣਾ ਸੀ। ਇਹ ਭੇਤ ਸਿੰਘਾਂ ਨੇ ਨੋਟ ਕਰ ਲਿਆ, ਮਾਰ ਕੇ ਤੇਗਾ ਸਿਰ ਝਟਕਾ ਕੇ ਉਹ ਮਾਰਿਆ ਤੇ ਦੌੜ ਕੇ ਅੰਦਰ ਆ ਗਏ। ਲਹੂ ਡੁੱਲਦਾ ਜਾ ਰਿਹਾ, ਮਹਾਰਾਜ ਬੜੇ ਹੀ ਆਰਾਮ ਦੇ ਨਾਲ ਦੁਕਾਲੰ ਪ੍ਰਣਾਸੀ ਆ ਜਪ ਰਹੇ ਆ। ਖੰਜਰ ਵੱਜਾ ਹੋਇਆ, ਲਹੂ ਡੁੱਲਦਾ ਜਾ ਰਿਹਾ, ਨੌਜਵਾਨੋ 10ਵੇਂ ਪਾਤਸ਼ਾਹ ਦਾ ਕਾਹਦੇ ਲਈ ਅਸੀਂ ਹੱਸਦੇ ਰਹੀਏ, ਅਸੀਂ ਵੱਸਦੇ ਰਹੀਏ, ਸਾਡੇ ਚਿਹਰਿਆਂ ਤੇ ਰੌਣਕਾਂ ਰਹਿਣ, ਪਰ 35 ਸਾਲ ਸਿੱਖਾਂ ਨੇ ਇਹ ਰੌਣਕਾਂ ਕੰਜਰੀਆਂ ਨਚਾ ਕੇ ਪੈਲਸਾਂ ਵਿੱਚ ਹੀ ਕੀਤੀਆਂ ਨੇ। ਗੱਜ ਕੇ ਆਖੋ ਸਤਨਾਮ, ਸਿੱਖਾਂ ਕਿੱਥੇ ਚਲਿਆ ਗਿਆ, ਕੀ ਹੋ ਗਿਆ ਤੇਰੀ ਮਤ, ਕਦੇ ਯਾਦ ਤੇ ਕਰੇ ਉਹ ਘਰੇ ਬਹਿ ਕੇ ਇਕੱਲੇ। ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ, ਜਿੰਨ ਕੇ ਚੋਲੇ ਰਤੜੇ ਪਿਆਰੇ, ਕੰਤ ਤਨਾ ਕੇ ਪਾਸ ਧੂਰ ਤਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ। ਕਿੱਥੇ ਖੜੇ? ਇੱਕ ਬੰਦਾ ਕਹਿੰਦਾ ਉਰੇ ਆ, ਮੈਂ ਕਿਹਾ ਪਤਾ ਨੀ ਕੀ ਕਹਿਣਾ ਆਊ, ਤੇ ਪਤਾ ਮੈਨੂੰ ਕੀ ਕਹਿੰਦਾ, ਭਾਜੀ ਢਾਡੀ ਸਿੰਘ ਮਾਝਾ ਪੂਜੇ ਕਬਰਾਂ ਨੂੰ। ਉਹ ਮੈਂ ਕਿਹਾ ਇਹਨੂੰ ਕੀ ਹੋ ਗਿਆ, ਮੈਂ ਕਿਹਾ ਮੈਂ ਤਾਂ ਰੋਜ਼ ਮਾਝੇ ਰਹਿੰਦਾ, ਮੈਨੂੰ ਤਾਂ ਕੋਈ ਕਬਰ ਦਿਸੀ ਨੀ। ਕਹਿੰਦਾ ਤੂੰ ਜਾਣਾ ਹੀ ਗੁਰੂ ਘਰ ਵਾਂ, ਵੇਖ ਲਓ। ਕਹਿੰਦਾ ਮਾਝਾ ਪੂਜੇ ਕਬਰਾਂ ਨੂੰ ਤੇ ਮਾਲਵਾ ਡੇਰਿਆਂ ਨੂੰ,
ਮੈਂ ਕਿਹਾ ਅਸੀਂ ਦੁਆਬੇ ਵਾਲੇ, ਤੁਸੀਂ ਕਹਿੰਦਾ ਪੂਜਦੇ ਹੋ ਜਠੇਰਿਆਂ ਨੂੰ, ਗੁਰੂ ਕਲਗੀ ਧਰ ਵੀ ਸੋਚਦਾ ਉਹ ਕੀ ਹੋ ਗਿਆ ਸਿੱਖਾਂ ਮੇਰਿਆਂ ਨੂੰ। ਏਦਾਂ ਲੱਗ ਪਿਆ ਲੋਕੀ ਸਾਨੂੰ ਕਹਿਣ। ਸਿੱਖ ਜਦੋਂ ਕਬਰ ਤੇ ਜਾਂਦਾ ਉਹਨੂੰ ਸਰਹੰਦ ਦੀ ਦੀਵਾਰ ਨਹੀਂ ਦਿਸਦੀ, ਚਮਕੌਰ ਦੀ ਗੜੀ ਨਹੀਂ ਦਿਸਦੀ। ਗੁਰੂ ਦਿਆ ਸਿੱਖਾ ਸਿੱਖੀ ਪੜਨ ਵਾਸਤੇ ਫੀਸ ਸਿਰਾਂ ਦੀ ਲੱਗਦੀ ਏ, ਸਤਿਗੁਰ ਨਾਨਕ ਜੀ ਨੇ ਬਾਣੀ ਵਿੱਚ ਫਰਮਾਇਆ। ਛੱਡ ਕੇ ਆਸ ਜੀਵਨ ਦੀ, ਪਹਿਲਾਂ ਮਰਨ ਕਬੂਲ ਕੇ ਹੋ ਗਏ ਦਾਖਲ, ਜਿਨ੍ਹਾਂ ਤਲੀ ਤੇ ਸੀਸ ਟਕਾਇਆ। ਸਿੱਖ ਅਸੀਂ ਬੰਬੇ ਜਾ ਰਹੇ ਹਾਂ ਜੀ, ਹਾਂਜੀ ਪਹਿਲਾਂ ਹੋਰ ਬੜੀ ਜਗ੍ਹਾ, 12, 13, 14 ਅਪ੍ਰੈਲ 3 ਦਿਨ ਅਸੀਂ ਇੱਥੋਂ ਅੰਮ੍ਰਿਤਸਰੋਂ ਜਹਾਜ਼ ਲਵਾਂਗੇ, 15 ਨੂੰ ਮੁੜਨਾ। ਦਸੰਬਰ ਮਹੀਨੇ ਚ ਕੀਰਤਨ ਕਰਨ ਗਏ, ਇੱਕ ਬਜ਼ੁਰਗ ਮਿਲਿਆ ਆਰਮੀ ਦਾ ਬ੍ਰਿਗੇਡੀਅਰ, ਆੜੜੀਆਂ ਮੁੱਛਾਂ ਰਿਟਾਇਰ, ਤੇ ਬਾਹਾਂ ਉਹਦੀਆਂ ਤਣੀਆਂ ਹੋਈਆਂ ਜਦੋਂ ਉਹਨੇ ਪ੍ਰਸੰਗ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਦਾ ਸਾਡੇ ਕੋਲੋਂ। ਉਤਰੇ ਸਟੇਜ ਤੋਂ, ਮੈਨੂੰ ਪਰਾਂ ਨੂੰ ਲੈ ਗਿਆ, ਕਹਿੰਦਾ ਪੁੱਤਰ ਉਰੇ ਆ, ਕਹਿੰਦਾ ਅੱਜ ਮੈਂ ਨਿਹਾਲ ਹੋ ਗਿਆ, ਕਾਰਗਿਲ ਦੀ ਜੰਗ ਲੜੀ ਮੈਂ, ਵੱਡਾ ਬ੍ਰਿਗੇਡੀਅਰ ਮੇਰੇ ਤੋਂ ਛੋਟਾ, ਮੇਰੇ ਨਾਲ ਮਹਾਰਾਸ਼ਟਰ ਦਾ ਮਰਹੱਠਾ, ਪਹਾੜੀ ਚੜੀਏ ਤੇ ਮਸ਼ੀਨ ਗੰਨਾਂ ਗੋਲੀਆਂ ਚਲਾਉਂਦਾ ਜਾਵੇ, ਜੈ ਦੇਵਾਂ ਜੈ ਦੇਵਾਂ। ਤੇ ਮੈਂ ਉਹਨੂੰ ਕਿਹਾ ਉਹ ਰਾਤ ਦਾ ਟਾਈਮ, ਮਸ਼ੀਨ ਗੰਨ ਵੀ ਬੰਦ ਕਰ ਤੇ ਮੂੰਹ ਵੀ ਬੰਦ ਕਰ, ਪਹਿਲਾਂ ਪਹਾੜੀ ਚੜੀਏ ਫੇਰ ਜਾ ਕੇ ਨਾਰੇ ਲਾ ਲਈ। ਕਹਿੰਦਾ ਸਰਦਾਰ ਜੀ ਤੈਨੂੰ ਨੀ ਪਤਾ ਮੈਂ ਮਹਾਰਾਸ਼ਟਰ ਦਾ ਮਰਹੱਠਾ, ਇਹ ਮੈਨੂੰ ਦੱਸੀ ਉਹਨੇ ਗੱਲ। ਤੇ ਕਹਿੰਦਾ ਮਰਹੱਠੇ ਚ ਦੋ ਗੁਣ ਹੁੰਦੇ ਆ, ਵੇਖ ਲਓ ਦੂਜੇ ਧਰਮ ਦੂਜੇ ਲੋਕ। ਮੈਂ ਕਿਹਾ ਕਿਹੜੇ? ਕਹਿੰਦਾ ਮਰਹੱਠਾ ਜਾਂ ਤੇ ਦੁਸ਼ਮਣ ਨੂੰ ਮਾਰ ਕੇ ਹਟਦਾ ਹੈ, ਨਹੀਂ ਤੇ ਖੁਦ ਮਰ ਕੇ ਹਟਦਾ ਹੈ। ਓਦਾਂ ਨੀ ਉਹ ਹਟਦਾ, ਜਾਂ ਦੁਸ਼ਮਣ ਨੂੰ ਮਾਰ ਕੇ ਹਟਦਾ ਹੈ ਜਾਂ ਮਰ ਕੇ ਹਟਦਾ। ਨਾਲੇ ਕਹਿੰਦਾ ਮੁੱਛਾਂ ਨੂੰ ਪਾ ਦਿੱਤਾ। ਮੈਂ ਕਿਹਾ ਜੀ ਬਾਪੂ ਜੀ ਫਿਰ ਕੀ ਹੋਇਆ ਬ੍ਰਿਗੇਡੀਅਰ ਸਾਹਿਬ? ਕਹਿੰਦਾ ਹੋਣਾ ਕੀ ਸੀ, ਮੈਂ ਆਪਣਾ ਬੜੂਆ ਕੱਢ ਲਿਆ, ਬਾਬਾ ਦੀਪ ਸਿੰਘ ਜੀ ਦੇ ਕੱਟੇ ਸਿਰ ਤਲੀ ਤੇ ਰੱਖੀ ਤਸਵੀਰ ਮੈਂ ਸਦਾ ਆਪਣੇ ਕੋਲ ਰੱਖਦਾ। ਮੈਂ ਕਿਹਾ ਓਏ ਇੱਧਰ ਦੇਖ, ਜਦੋਂ ਤਲੀ ਉੱਤੇ ਸੀਸ ਬਾਬੇ ਦੇ ਹੱਥ ਵਿੱਚ, ਖੰਡਾ ਮਰਹੱਠੇ ਨੇ ਫੋਟੋ ਦੇਖੀ ਨਾ, ਕਹਿੰਦਾ ਇਹ ਕੀ? ਕਹਿੰਦਾ ਤੂੰ ਹੋਵੇਂਗਾ ਮਹਾਰਾਸ਼ਟਰ ਦਾ ਮਰਹੱਠਾ, ਜਾਂ ਦੁਸ਼ਮਣ ਨੂੰ ਮਾਰ ਕੇ ਹਟਦਾ ਏ ਜਾਂ ਮਰ ਕੇ ਹਟਦਾ। ਮੈਂ ਬਾਜਾਂ ਵਾਲੇ ਗੁਰੂ ਦਾ ਸਿੱਖ, ਮੈਂ ਮਰ ਕੇ ਵੀ ਨਹੀਂ ਉਹ ਹਟਦਾ, ਮਰਿਆ ਹੋਇਆ ਵੀ ਸਿਰ ਤਲੀ ਤੇ ਧਰ ਕੇ ਖੰਡਾ ਖੜਕਾ ਜਾਂਦਾ। ਸਿੱਖਾ ਤੇਰੀ ਪਰਿਭਾਸ਼ਾ ਇਹ ਹੈ, ਤੂੰ ਤੇ ਮਰ ਕੇ ਵੀ ਨਹੀਂ ਹਟਦਾ। ਉਹਦੇ ਹੱਥੋਂ ਮਸ਼ੀਨ ਗੰਨ ਛੁੱਟ ਗਈ, ਇਹ ਪਟਾ ਪਾਇਆ ਹੁੰਦਾ ਤੇ ਗਲ ਵਿੱਚ ਲਟਕ ਜਾਂਦੀ ਹੈ। ਕਹਿੰਦਾ ਇਹ ਕੀ, ਇਹ ਸੱਚ ਵਾ? ਤੇ ਕਹਿੰਦਾ ਮੈਂ ਝੂਠ ਬੋਲਦਾ। ਕਹਿੰਦਾ ਫੇਰ ਭਰਾਵਾ ਜੇ ਜਿਉਂਦੇ ਮੁੜ ਕੇ ਆਏ ਤੇ ਮੈਨੂੰ ਇਹੋ ਜਿਹੀ ਜਗ੍ਹਾ ਲੈ ਕੇ ਜਾਈ ਜਿੱਥੇ ਸਿਰ ਤਲੀ ਤੇ ਧਰਨ ਦੀ ਜੁਗਤੀ ਮਿਲਦੀ ਆ। ਅਸੀਂ ਕਹਿੰਦਾ ਦੋਨੋਂ ਹੀ ਆ ਗਏ, ਮੈਂ ਗੁਰੂ ਘਰ ਲੈ ਗਿਆ, ਪੰਜਾਂ ਤੋਂ ਅੰਮ੍ਰਿਤ ਛਕਾਇਆ। ਕਹਿੰਦਾ ਮਹਾਰਾਸ਼ਟਰ ਦਾ ਮਰਹੱਠਾ ਜੈ ਦੇਵਾਂ ਛੱਡ ਕੇ ਬੋਲੇ ਸੌ ਨਿਹਾਲ ਕਹੀ ਜਾਂਦਾ ਏ। ਇਹ ਆ ਸਿੱਖੀ ਕਿੱਥੇ ਖੜੇ ਆ? ਕਦੇ ਸਤਵੰਤ ਕੌਰ ਨੂੰ ਭੈਣੋ ਯਾਦ ਕੀਤਾ? ਦੱਸੋ ਕੌਣ ਸੀ ਸਤਵੰਤ ਕੌਰ? ਫੈਸ਼ਨ ਪ੍ਰਸਤੀ ਬਹੁਤ ਆ ਗਈ ਆ ਕੁੜੀਆਂ। ਮੈਂ ਕਿਹਾ ਧੀਓ ਹੁਣ ਤੇ ਪੰਜਾਂ ਨੇ ਕਹਿ ਦਿੱਤਾ ਵੀ ਲਹਿੰਗੇ ਨਾਲ ਲਾਵਾਂ ਨਹੀਂ ਹੋਣੀਆਂ,
ਤੇ ਚੱਲ ਕੋਈ ਨੀ, ਕਹਿੰਦੀ ਲਾਵਾਂ ਲਈ ਸੂਟ ਸਵਾ ਲਾਂਗੇ, ਉਹ ਵੀ 65,000 ਦਾ ਬਣਦਾ, ਤੇ ਮਗਰੋਂ ਲਹਿੰਗਾ ਹੀ ਪਾਉਣਾ। ਮੈਂ ਕਿਹਾ ਬੋਝ ਬਾਪੂ ਤੇ ਪੈ ਗਿਆ, ਗੱਜ ਕੇ ਆਖੋ ਸਤਨਾਮ, ਲਹਿੰਗਾ ਪਾਉਣਾ ਹੀ ਪਾਉਣਾ ਹੈ। ਮੀਰ ਮਨੂ ਦੀ ਜੇਲ੍ਹ ਵਿੱਚ ਜਿੰਨੀਆਂ ਬੀਬੀਆਂ ਸੀ ਉਹਨਾਂ ਦੀ ਆਗੂ ਸੀ ਸਤਵੰਤ ਕੌਰ। ਆਹ ਟਾਈਮ ਆ ਦੁੱਧ ਚੰਗਾਰੀ ਬੱਚੇ ਨੂੰ ਤੇ ਨਾਲੇ ਰਹਿ ਰਾਸ ਦਾ ਪਾਠ ਕਰ ਰਹੀ। ਮਨੂ ਦੇ ਸਿਪਾਹੀ ਆ ਗਿਆ, ਖੋਲਿਆ ਬੱਚਾ, ਉਹ ਉੱਪਰ ਸਟਿਆ, ਨੇਜੇ ਚ ਪਰੋ ਕੇ ਟੁਕੜੇ ਟੁਕੜੇ ਕਰ ਦਿੱਤੇ, ਹਾਰ ਬਣਿਆ ਉਹਦੇ ਗਲ ਵਿੱਚ ਪਾ ਦਿੱਤਾ। ਆਓ ਨੀ ਮੇਰੀ ਗਿਓ ਭੈਣੋ, ਆਓ ਨੀ ਮੇਰੀ ਗਿਓ ਨਾਲ ਦਿਓ, ਅਰਦਾਸ ਕਰੀਏ। ਦੁੱਧ ਚੁੰਘਦਾ ਬੱਚਾ ਟੁਕੜੇ ਮਾਂ ਦੇ ਗਲ ਹਾਰ ਬਣ ਕੇ ਪੈ ਗਿਆ। ਪਰ ਸਤਵੰਤ ਕੌਰ ਕਹਿੰਦੀ, ਗੁਰੂ ਨਾਨਕ ਕਲਗੀਆਂ ਵਾਲਿਆ, ਧੰਨ ਗੁਰੂ ਗ੍ਰੰਥ ਸਾਹਿਬ, ਤੇਰੇ ਭਾਣੇ ਵਿੱਚ ਤਿੰਨ ਸੁੱਖਾਂ ਦਾ ਬਤੀਤ ਹੋਇਆ, ਰਾਤ ਆਈ ਆ ਸੁੱਖਾਂ ਦੀ ਬਤੀਤ ਕਰਾਵੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇਹ ਆ ਸਿੱਖੀ, ਬੜੇ ਬੜੇ ਸਵਾਲ ਕਰਦੀ ਹੈ ਦੁਨੀਆ। ਆ ਕੈਨੇਡਾ ਕਹਿੰਦੇ ਜੀ ਗੁਰੂ ਅਮਰਦਾਸ ਜੀ, ਮੇਜਰ ਸਿੰਘ ਝੂਠ ਬੋਲੀ ਜਾਂਦਾ। ਮੈਂ ਕਿਹਾ ਕੀ ਬੋਲਿਆ ਝੂਠ? ਕਹਿੰਦੇ 72 ਸਾਲਾਂ ਦਾ ਬੰਦਾ 22 ਕਿਲੋ ਦੀ ਗਾਗਰ ਸੀ ਭਾਜੀ, ਤੇ 80 ਕਿਲੋ ਪਾਣੀ ਪੈਂਦਾ, 1 ਕੁਇੰਟਲ 2 ਕਿਲੋ ਕਹਿੰਦੇ ਸਿਰ ਤੇ ਕਿੱਦਾਂ ਚੱਕ ਲੈਂਦਾ ਸੀ। ਮੈਂ ਕਿਹਾ ਜੇ ਚੁਕਾ ਦਿਆਂ ਤੇ ਵੇਲੜਾ ਨੇ ਕਦੇ ਗੁਰਦੁਆਰੇ ਮੱਥਾ ਨਹੀਂ ਸੀ ਟੇਕਿਆ। ਸੀਨੀਅਰ ਸੈਂਟਰ ਵੱਡੇ ਵੱਡੇ ਬਣੇ ਹੋਏ ਆ, ਕਹਿੰਦੇ ਚੁਕਾ। ਮੈਂ ਕਿਹਾ ਇੱਥੇ ਨਹੀਂ। ਕਹਿੰਦੇ ਕਿੱਥੇ? ਮੈਂ ਕਿਹਾ ਗੁਰੂ ਦੀ ਹਜ਼ੂਰੀ 'ਚ। 100 ਬੰਦੇ ਨੂੰ ਆਉਣਾ ਪਿਆ ਜਿਹੜੇ ਕਦੇ ਵੀ ਨਹੀਂ ਸੀ ਆਏ, ਪ੍ਰਬੰਧਕ ਕਹਿੰਦੇ ਜਿੱਤ ਹੋ ਗਏ। ਫਿਰ ਚੁਕਾਇਆ ਤੇ ਸ਼ਰਤ ਇਹ ਸੀ ਕਿ ਜੇ ਤੁਹਾਡੇ ਤਰੀਕੇ ਨਾਲ ਮੈਂ ਚੁਕਾ ਦਿਆਂ ਤੇ ਮੇਰੀ ਗੱਲ ਮੰਨਣੀ ਪਵੇਗੀ, ਤੇ ਜੇ ਮੈਂ ਨਾ ਚੁਕਾ ਸਕਿਆ ਤੁਹਾਡੇ ਤਰੀਕੇ ਨਾਲ ਤਾਂ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦਿਓ। ਗੁਰੂ ਵਾਲਾ ਬੰਦਾ ਕਦੇ ਡੋਲਦਾ ਨਹੀਂ ਭਾਜੀ ਬਿੱਕਾ ਜੀ, ਚੁਕਾਇਆ ਫਿਰ। ਇਹ ਲੰਬੀ ਗੱਲ ਆ, ਫੇਰ ਸੱਦਿਓ ਹੁਣ, ਅੱਜ ਨਾ ਕਹਿ ਦਿਓ ਵੀ ਅੱਜ ਹੀ ਚੁਕਾ ਜਾ, ਇਸੇ 'ਚ ਹੀ ਸਾਰ ਲਈਏ। ਵਾਹਿਗੁਰੂ ਤੁਹਾਡੀ ਕਣਕ ਪਕਾਵੇ, ਮੈਨੂੰ ਫੇਰ ਸੱਦਿਓ, ਮੈਨੂੰ ਵੀ ਮਜ਼ਾ ਆਊ ਤੇ ਤੁਹਾਨੂੰ ਵੀ ਆਊਗਾ। ਗੱਜ ਕੇ ਆਖੋ ਸਤਨਾਮ। ਜਲੇਬੀਆਂ ਵਾਲੇ ਵੀ ਉਧਰੋਂ ਝਬਾਲ ਵੱਲੋਂ ਆਸਟ੍ਰੇਲੀਆ ਤੋਂ ਆ ਜਾਣੇ ਆ, ਸਾਊਂਡ ਵਾਲੇ ਕਹਿੰਦੇ ਅਸੀਂ ਵੀ ਆ ਜਾ ਕਰਾਂਗੇ। ਤੇ ਰਹਿ ਗਈ ਗੱਲ ਢਾਡੀਆਂ ਦੀ, ਉਹ ਭਾਜੀ ਅਜੈਬ ਸੋਹਣੀ ਹੈਗੇ ਆ, ਰੱਬ ਇਹਨਾਂ ਨੂੰ ਵੀ ਪੁੱਤਰ ਦੀ ਦਾਤ ਦੇਵੇ। ਜੇ ਨਾ ਹੁੰਦੇ ਜੱਗ ਵਿੱਚ ਬੱਚੇ, ਧਿਆਨ ਦਿਓ, ਬੱਚੇ ਪੁੱਤਰ ਤੇ ਧੀਆਂ ਦੋਨੋਂ ਚਾਹੀਦੇ ਆ। ਆ ਐਡਾ ਸੰਸਾਰ ਨਾ ਹੁੰਦਾ, ਓਏ ਜੇ ਨਾ ਹੁੰਦੇ ਜੱਗ ਵਿੱਚ ਬੱਚੇ, ਕੋਈ ਕਿਸੇ ਦਾ ਰਿਸ਼ਤੇਦਾਰ ਨਾ ਹੁੰਦਾ। ਇਹਨਾਂ ਧੀਆਂ ਪੁੱਤਰਾਂ ਦਾ ਸਦਕਾ ਹੀ ਆਪਾਂ ਜੁੜ ਮਿਲ ਬਹਿੰਦੇ ਹਾਂ। ਜੇ ਤੁਹਾਨੂੰ ਪੁੱਤਰ ਦਿੱਤਾ ਤੇ ਅੱਜ ਬਿੱਕਾ ਸਾਊਂਡ ਬਣੀ ਹੈ, ਬੁੱਢੇ ਨੇ ਵਿਚਾਰੇ ਨੇ ਕਿੱਥੋਂ ਚੱਕ ਲਿਆਉਣੀ ਸੀ ਇਹ ਪੁੱਤ। ਇਹਨਾਂ ਧੀਆਂ ਪੁੱਤਰਾਂ ਦਾ ਸਦਕਾ ਹੀ ਆਪਾਂ ਜੁੜ ਮਿਲ ਬਹਿੰਦੇ ਹਾਂ, ਕੁਝ ਆਏ ਸੱਜਣਾ ਦੀਆਂ ਸੁਣਦੇ ਹਾਂ, ਕੁਝ ਆਪਣੀਆਂ ਵੀ ਕਹਿੰਦੇ ਹਾਂ। ਆਖੋ ਸਤਨਾਮ। ਭਿੰਡੀ ਔਲਖ ਪਿੰਡ ਆ ਜੀ ਤੁਹਾਡਾ ਮਾਝੇ ਦਾ, 52 ਕੁਇੰਟਲ ਦੁੱਧ ਪਿਆ ਦਿੰਦੇ ਮੇਲੇ ਵਾਲੇ ਦਿਨ, ਉਹ ਕਰਦੇ ਪਤਾ ਕਿੱਦਾਂ? ਤੁਸੀਂ ਕਹੋਗੇ ਇੰਨਾ ਕਿੱਥੋਂ ਲਿਆਉਂਦੇ ਆ, 10 ਦਿਨ ਪਹਿਲਾਂ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਆ, ਖੱਦਰ ਦੇ ਪੂਣੇ ਨਾਲ ਪੁਣ ਕੇ ਨਾ ਦੁੱਧ, ਤੇ ਕੋਲਡ ਸਟੋਰ ਜਾ ਕੇ ਉੱਥੇ ਉਹ ਜਿਹੜੇ ਵੱਡੇ ਵੱਡੇ ਬਰਫ਼ ਵਾਲੇ ਆ ਉਹਨਾਂ ਵਿੱਚ ਪਾ ਆਉਂਦੇ ਆ, ਉਹ ਦੁੱਧ ਜੰਮ ਜਾਂਦਾ।
ਜਿੱਦਣ ਮੇਲਾ ਆਉਂਦਾ ਤੇ ਵੱਡਾ ਟੈਂਕਰ ਲਿਆਉਂਦੇ ਉਹ ਗੋਲੇ ਬਰਫ ਦੇ, ਉਦਾਂ ਹੀ ਦੁੱਧ ਜੰਮਿਆ ਵਿੱਚ ਸਿੱਟ ਦਿੰਦੇ ਆ, ਵਿੱਚ ਪਾ ਦਿੰਦੇ ਕੇਲੇ, ਵਿੱਚ ਪਾ ਦਿੰਦੇ ਅੰਬ, ਟੂਟੀਆਂ ਲੱਗੀਆਂ ਭਰ ਭਰ ਛਕੀ ਜਾਓ। ਇਹ ਕੰਮ ਕਰਨ ਵਾਲੇ ਉਹਨਾਂ ਦਾ ਆਗੂ ਹੈ ਇੱਕ ਡਾਕਟਰ ਰਾਜੂ। 16 ਸਾਲ ਦੀ ਧੀ ਹੋ ਗਈ, ਅਸੀਂ ਕੀਰਤਨ ਕਰਨ ਜਾਣਾ ਤੇ ਮੈਨੂੰ ਕਹਿਣਾ ਤਾਇਆ ਜੀ ਜਲ ਛਕ ਲਓ, ਤਾਇਆ ਜੀ ਚਾਹ ਪੀ ਲਓ। ਕਿੰਨੀ ਪਿਆਰੀ ਬੱਚੀ ਆ, ਢਾਡੀਆਂ ਦੇ ਹਿਰਦੇ ਚੋਂ ਹੂਕ ਨਿਕਲੀ, ਸੱਚਿਆ ਪਾਤਸ਼ਾਹ ਤੇਰੇ ਘਰ ਵਿੱਚ ਸਭ ਕੁਝ ਆ, ਇਹਨੂੰ ਵੀ ਇੱਕ ਰੱਖੜੀ ਬੰਨਣ ਵਾਲਾ ਦੇ ਦੇ। ਜਾ ਕੇ ਦੇਖ ਲਓ, 2 ਸਾਲ ਦਾ ਹੋ ਗਿਆ ਈ ਉਹ, ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਦਿੰਦਾ ਏ, ਗੁਰੂ ਗ੍ਰੰਥ ਸਾਹਿਬ ਦਿੰਦੇ ਆ, ਸਾਨੂੰ ਮੰਗਣਾ ਨਹੀਂ ਆਉਂਦਾ। ਮੇਰੇ ਵੀਰ ਨੂੰ ਵਾਹਿਗੁਰੂ ਪੁੱਤਰ ਦੀ ਦਾਤ ਦੇਵੇ, ਨਾਲ ਹੀ ਸ਼ਰਦਾ ਦੇ ਰਹੇ ਇਨਸਾਨ ਲੱਗਾ, ਸ਼ਰਦਾ ਨਾਲ ਤੇ ਕਿਹੜਾ ਕੰਮ ਜੋ ਉਸ ਦਾ ਨਾ ਹੋਵੇ, ਪਾਣੀ ਪਾਈਏ ਜਿਸ ਬੂਟੇ ਨੂੰ ਨੇਕ ਦਿਲ ਨਾ, ਠੰਡੀ ਕਿਉਂ ਨਾ ਉਸ ਦੀ ਸ਼ਾਨ ਹੋਵੇ, ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭਜਾ, ਤੇ ਮਗਰ ਬਛੜੂ ਜਿਸ ਤਰ੍ਹਾਂ ਗਾ ਹੋਵੇ, ਤੇ ਮਗਰ ਬਛੜੂ ਜਿਸ ਤਰ੍ਹਾਂ ਗਾ ਹੋਵੇ। ਪੈਜ ਰੱਖਦਾ ਸਦਾ ਪਿਆਰਿਆ ਦੀ, ਤੇ ਚਰਨਾਂ ਵਿੱਚ ਪੁਈਆਂ ਅਰਦਾਸ ਕਰਦੇ। ਭਾਗ ਲੱਗ ਗਏ ਇੱਥੋਂ ਉਸ ਲੱਖਣੀ ਨੂੰ, ਸੱਤ ਮਿਲ ਗਏ। ਉਹ ਮੰਗਣ ਦੀ ਜੁਗਤੀ ਹੋਣੀ ਚਾਹੀਦੀ, ਝੋਲੀ ਅੱਡ ਲਓ, ਅਰਦਾਸ ਕਰੋ ਮਹਾਰਾਜ ਮੇਰੇ ਵੀਰ ਨੂੰ। ਮੈਂ ਤਾਂ ਕਹਿ ਰਿਹਾ ਸੀ ਵੀ ਜਲੇਬੀਆਂ ਵਾਲੇ ਵੀ ਆ ਜਾਣੀ, ਸਾਊਂਡ ਵੀ ਆ ਜਾਣੀ, ਰਹਿ ਗਈ ਗੱਲ ਢਾਡੀਆਂ ਦੀ, ਉਹ ਭਾਈ ਸਾਹਿਬ ਹੋਣਾ ਸੱਦ ਲੈਣੇ ਆ, ਤੁਸੀਂ ਸੁਣਨ ਵਾਲੇ ਬਣੇ ਹੋ, ਗੱਜ ਕੇ ਆਖੋ ਸਤਨਾਮ। ਪਰ ਵਾਹਿਗੁਰੂ ਦਾਤਾ ਮਿਹਰ ਕਰੀ, ਦੇਵੀ ਪੁੱਤਰ ਦੀ ਦਾਤ, ਤੇਰੇ ਚਰਨਾਂ ਦੇ ਵਿੱਚ ਕੋਈ ਘਾਟਾ ਨਹੀਂ, ਵਾਹਿਗੁਰੂ ਕਿਰਪਾ ਕਰੀ। ਸੰਗਤ ਦੀ ਅਰਦਾਸ, ਦੇਣ ਵਾਲਾ ਏ ਤੂੰ ਦਾਤਾ, ਸਭ ਨੂੰ ਦੇਣਾ ਏ। ਆਓ ਚੱਲੀਏ ਉੱਥੇ। ਮਹਾਰਾਜ ਦੀ ਵੱਖੀ ਚੋਂ ਖੰਜਰ ਕੱਢਿਆ ਗਿਆ, 6 ਵੱਜ ਗਏ, ਬਹੁਤਾ ਟਾਈਮ ਨਹੀਂ ਮੈਂ ਲੈਂਦਾ ਤੁਹਾਡਾ, ਗੁਰੂ ਦੀਆਂ ਗੱਲਾਂ ਪਤਾ ਹੀ ਨਹੀਂ ਲੱਗਦਾ ਸਮਾਂ ਕਦੋਂ ਭੱਜ ਜਾਂਦਾ, ਸਮਾਂ ਨਹੀਂ ਖੜਦਾ। ਰਹੀ ਵਾਸਤੇ ਘੱਤ ਸਮੇਂ ਨੇ, ਇੱਕ ਨਾ ਮੰਨੀ ਫੜ ਫੜ ਰਹੀ ਤਰੀਕ, ਸਮੇਂ ਖਸਕਾਈ ਕੰਨੀ, ਇਹ ਠਹਿਰ ਨਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ, ਲੰਘਿਆ ਸਮਾਂ ਮੁੜ ਕੇ ਨਹੀਂ ਆਉਂਦਾ, ਲਾਹਾ ਲੈ ਲਓ। ਡਾਕਟਰ ਕੌਲ ਆਇਆ ਜੀ, ਉਹਨੇ ਆਪਰੇਸ਼ਨ ਕਰਕੇ, ਅੰਗਰੇਜ਼ਾਂ ਦਾ ਡਾਕਟਰ, ਅੰਗਰੇਜ਼ ਉਦੋਂ ਆ ਚੁੱਕੇ ਸੀ, ਬਹਾਦਰ ਸ਼ਾਹ ਦਾ ਡਾਕਟਰ ਸੀ, ਉਹਨੇ ਘੱਲਿਆ ਆਪਰੇਸ਼ਨ ਕਰਕੇ, ਟਾਂਕੇ ਲਾਏ ਤੇ 5 ਬੁੱਕ ਸੋਨੇ ਦੀਆਂ ਮੋਹਰਾਂ ਦੇ ਦਿੱਤੇ। ਉਹ ਲਿਖ ਗਿਆ ਕਿ ਇਹੋ ਜਿਹਾ ਦਾਨੀ ਗੁਰੂ ਮੈਂ ਦੁਨੀਆਂ 'ਤੇ ਨਹੀਂ ਦੇਖਣਾ, ਰੋਜ਼ ਪੱਟੀ ਕਰਨ ਆਉਂਦਾ, 11 ਮੋਹਰਾਂ ਦਿੰਦੇ।
ਸਿੰਘਾਂ ਨੇ ਕੀਤੀ ਸੇਵਾ, ਉਹਨੇ ਕੀਤੀ ਮਲਮ ਪੱਟੀ, ਜ਼ਖਮ ਹੋ ਗਿਆ ਰਾਜੀ। ਆ ਗਈ ਦੀਵਾਲੀ ਤੇ ਸਤਿਗੁਰੂ ਕਹਿੰਦੇ ਮੈਨੂੰ ਨਵਾਓ ਇਸ਼ਨਾਨ। ਸਿੰਘਾਂ ਨੇ ਫਿਰ ਦਹੀਂ ਦੁੱਧ ਪਾ ਕੇ ਰਿਉ ਕਿਹੜੇ ਇਸ਼ਨਾਨ ਤੇ ਕੱਪੜੇ ਪਹਿਨਾਏ। ਵਾਹ, ਟੰਕੇ ਖੁੱਲ ਗਏ, ਜ਼ਖਮ ਠੀਕ। ਦੁਨੀਆ ਦੇ ਸਤਿਗੁਰ ਵਾਲੀ ਸੀ, ਜਿਸ ਕਰੀ ਕੌਮ ਰਖਵਾਲੀ ਸੀ, ਜਿਹਨੇ ਭਾਰਤ ਦੇਸ਼ ਬਚਾਇਆ ਸੀ, ਸਰਬੰਸ ਆਪਣਾ ਦੇਸ਼ ਤੋਂ ਲੁਟਾਇਆ ਸੀ, ਉਹ ਅੱਜ ਆਣ ਕੇ ਤਖ਼ਤ ਤੇ ਬਹਿ ਗਿਆ। ਸਿੰਘ ਇੱਥੇ ਪਲੰਘ ਲਿਆਓ, ਵੱਡਾ ਪਲੰਘ ਆ ਗਿਆ। ਦਇਆ ਸਿੰਘ ਜੀ, ਮੇਰੇ ਜਿੰਨੇ ਵੀ ਸ਼ਸਤਰ ਆ ਨਾ, ਪਲੰਘ ਦੇ ਉੱਤੇ ਚਾਦਰ ਵਿਛਾਓ ਤੇ ਉੱਤੇ ਪ੍ਰਕਾਸ਼ ਕਰ ਦਿਓ। ਵਧਾਈ ਹੋਵੇ, ਵਧਾਈ ਹੋਵੇ, ਵਾਹ ਗੁਰੂ ਜੀ ਆ ਗਏ। ਚਾਹ ਚੜ ਗਏ ਸੰਗਤਾਂ ਨੂੰ। 3 ਮੀਲ ਤੇ ਬਹਾਦਰ ਸ਼ਾਹ ਦਾ ਡੇਰਾ ਸੀ ਜਾਲਮ ਦਾ। ਜਾਓ ਮਠਿਆਈਆਂ, ਸੁੱਚੇ ਮੋਤੀ, ਹੀਰੇ ਚਾਂਦੀ ਭਰ ਲਓ ਥਾਲ, ਮੇਰੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਨੂੰ ਦੀਵਾਲੀ ਮੁਬਾਰਕ ਕਹਿ ਕੇ ਆਓ। ਬਾਦਸ਼ਾਹ ਦਾ ਹੁਕਮ ਮੰਨ ਕੇ ਆਉਣਾ ਪਿਆ ਕਾਜੀਆਂ ਹਾਜੀਆਂ ਨੂੰ। ਜਦੋਂ ਮੱਥਾ ਟੇਕਿਆ ਨਾ, ਨਿਗਾਹ ਸ਼ਸਤਰਾਂ ਤੇ ਗਈ ਤੇ ਇੱਕ ਵੱਡਾ ਭਾਰੀ ਤੀਰ ਚਲਾਉਣ ਵਾਲਾ, ਕਮਾਨ ਕਹਿ ਲਓ, ਧਨੁੱਖ ਕਹਿ ਲਓ, ਇੱਕ ਦੁਸ਼ਟ ਕਾਜੀ ਕਹਿੰਦਾ ਕਲਗੀਆਂ ਵਾਲੇ ਪਾਤਸ਼ਾਹ, ਆ ਵੇਖਣ ਲਈ ਰੱਖਿਆ ਕਿ ਚਲਾਉਣ ਲਈ? ਇਹ ਤਾਂ ਚੱਕਣਾ ਔਖਾ, ਤੇ ਚਿੱਲਾ ਕੌਣ ਚਾੜੇਗਾ? ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਏਦਾਂ ਵੰਗਾਰੇ, ਬੱਬਰ ਸ਼ੇਰ ਦੇ ਸਾਹਮਣੇ ਆਣ ਕੇ ਕੋਈ ਨੀਚ ਗਿੱਦੜ ਕਵੇ, ਮਹਾਰਾਜ ਦੇ ਲੂੰ ਕੰਡੇ ਹੋ ਗਏ। ਕਹਿੰਦੇ ਕੀ ਬਖਦਾ ਓਏ, ਸ਼ਸਤਰਾਂ ਦੇ ਧਨੀ ਆਪਣੇ ਮਾਮੇ ਕਿਰਪਾਲ ਚੰਦ ਦੇ ਸ਼ਸਤਰਾਂ ਦੇ ਸ਼ਗਿਰਦ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਵਿੱਚ ਅੱਗ ਦੇ ਅੰਗਿਆਰੇ ਆ ਗਏ। ਲਿਆਓ ਭਾਈ ਦਇਆ ਸਿੰਘ ਜੀ, ਮਹਾਰਾਜ ਨੂੰ ਕੌਣ ਰੋਕੇ? ਫੜਿਆ ਸਤਿਗੁਰਾਂ ਨੇ ਉਹ ਵੱਡਾ ਵਾਹਿਗੁਰੂ, ਕੱਢਿਆ ਪੱਥੇ ਚੋਂ ਤੀਰ, ਚਾੜ ਕੇ ਕਮਾਨ ਦੀ ਤੰਦੀ ਉੱਤੇ ਲਾ ਕੇ ਪੂਰਾ ਜ਼ੋਰ, ਨੌਂ ਟੰਕੀ ਤੀਰ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਇਆ। ਅੱਖਾਂ ਟੱਡੀਆਂ ਰਹਿ ਗਈਆਂ ਵਜ਼ੀਰਾਂ ਦੀਆਂ, ਓਏ ਇੱਦਾਂ ਦੇ ਗੁਰੂ ਗੋਬਿੰਦ ਸਿੰਘ? ਪਰ ਜਦੋਂ ਇੱਕ 25 ਕਿਲੋ ਦਾ ਟੰਕ ਹੁੰਦਾ ਏ, 2 ਕੁਇੰਟਲ 25 ਕਿਲੋ ਵਜਨ ਨੂੰ ਆਪਣੀਆਂ ਉਂਗਲਾਂ ਦੇ ਨਾਲ ਅੰਗੂਠੇ ਨਾਲ ਖਿੱਚਣਾ, ਜਦੋਂ ਖਿੱਚ ਪਈ ਨਾ ਇੱਥੇ, ਜ਼ਖਮ ਅੱਲਾ ਸੀ, ਕੜ ਕੜ ਕਰਕੇ ਟਾਂਕੇ ਟੁੱਟ ਗਏ, ਜ਼ਖਮ ਖੁੱਲ ਗਿਆ। ਇੱਕ ਵਾਰੀ ਫਿਰ ਆਖੋ ਸਤਨਾਮ, ਹੋਏ ਹੋਏ ਇਹ ਕੀ ਹੋ ਗਿਆ? ਸਭ ਰੋਈ ਜਾਂਦੇ ਨੇ, ਇੱਕ ਗੁਰੂ ਗੋਬਿੰਦ ਸਿੰਘ ਸੀ, ਆਪਣੇ ਡੁੱਲਦੇ ਲਹੂ ਨਾਲ ਤੁਹਾਡੇ ਗੁਲਾਮੀ ਦੇ ਦਾਗ ਜਿਹੜੇ ਧੋਈ ਜਾਂਦੇ ਨੇ। ਕੋਈ ਦਾਗ ਰਹਿੰਦਾ ਹੋਊਗਾ? ਕਹਿੰਦੇ ਡਾਕਟਰ ਬੁਲਾਓ ਵੈਦ। ਸਤਿਗੁਰੂ ਕਹਿੰਦਾ ਠਹਿਰ ਜਾਓ, ਕਿਸੇ ਵੈਦ ਦੀ ਲੋੜ ਨਹੀਂ, ਹੁਕਮ ਆ ਗਿਆ ਸੱਚ ਖੰਡ ਜਾਣਾ। ਓਏ ਹੋਏ 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 ਹੋਏ, ਤਾਹਾਂ ਨਿਕਲ ਗਈਆਂ ਤਾਹਾਂ। ਗੁਰੂ ਦਾ ਬਚਨ ਅਟਲਾਦਾ, ਮਹਾਰਾਜ ਚੱਲੇ ਸਰੀਰਕ ਤੌਰ ਤੇ ਸਾਡੇ ਤੋਂ ਵਿਛੜ ਕੇ। ਓਏ ਆਓ ਸਿੱਖੋ, ਰਲ ਕੇ ਗੁਰੂ ਨੂੰ ਪੁੱਛ ਲਈਏ। ਗੁਰੂ ਨਾਨਕ ਰਾਵੀ ਦੇ ਕੰਢੇ ਸੱਚ ਖੰਡ ਗਏ, ਪਰ ਉਂਗਲ ਸਾਡੀ, ਬਾਂਹ ਸਾਡੀ, ਭਾਈ ਲੈਣਾ ਅੰਗਦ ਬਣਾ ਕੇ ਫੜਾ ਗਏ। ਖਡੂਰ ਵਿੱਚ ਜੋਤਾਂ ਜਗੀਆਂ, ਗੋਇੰਦਵਾਲ ਚਾਨਣ ਹੋਇਆ, ਅਮਰਦਾਸ ਤੋਂ ਰਾਮਦਾਸ, ਗੁਰ ਅਰਜਨ ਹਰ ਗੋਬਿੰਦ, ਹਰ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ।
ਅੱਜ ਕਲਗੀਆਂ ਵਾਲਿਆ ਸਾਨੂੰ ਕਿਹਦੇ ਲੜ ਲਾ ਕੇ ਚੱਲਿਆ, ਹੱਥ ਰੱਖ ਲਿਆ ਜਖਮ ਉੱਤੇ ਬੱਬਰ ਸ਼ੇਰ ਗੁਰੂ ਨੇ। ਧਿਆਨ ਨਾਲ ਸੁਣਿਓ, ਕਹਿੰਦੇ ਗ੍ਰੰਥ ਸਾਹਿਬ ਦੀ ਅਸਵਾਰੀ ਲਿਆਓ, 25 ਸਿੱਖ ਉੱਠੇ, ਵੱਡਾ ਪਲੰਗ, ਤਖਤ, ਰਮਾਲੇ, ਫੁੱਲਾਂ ਦੀ ਵਰਖਾ। ਕਲਗੀਆਂ ਵਾਲੇ ਨੇ 5 ਪੈਸੇ ਨਾਰੀਅਲ ਫੜੇ, ਗ੍ਰੰਥ ਸਾਹਿਬ ਦਾ ਪ੍ਰਕਾਸ਼ ਟੇਕਿਆ ਮੱਥਾ। 4 ਪ੍ਰਕਰਮਾ ਡੁੱਲ ਦੇ ਲਹੂ ਨਾਲ ਮਹਾਰਾਜ ਨੇ ਕੀਤੀਆਂ, 5 ਪੈਸੇ ਨਾਰੀਅਲ। ਓਏ ਓਏ ਗੁਰੂ ਦਿਓ ਸਿੱਖ, ਅੱਜ ਨਾਰੀਅਲ ਦੇ ਦੁਆਲੇ ਹੋ ਗਏ, ਵੱਡੇ ਪੜਾਕੂ ਹੋ ਗਏ ਨਾ। ਨਾਰੀਅਲ ਪੀ ਲਓ ਲੀਵਰ ਠੀਕ ਹੁੰਦਾ, ਵੱਡੇ ਪੜਾਕੂ ਨਾਰੀਅਲ ਦੇ ਪੇਸ਼ ਹੋ ਗਏ। ਕਹਿੰਦੇ ਨਾਰੀਅਲ ਕਿਉਂ ਰੱਖਿਆ? ਇੱਕ ਬਾਪੂ ਉੱਠਿਆ ਉੱਥੇ, ਇੱਕ ਨਾ ਬਾਹਲੀ ਰੌਲੀ ਪਾਵੇ ਹੁਣਾ ਉਦਾਂ ਦਾ। ਉਹ ਕਹਿੰਦਾ ਉਹ ਛੋਕਰਿਆ, ਕੈਨੇਡਾ ਦੀ ਗੱਲ ਹੈ ਜੀ, ਕਹਿੰਦਾ ਇੱਥੇ ਪਰਸੋਂ ਦਾ ਇੱਥੇ ਗੁਰੂ ਦੀ ਹਜ਼ੂਰੀ 'ਚ ਪਿਆ, ਪਰਸੋਂ ਦਾ ਤੇ ਕਿਸੇ ਦੇ ਲੜਿਆ ਨਹੀਂ, ਤੇਰੇ ਕਿਉਂ ਲੜ ਗਿਆ? ਆਖੋ ਸਤਨਾਮ, ਇਹਦਾ ਪਾਣੀ ਪੀ ਲਓ ਲੀਵਰ ਠੀਕ ਹੁੰਦਾ, ਠੂਠੀ ਖਾ ਲਓ ਵਿਟਾਮਿਨ ਮਿਲਦੇ ਆ, ਤਾਕਤ। ਅਸੀਂ ਰੋਜ਼ ਹੀ ਇੱਕ ਇੱਕ ਨਾਰੀਅਲ ਪੀਂਦੇ ਹਾਂ, ਸ਼ਾਮਾਂ ਵਾਲਾ ਨਹੀਂ ਪੀਂਦੇ, ਹਰਾ ਜ਼ਰੂਰ ਪੀ ਲੈਂਦੇ ਹਾਂ, ਮਾਫੀ ਚਾਹਾਂਗਾ। ਵਾਰ ਲਵਾਈ ਗੋਇੰਦਵਾਲ ਸਾਹਿਬ, ਇੱਧਰ ਦਾ ਇੱਕ ਬੰਦਾ ਸੀ ਢਾਡੀ ਪ੍ਰਚਾਰਕ, ਕਹਿੰਦਾ ਵੀ ਇੰਨੀ ਖਾ ਕੇ ਆਇਆ ਹੋਣਾ, ਉਹ 5-7 ਕੋਲ ਬੈਠੇ ਸੀ, ਉਹਨਾਂ ਫੜ ਕੇ ਢਾ ਲਿਆ। ਮੈਂ ਕਿਹਾ ਇਹਨੂੰ ਕਾਹਤੋਂ ਢਾਇਆ? ਕਹਿੰਦੇ ਤੈਨੂੰ ਫੀਮ ਖਵਾਈ ਜਾਂਦਾ। ਮੈਂ ਕਿਹਾ ਵੀ ਇਹ ਆਪ ਜ਼ਰੂਰ ਖਾਂਦਾ ਹੋਊਗਾ, ਗੱਜ ਕੇ ਆਖੋ ਸਤਨਾਮ। ਮੈਂ ਕਿਹਾ ਉਹ ਢਾਡੀ ਸਿੰਘ ਆ, ਮੈਂ ਕਿਹਾ ਛੱਡ ਦਿਓ ਵਿਚਾਰੇ ਨੂੰ। ਉਹ ਕਹਿੰਦੇ ਛੱਡਣਾ ਨਹੀਂ, ਇਹ ਤੈਨੂੰ ਏਦਾਂ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਹੱਥ ਜੋੜੇ, ਕਹਿੰਦਾ ਖਾਲਸਾ ਜੀ ਫੇਰ। ਮੈਂ ਕਿਹਾ ਗੁਰੂ ਨਾਨਕ ਨੂੰ ਜਾਣਦਾ, ਗੁਰੂ ਨਾਨਕ ਕੀ ਕਹਿੰਦੇ ਆ? ਪੋਸਤ ਭੰਗ ਅਫੀਮ ਸੁਰਾ ਪਾਨ, ਉੱਤਰ ਜਾਏ ਪ੍ਰਭਾਤ। ਇਹ ਰਾਤ ਨੂੰ ਖਾਧੀ ਤੇ ਪਾਪਣ ਸਵੇਰੇ ਨਸ਼ਾ ਲੈ ਜਾਂਦਾ ਹੈ। ਮੈਂ ਕਿਹਾ ਮੇਰੇ ਕੋਲ ਪਤਾ ਕਿਹੜਾ ਨਸ਼ਾ ਹੈ? ਕਹਿੰਦੇ ਕਿਹੜਾ? ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ, ਸਾਡੇ ਕੋਲ ਨਾਮ ਦਾ ਨਸ਼ਾ ਹੈ। ਤੇ ਤੇਲ ਕੱਢ ਕੇ ਸਿਰ ਨੂੰ ਲਾ ਲਓ ਗਿਰੀ ਦਾ, ਲੱਡੂ ਬਣਾ ਕੇ ਖਾ ਲਓ, ਖੰਘ ਦੂਰ ਹੋ ਜੂ ਭੈਣੋ। ਤੇ ਸਾਡੇ ਪੜਾਕੂ ਕਹੀ ਜਾਂਦੇ ਜੀ ਬਾਹਮਣ ਫਲ, ਇਹ ਗੁਰੂ ਦੀ ਹਜ਼ੂਰੀ 'ਚ ਨਹੀਂ ਰੱਖਣਾ। ਲੈ ਬੰਦਾ ਇਹਨਾਂ ਨੂੰ ਪੁੱਛੇ ਵੀ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਪਰਾਂ ਨੂੰ ਤੋਰਦੇ ਹੋ, ਕੱਲ੍ਹ ਨੂੰ ਕਹਿਣਗੇ ਕੜਾਹ ਪ੍ਰਸ਼ਾਦ ਵੀ ਨਹੀਂ ਰੱਖਣਾ। ਆ ਕਈ ਆਉਂਦੇ ਇੱਦਾਂ ਦੇ ਇੱਥੇ ਤੁਹਾਡੇ ਕੋਲ, ਉਹ ਦੇਗ ਹੀ ਨਹੀਂ ਲੈਂਦੇ, ਗਾਉਂਦੇ ਆ ਪਰ ਦੇਗ ਨਹੀਂ ਲੈਂਦੇ, ਪਤਾ ਨਾ ਤੁਹਾਨੂੰ? ਓਏ ਦੱਸੋ, ਜਿਹੜੀ ਦੇਗ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾਇਆ ਤਾਂ ਸਾਡੇ ਬੁਲਾਰਿਆਂ ਦੀ ਮੱਤ ਕੀ ਹੋ ਗਈ ਆ? ਮੈਂ ਕਿਸੇ ਤੇ ਕਿੰਤੂ ਨਹੀਂ ਕਰਦਾ, ਪਰ ਜਦੋਂ ਕਹਿ ਦਿੱਤਾ ਗੁਰੂ ਕੇ ਵਜ਼ੀਰ ਨੇ, ਧੰਨ ਗੁਰੂ ਸੱਚੇ ਪਾਤਸ਼ਾਹ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਪ੍ਰਵਾਨ ਕਰੋ, ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇਵੋ। ਉਹ ਬੁਲਾਰੇ ਸੰਗਤ ਤੋਂ ਬਾਹਰ ਹੁੰਦੇ ਆ। ਬਖਸ਼ ਲਵੇ ਮੇਰਾ ਗੁਰੂ, ਉੱਚੇ ਉੱਠੋ, ਲਹੂ ਦੀਆਂ ਪ੍ਰਕਰਮਾ ਕੀਤੀਆਂ ਕਲਗੀਆਂ ਵਾਲੇ ਗੁਰੂ ਨੇ, ਲਹੂ ਦੀਆਂ। 5 ਪੈਸੇ ਨਾਰੀਅਲ ਮੱਥਾ ਟੇਕਿਆ, ਹੱਥ ਜ਼ਖਮ ਉੱਤੇ, ਸਤਿਗੁਰੂ ਜੀ ਕੀ ਹੁਕਮ ਆ? ਲਓ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਕੇ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜਾਂਦੀ ਵਾਰ ਦਾ ਹੁਕਮ ਕੀਤਾ ਏ। ਆਖਰੀ ਛਾਂਦੇ 5 ਮਿੰਟਾਂ ਵਿੱਚ ਕਹਿ ਕੇ ਸਮਾਪਤੀ ਏ। ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ, ਸਿੱਖਾਂ ਸਾਰਿਆਂ ਦਾ ਇਉਂ ਬੇਨਤੀ ਕੀਤੀ।
ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ। ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਸਿੱਖਾਂ ਨੂੰ ਹੁਕਮ ਹੈ ਸਾਰੇ ਪੜ੍ਹੋ, ਸਾਰੇ ਹੀ ਮੰਨੋ, ਉਹ ਵਡੱਪਣ ਹੋਵੇਗਾ। ਪਰ ਸਿੱਖ ਨੂੰ ਹੁਕਮ ਕਿਉਂ ਹੈ? ਸਿੱਖ ਮੜੀ ਮਸਾਣ ਜਠੇਰੇ ਕਿਤੇ ਵੀ ਨਾ ਜਾਵੇ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਬਣੇ, ਬਾਣੀ ਪੜ੍ਹੇ, ਬਾਣੀ ਗਾਵੇ, ਬਾਣੀ ਸੁਣੇ ਤੇ ਬਾਣੀ ਮੰਨੇ। ਲੈ ਜਾਈਏ ਬਿੱਕੇ ਭਾਜੀ ਨੂੰ ਨਾਲ ਹੀ। ਸਿੰਘ ਕਹਿੰਦੇ ਆ ਵੀ ਅੱਕ ਜਾਂਦੇ ਕਈ ਵਾਰੀ, ਮਾੜੀਆਂ ਸੌਂਡਾਂ, ਗਲਿਆਂ ਦਾ ਬੁਰਾ ਹਾਲ। ਕਰਮਾਂ ਵਾਲੇ ਜੇ ਭਾਜੀ ਤੁਸੀਂ, ਸਤਿਗੁਰੂ ਗਾਂ ਤੁਹਾਡੇ 'ਤੇ ਵੀ ਇੱਦਾਂ ਹੀ ਮਿਹਰਾਂ ਕਰੇ ਮੇਰੇ ਵੀਰ, ਅਤੇ ਸਾਡੀਆਂ ਸਾਂਝਾਂ ਵੀ ਹੈ ਜੀ। ਭੂਆ ਜੀ ਨੂੰ ਇਕੱਲੇ ਵੀ ਮਿਲੇ ਆਉਂਦੇ ਹੋ? ਮੁੰਡਾ ਗਿਆ ਭੂਆ ਦੇ ਪਿੰਡ ਯਾਰ ਦੀ ਬਰਾਤੇ, ਭੈਣੋ ਗੁਲਾਬ ਜਾਮਨਾਂ ਨਾਲ ਰੱਜ ਗਿਆ। ਉਹਨੂੰ ਕਹਿੰਦਾ ਤੁਸੀਂ ਆਨੰਦ ਕਾਰਜ ਦੀ ਤਿਆਰੀ ਕਰੋ ਤੇ ਮੇਰੀ ਆਹ ਭੂਆ ਦਾ ਘਰ ਵਾ ਯਾਰ, ਮੈਂ ਭੂਆ ਨੂੰ ਮਿਲਿਆ ਵਾਂ। ਪੁਰਾਣੀ ਗੱਲ ਹੈ, ਆ ਮੇਰੇ ਪਿਓ ਦੀਆਂ ਵਾੜਾਂ, ਚਾਹ ਚੜ ਗਿਆ ਨੌਂ ਨੂੰ, ਕਹਿੰਦੀ ਛੰਨਾ ਦਿਆ ਦੁੱਧ ਦਾ। ਉਹ ਕਵੇ ਭੂਆ ਗੁਲਾਬ ਜਾਮਨਾਂ ਨਾਲ ਰੱਜਿਆ ਹੋਇਆ, ਲੈ ਦੱਸ ਮੂੰਹ ਨਿੱਕਾ ਜਿਹਾ।
ਨਹੁੰ ਛੰਨਾ ਲੈ ਆਈ ਕਿਲੋ ਦੁੱਧ, ਉਹਨੇ ਵਰਤੀ ਚਲਾਕੀ ਫੜਨ ਲੱਗਾ, ਜਾਣ ਕੇ ਹੱਥ ਛੱਡ ਦਿੱਤਾ, ਦੁੱਧ ਗਿਆ ਡੁੱਲ ਤੇ ਨਹੁੰ ਸੱਸ ਹੋ ਗਈ ਨਹੁੰ ਦੇ ਦੁਆਲੇ ਦੀ, ਤੇਰੇ ਆਪਣੇ ਆਉਣ ਬਾਲਟਾ ਲੈ ਆਵੇ ਮੇਰਾ ਭਤੀਜਾ, ਭੂਆ ਦਾ ਪਿਆਰ ਹੁੰਦਾ। ਮਹਾਰਾਜ ਕਿਰਪਾ ਕਰੇ, ਭਾਜੀ ਸਾਡੇ ਵੀਰ ਕਮਲਜੀਤ ਸਿੰਘ ਨੂੰ ਦਾਤਾ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਸਾਰੀਆਂ ਭੈਣਾਂ ਨੂੰ, ਭਰਾਵਾਂ ਨੂੰ, ਵੀਰਾਂ ਨੂੰ ਬੇਨਤੀ ਆ, ਸੁਲਤਾਨਪੁਰ ਆਉਣ ਨੂੰ ਮਨ ਕਰੇ ਆਇਓ, ਜ਼ਰੂਰ ਆਇਓ। ਦਾਸ ਨੂੰ ਭਾਈ ਸਾਹਿਬ ਜੀ ਬੈਠੇ ਨੇ ਜਥੇਦਾਰ ਜੀ, ਫੋਨ ਕਰ ਦਿਓ, ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਮਹਾਰਾਜ ਵਿਸਾਖੀ ਤੱਕ ਲਗਾਤਾਰ ਬੀਜੀ ਆ, ਮੁੜ ਕੇ ਥੋੜ੍ਹਾ ਜਿਹਾ ਪ੍ਰੋਗਰਾਮਾਂ 'ਚ ਵਿਰਲ ਵੀ ਹੈ, ਕਿਉਂਕਿ ਆਪਾਂ ਕਣਕ ਵੀ ਸਾਂਭਣੀ ਹੈ। ਕਦੇ ਵੀ ਮਨ ਕਰੇ ਆਓ, ਗੁਰੂ ਕੀਆਂ ਨਗਰੀਆਂ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਦਰਸ਼ਨ ਕਰਦੇ ਕਰਦੇ ਸਾਡੇ ਕੋਲ ਆ ਜਾਓ, ਉੱਥੇ ਲੈ ਕੇ ਜਾਵਾਂਗਾ ਜਿੱਥੋਂ ਸਿੱਖਾਂ ਵਿੱਚ ਕੀਰਤਨ ਸ਼ੁਰੂ ਹੋਇਆ। ਉਹ ਮੇਰਾ ਪਿੰਡ ਹੈ ਜੀ ਇਕੱਥਪੁਰਾ ਭਰੂਆਣਾ ਰਵਾਬ ਸਰ, ਜਿੱਥੋਂ ਮਰਦਾਨਾ ਜੀ ਨੂੰ ਰਵਾਬ ਮਿਲੀ ਹੈ, ਨਾਲ ਹੀ ਹੈ ਸੁਲਤਾਨਪੁਰ ਦੇ, ਉਹ ਵੀ ਦਰਸ਼ਨ ਕਰਾਵਾਂਗੇ। ਤੋ ਵੀਰ ਅਜੈਬ ਸਿੰਘ ਨੂੰ ਦਾਤਾ, ਸਾਰਿਆਂ ਦੀ ਸੰਗਤ ਦੀ ਅਰਦਾਸ ਸੁਣੀ, ਬਹੁਤ ਬਹੁਤ ਧੰਨਵਾਦ ਸਾਰੀ ਬਈ, ਆਨੰਦ ਆ ਗਿਆ। ਇਹਨੂੰ ਕਹਿੰਦੇ ਸੰਗਤ, ਬਾਲਿਆਂ ਤੋਂ ਕੀ ਕਰਨਾ। ਆ ਮਾਇਆ ਤੁਸੀਂ ਬਹੁਤ ਦੇਤੀ ਹੈ, ਜਾਣੀ ਜਾਣ ਸਤਿਗੁਰੂ ਜਾਣਦਾ ਹੈ, ਤੁਹਾਡੀਆਂ ਮਨੋਕਾਮਨਾਵਾਂ ਗੁਰਮਤ ਅਨੁਸਾਰ ਗੁਰੂ ਜੀ ਆਪ ਪੂਰੀਆਂ ਕਰਨ। ਭਾਈ ਮੇਜਰ ਸਿੰਘ ਜੀ ਖਾਲਸਾ, 98 150 34 51 ਮੋਬਾਈਲ ਨੰਬਰ, ਕਾਕਾ ਇੰਦਰਜੀਤ ਸਿੰਘ ਜੀ ਕੰਗ ਮਖੂ, ਵੀਰ ਸੁਖਚੈਨ ਸਿੰਘ ਜੀ ਕੰਗ ਸਾਹਿਬ ਮਖੂ, ਗੁਰਜਿੰਦਰ ਸਿੰਘ ਜੀ ਸੰਮੀ ਸਾਹਿਬ ਸਰੰਗੀ ਮਾਸਟਰ ਨਵਾਂ ਪਿੰਡ ਦੋਨੇਵਾਲ, ਪੋਤਰਾ ਬਾਪੂ ਅਜੀਤ ਸਿੰਘ, ਰਾਗੀ ਅਜੀਤ ਸਿੰਘ ਉਹਨਾਂ ਦਾ ਪੋਤਾ ਜੀ। ਤੋ ਵਾਹਿਗੁਰੂ ਕਿਰਪਾ ਕਰੇ ਜੀ, ਮਿੱਠੇ ਪੋਟੇ ਆਪ ਜੀ ਨੇ ਸਭ ਕੁਛ ਸੁਣਿਆ, ਧੰਨਵਾਦ ਹੈ ਜੀ। ਦੁਨੀਆਂ ਦੇ ਵਾਲੀ ਨੂੰ ਨਮਸਕਾਰ ਹੈ ਜਿਨ੍ਹਾਂ ਦੀ ਇਹ ਗੁਰਤਾ ਗੱਦੀ ਦਾ ਪ੍ਰਸੰਗ ਆਪ ਜੀ ਨੇ ਸੁਣਿਆ। ਵੀਰ ਜੀ ਦੇ ਬਚਨ ਸੁਣੋ, ਸਾਨੂੰ ਆਗਿਆ ਦਿਓ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।